ਹਾਂ ਜੀ, ਤਾਂ ਅੱਜ ਆਪਾਂ ਡਿਸਕਸ ਕਰਾਂਗੇ ਜੀ ਆਪਣਾ ਏਨਸ਼ੀਅੰਟ ਹਿਸਟਰੀ ਦਾ ਜਿਹੜਾ ਨੈਕਸਟ ਲੈਕਚਰ ਹੈਗਾ ਏ। ਆਪਾਂ ਨੇ ਇਸ ਤੋਂ ਪਹਿਲਾਂ ਜੈਨਿਜ਼ਮ ਨੂੰ ਕੰਪਲੀਟ ਕਰ ਲਿਆ ਸੀਗਾ। ਆਪਾਂ ਨੇ ਦੇਖਿਆ ਸੀਗਾ ਕਿ ਜੈਨਿਜ਼ਮ ਜਿਹੜਾ ਇਹ ਰਿਲੀਜਨ ਹੈ ਜਾਂ ਅਦਰ ਰਿਲੀਜਨਸ ਨੇ ਉਹ ਕਿੱਦਾਂ ਸੋਸਾਇਟੀ ਦੇ ਵਿੱਚ ਕੀ ਹੋਏ ਸੀਗੇ, ਫਲਰਿਸ਼ ਹੋਏ ਸੀ ਆਫਟਰ ਵੈਦਿਕ ਏਜ ਤੋਂ ਬਾਅਦ, ਠੀਕ ਹੈ, ਆਫਟਰ ਵੈਦਿਕ ਏਜ। ਔਰ ਇਸ ਤੋਂ ਪਹਿਲਾਂ ਆਪਾਂ ਨੇ ਜਿਹੜਾ ਜੈਨਿਜ਼ਮ ਹੈ ਉਹਨੂੰ ਕੰਪਲੀਟਲੀ ਦੇਖ ਲਿਆ ਸੀਗਾ, ਜੈਨਿਜ਼ਮ ਦੀ ਕਿਹੜੀ ਕਿਹੜੀ ਫਿਲੋਸਫੀ ਹੈਗੀ ਹੈ, ਪ੍ਰਿੰਸੀਪਲਸ ਕੀ ਨੇ ਜਾਂ ਸਭ ਕੁਝ, ਕਿਹੜੀਆਂ ਕਿਹੜੀਆਂ ਮਤਲਬ ਆਪਣੀ ਕਾਉਂਸਿਲਸ ਉਸ ਟਾਈਮ ਦੇ ਵਿੱਚ ਐਗਜਿਸਟ ਹੋਈਆਂ ਨੇ, ਉਹ ਸਾਰਾ ਡਾਟਾ ਆਪਾਂ ਨੇ ਦੇਖ ਲਿਆ ਸੀਗਾ। ਤਾਂ ਜੋ ਅੱਜ ਆਪਾਂ ਨੇ ਡਿਸਕਸ ਕਰਨਾ ਹੈਗਾ, ਅੱਜ ਆਪਾਂ ਨੇ ਜਿਹੜਾ ਅਦਰ ਕੰਟੈਂਪਰਰੀ ਰਿਲੀਜਨ ਸੀਗਾ ਉਸ ਟਾਈਮ ਦੇ ਵਿੱਚ ਐਗਜਿਸਟ ਕਰਦਾ ਸੀਗਾ, ਉਹਦਾ ਨਾਮ ਸੀਗਾ ਬੁੱਧਿਜ਼ਮ ਰਿਲੀਜਨ। ਤਾਂ ਅੱਜ ਆਪਾਂ ਨੇ ਜਿਹੜਾ ਬੁੱਧਿਜ਼ਮ ਰਿਲੀਜਨ ਹੈ ਉਸਨੂੰ ਕੀ ਕਰਨਾ ਹੈਗਾ, ਡਿਸਕਸ ਕਰਨਾ ਹੈਗਾ। ਤਾਂ ਜੈਨਿਜ਼ਮ ਔਰ ਬੁੱਧਿਜ਼ਮ ਆਪਾਂ ਨੇ ਲਾਸਟ ਲੈਕਚਰ ਦੇ ਵਿੱਚ ਵੀ ਸਮਝਿਆ ਸੀਗਾ, ਦੋਨੋਂ ਰਿਲੀਜਨ ਕਿਹਨੂੰ ਇੱਕ ਤਰੀਕੇ ਨਾਲ ਚੈਲੇਂਜ ਦੇਣ ਦੇ ਲਈ ਸਾਹਮਣੇ ਆਏ ਸੀਗੇ, ਉਹ ਹਿੰਦੂਜ਼ਮ ਰਿਲੀਜਨ ਹੈ ਜਿਹੜਾ ਉਸਨੂੰ ਚੈਲੇਂਜ ਦੇਣ ਦੇ ਲਈ ਸਾਹਮਣੇ ਆਏ ਸੀਗੇ। ਔਰ ਇਹ ਬੇਸਿਕਲੀ ਜਿਹੜੇ ਦੋਨੋਂ ਪ੍ਰਿੰਸ ਆਪਾਂ ਗੱਲ ਕਰਾਂਗੇ, ਇਹ ਦੋਨੋਂ ਜਿਹੜੇ ਕਿ ਪ੍ਰਿੰਸ ਸੀਗੇ ਪਹਿਲਾਂ, ਜਿਵੇਂ ਵਰਧਮਾਨ ਮਹਾਵੀਰਾ ਜੀ ਵੀ ਆਪਾਂ ਦੇਖਿਆ ਸੀ ਜੰਤ੍ਰਿਕਾ ਕਲੈਨ ਤੋਂ ਬਿਲੋਂਗ ਕਰਦੇ ਸੀਗੇ, ਔਰ ਜਿਹੜੇ ਗੌਤਮ ਬੁੱਧਾ ਜੀ ਸੀਗੇ ਇਹ ਵੀ ਸਾਕਿਆ ਕਲੈਨ ਤੋਂ ਬਿਲੋਂਗ ਕਰਦੇ, ਦੋਨੋਂ ਸ਼ਤਰੀਏ ਪ੍ਰਿੰਸ ਸੀਗੇ। ਤਾਂ ਇੱਕ ਤਰੀਕੇ ਨਾਲ ਆਪਾਂ ਨੇ ਦੇਖਿਆ ਸੀਗਾ ਕਿ ਜਿਹੜੀ ਸ਼ਤਰੀਏ ਕਲਾਸ ਸੀਗੀ, ਆਪਾਂ ਨੇ ਇਹ ਵੀ ਥਿਊਰੀ ਦੇਖੀ ਸੀਗੀ ਕਿ ਜਿਹੜੀ ਸ਼ਤਰੀਏ ਕਲਾਸ ਸੀਗੀ ਉਹਨੇ ਹੀ ਇੱਕ ਤਰੀਕੇ ਦੇ ਨਾਲ ਏਜੰਡਾ ਲਿਆ ਸੀਗਾ ਕਿ ਜਿਹੜਾ ਬ੍ਰਾਹਮਣਿਕਲ ਰਿਲੀਜਨ ਹੈ ਸੋਸਾਇਟੀ ਦੇ ਵਿੱਚ ਡੋਮੀਨੇਟ ਕਰ ਰਿਹਾ ਉਸਨੂੰ ਕੀ ਕਰਨਾ ਹੈਗਾ, ਡਿਕਲਾਈਨ ਹੈ ਜਿਹੜਾ ਕਰਨਾ ਹੈਗਾ। ਤਾਂ ਇਹ ਜੋ ਦੋਨੋਂ ਰਿਲੀਜਨ ਸੀਗੇ ਉਹਦੇ ਵਿਦ ਰਿਸਪੈਕਟ ਹੀ ਸੋਸਾਇਟੀ ਦੇ ਵਿੱਚ ਕੀ ਹੋਏ ਸੀਗੇ, ਫਲਰਿਸ਼ ਹੋਏ ਸੀ, ਜਿਹਦੇ ਵਿੱਚ ਆਪਾਂ ਜੈਨਿਜ਼ਮ ਨੂੰ ਡਿਸਕਸ ਕਰ ਲਿਆ ਸੀ ਅਤੇ ਅੱਜ ਆਪਾਂ ਬੁੱਧਿਜ਼ਮ ਨੂੰ ਸਟਾਰਟ ਹੈ ਜਿਹੜਾ ਕਰਦੇ ਹਾਂ। ਤਾਂ ਸਟਾਰਟ ਕਰਦੇ ਹਾਂ ਜੀ ਫਿਰ ਆਪਣੀ ਕਲਾਸ ਨੂੰ। ਲਓ ਜੀ, ਇਹ ਆਪਾਂ ਨੇ ਪਹਿਲਾਂ ਸਾਰਾ ਡਿਸਕਸ ਕਰ ਲਿਆ ਸੀਗਾ, ਠੀਕ ਹੈ ਜੀ। ਇਹ ਕੁਝ ਕੁਐਸਚਨ ਸੀਗੇ, ਜੈਨ ਆਰਕੀਟੈਕਚਰ ਹੋ ਗਿਆ, ਜੈਨਿਜ਼ਮ ਹੋ ਗਿਆ, ਔਰ ਮੇਜਰ ਜਿਹੜੇ ਕਾਰਨ ਕੀ ਸੀਗੇ ਅਦਰ ਰਿਲੀਜਨਸ ਨੂੰ ਕੀ ਕਰਨ ਦੇ ਲਈ, ਮਤਲਬ ਫਲਰਿਸ਼ ਹੋਣ ਦੇ। ਆਪਾਂ ਸਿਰਫ ਇਕੱਲਾ ਬੁੱਧਿਜ਼ਮ ਅਤੇ ਜੈਨਿਜ਼ਮ ਨੂੰ ਹੀ ਕਵਰ ਨਹੀਂ ਕਰਾਂਗੇ, ਇਸ ਤੋਂ ਬਿਨਾਂ ਹੋਰ ਕੁਛ ਰਿਲੀਜਨ ਵੀ ਐਗਜਿਸਟ ਕਰਦੇ ਸੀਗੇ ਉਸ ਟਾਈਮ ਦੇ ਵਿੱਚ, ਇਹਨਾਂ ਦੇ ਵਿਦ ਰਿਸਪੈਕਟ ਉਹਨਾਂ ਨੂੰ ਵੀ ਆਪਾਂ ਦੇਖਾਂਗੇ, ਬਟ ਉਹ ਨੈਕਸਟ ਲੈਕਚਰ ਦੇ ਵਿੱਚ ਦੇਖਾਂਗੇ, ਠੀਕ ਹੈ। ਤਾਂ ਬੁੱਧਿਜ਼ਮ ਐਂਡ ਜੈਨਿਜ਼ਮ ਨੂੰ ਆਪਾਂ ਦੋ ਲੈਕਚਰਸ ਕਵਰ ਕਰਕੇ ਜਿਹੜਾ ਬਾਕੀ ਰਹਿ ਜਾਏਗਾ ਪੋਰਸ਼ਨਸ ਨੂੰ ਥਰਡ ਲੈਕਚਰ ਦੇ ਵਿੱਚ ਸਮਅਪ ਹੈ ਜਿਹੜਾ ਕਰ ਦਾਂਗੇ, ਕਲੀਅਰ। ਚਲੋ, ਤਾਂ ਹੁਣ ਆਪਾਂ ਡਿਸਕਸ ਕਰਦੇ ਹੈਗੇ ਹਾਂ ਜੀ, ਤਾਂ ਸਟਾਰਟ ਕਰਦੇ ਹਾਂ ਆਪਾਂ ਬੁੱਧਿਜ਼ਮ। ਤਾਂ ਬੁੱਧਿਜ਼ਮ ਜਿਹੜਾ ਅਦਰ ਰਿਲੀਜਨ ਸੀਗਾ ਜਿਹਦੇ ਫਾਊਂਡਰ ਕੌਣ ਸੀਗੇ, ਆਪਣੇ ਪਾਸ ਗੌਤਮ ਬੁੱਧਾ ਸੀਗੇ। ਆਪਾਂ ਥੋੜ੍ਹਾ ਥੋੜ੍ਹਾ ਡਿਫਰੈਂਸ ਵੀ ਨਾਲ ਨਾਲ ਡਿਸਕਸ ਕਰੀ ਜਾਵਾਂਗੇ ਜੈਨਿਜ਼ਮ ਔਰ ਬੁੱਧਿਜ਼ਮ ਦਾ, ਕਿ ਕਿਹੜਾ ਕਿਹੜਾ ਮੇਜਰ ਡਿਫਰੈਂਸ ਹੈਗਾ ਜੈਨਿਜ਼ਮ ਐਂਡ ਬੁੱਧਿਜ਼ਮ ਦੇ ਵਿੱਚ, ਕਲੀਅਰ। ਚਲੋ, ਤਾਂ ਗੌਤਮ ਬੁੱਧਾ ਮੇਨ ਫਾਊਂਡਰ ਸੀਗੇ ਜੀ ਆਪਣੇ ਪਾਸ ਬੁੱਧਿਜ਼ਮ ਦੇ, 563 BC ਦੇ ਅਰਾਊਂਡ, ਜਾਂ 65 ਵੀ ਕਈ ਜਗ੍ਹਾ ਦੇ ਉੱਪਰ ਲਿਖਿਆ ਹੋਇਆ। ਇਹਨਾਂ ਦਾ ਕੀ ਹੋਇਆ ਸੀਗਾ ਜੀ, ਬਰਥ ਹੋਇਆ ਸੀ, ਇਹਨਾਂ ਦਾ ਨਾਮ ਕੀ ਸੀਗਾ ਜੀ, ਐਜ਼ ਅ ਸਿਧਾਰਥਾ, ਠੀਕ ਹੈ ਜੀ। ਦ ਰੂਲਰ ਆਫ ਸਾਕਿਅਨ ਕਲੈਨ, ਆਪਾਂ ਨੇ ਆਲਰੇਡੀ ਡਿਸਕਸ ਕੀਤਾ ਸੀਗਾ ਕਿ ਜਿਹੜੇ ਆਪਣੇ ਪਾਸ ਵਰਧਮਾਨ ਮਹਾਵੀਰਾ ਸੀਗੇ ਉਹ ਜੰਤ੍ਰਿਕਾ ਕਲੈਨ ਤੋਂ ਬਿਲੋਂਗ ਕਰਦੇ ਸੀਗੇ, ਔਰ ਜਿਹੜੇ ਆਪਣੇ ਗੌਤਮ ਬੁੱਧਾ ਨੇ ਉਹ ਕਿਤੋਂ ਬਿਲੋਂਗ ਕਰਦੇ ਸੀ, ਉਹ ਸਾਕਿਆ ਕਲੈਨ ਤੋਂ ਬਿਲੋਂਗ ਹੈ ਜਿਹੜੇ ਕਰਦੇ ਸੀਗੇ। ਅੱਛਾ, ਕਦੋਂ ਬਰਥ ਹੋਇਆ, ਵਿਸਾਖਾ ਪੂਰਣਿਮਾ ਦੇ ਉੱਪਰ ਇਹਨਾਂ ਦਾ ਬਰਥ ਹੋਇਆ, ਕਿੱਥੇ, ਲੁੰਬਿਨੀ ਨੀਅਰ ਕਪਿਲਾ ਵਸਤੂ ਦੇ ਵਿੱਚ ਇਹਨਾਂ ਦਾ ਬਰਥ ਹੈ ਜਿਹੜਾ ਹੋਇਆ। ਇਹ ਪ੍ਰੈਜੈਂਟ ਡੇ ਕਿੱਥੇ ਹੈ, ਲੁੰਬਿਨੀ ਨੇਪਾਲ ਦੇ ਵਿੱਚ ਐਗਜਿਸਟ ਹੈ ਜਿਹੜਾ ਕਰਦਾ ਹੈਗਾ। ਇਹਨਾਂ ਦੀ ਸਿਧਾਰਥ ਇਹਨਾਂ ਦਾ ਨਾਮ ਸੀਗਾ ਜੀ, ਠੀਕ ਹੈ, ਸਿਧਾਰਥ ਇਹਨਾਂ ਨੂੰ, ਇਹਨੂੰ ਗੌਤਮਾ ਵੀ ਕਿਹਾ ਜਾਂਦਾ ਸੀ ਇਹਨਾਂ ਨੂੰ। ਔਰ ਇਹਨਾਂ ਦੀ ਜਿਹੜੀ ਮੈਰਿਡ ਹੋਈ ਹੈ, ਉਹ ਮੈਰਿਜ ਹੋਈ ਹੈ ਕਿਹਦੇ ਨਾਲ ਹੋਈ ਹੈ ਜੀ, ਇਹਨਾਂ ਦੀ ਜਿਹੜੀ ਮੈਰਿਜ ਹੋਈ ਹੈ ਉਹ ਹੋਈ ਹੈ ਯਸ਼ੋਧਰਾ, ਔਰ ਉਹ ਇਹਨਾਂ ਦਾ ਇੱਕ ਸਨ ਵੀ ਸੀਗਾ, ਇਹ ਆਪਾਂ ਦੇਖ ਲੈਂਦੇ ਹਾਂ, ਰੁਹੇਲਾ ਜਾਂ ਰਾਹੁਲ ਆਪਾਂ ਜਿਹਨੂੰ ਕਹਿ ਸਕਦੇ ਹਾਂ ਇੱਦਾਂ ਕਰਕੇ। ਅੱਛਾ, ਔਰ ਕਿਉਂਕਿ ਇਹ ਇੱਕ ਪ੍ਰਿੰਸ ਸੀਗੇ, ਠੀਕ ਹੈ ਜੀ, ਇਹ ਇੱਕ ਲਗਜ਼ਰੀ ਲਾਈਫ ਹੈ ਜਿਹੜੀ ਜਿੰਦੇ ਸੀਗੇ, ਬਚਪਨ ਦੇ ਵਿੱਚ ਹੀ ਇਹਨਾਂ ਦੇ ਫਾਦਰ ਨੂੰ ਦੱਸ ਦਿੱਤਾ ਗਿਆ ਸੀਗਾ ਕਿ ਇੱਦਾਂ ਕਰਕੇ ਕਿ ਇਹਨਾਂ ਇਹ ਜਿਹੜਾ ਆਪਣੀ ਲਾਈਫ ਦੇ ਵਿੱਚ ਕੀ ਬਣ ਜਾਣਗੇ, ਆਪਣਾ ਘਰ ਬਾਰ ਹੈ ਜਿਹੜਾ ਛੱਡ ਕੇ, ਟੋਟਲੀ ਘਰ ਬਾਰ ਛੱਡ ਕੇ ਅਸੈਟਿਕ ਲਾਈਫ ਹੈ ਜਿਹੜੀ ਉਹਨੂੰ ਅਡੋਪਟ ਹੈ ਜਿਹੜਾ ਕਰ ਲੈਣਗੇ। ਤਾਂ ਇਹਨਾਂ ਦੇ ਫਾਦਰ ਨੇ ਇਹ ਚੀਜ਼ ਟਰਾਈ ਕੀਤੀ ਕਿ ਇਹਨਾਂ ਨੂੰ ਜਿਹੜਾ ਸੁਸਾਇਟੀ ਹੈ ਉਸ ਤੋਂ ਦੂਰ ਰੱਖਿਆ ਜਾਵੇ,
ਠੀਕ ਹੈ, ਇਹਨਾਂ ਨੂੰ ਇੱਕ ਮਤਲਬ ਲਗਜ਼ਰੀ ਮਹਿਲ ਦੇ ਵਿੱਚ ਹੀ ਵੱਡੇ ਹੋਏ ਆ, ਉੱਥੇ ਸਭ ਕੁਝ, ਇਹਨਾਂ ਨੂੰ ਕਿਸੇ ਦੁੱਖ ਦਾ ਨਹੀਂ ਪਤਾ ਸੀ, ਇਹਨਾਂ ਨੂੰ ਕਿਸੇ ਓਲਡ ਏਜ ਦਾ ਨਹੀਂ ਪਤਾ ਸੀ, ਕਿਸੇ ਵੀ ਚੀਜ਼ ਦਾ ਇਹਨਾਂ ਨੂੰ ਪਤਾ ਨਹੀਂ ਸੀ, ਕੋਈ ਬਿਮਾਰੀ ਦਾ ਨਹੀਂ ਪਤਾ ਸੀਗਾ, ਤਾਂ ਇਹਨਾਂ ਨੂੰ ਲੱਗਦਾ ਸੀ ਕਿ ਜਿਹੜੀ ਲਾਈਫ ਆ ਉਹ ਇਸੇ ਤਰੀਕੇ ਦੇ ਨਾਲ ਹੈਗੀ ਹੈ, ਜਿਸ ਤਰੀਕੇ ਨਾਲ ਮੇਰੀ ਹੈ ਤਾਂ ਬਾਕੀ ਸਭ ਦੀ ਲਾਈਫ ਵੀ ਇਸੇ ਤਰੀਕੇ ਨਾਲ ਹੈਗੀ ਹੈ। ਬਟ ਇਹਨਾਂ ਦੀ ਲਾਈਫ ਦੇ ਵਿੱਚ ਜਦੋਂ ਡਰੈਸਟਿਕ ਚੇਂਜ ਆਇਆ, ਕਦੋਂ ਜਦੋਂ ਇਹ 29 ਈਅਰ ਦੇ ਸੀਗੇ, ਏਜ ਦੇ ਸੀਗੇ, ਤਾਂ ਉਸ ਟਾਈਮ ਦੇ ਵਿੱਚ ਇਹ ਬੇਸਿਕਲੀ ਕੀ ਕੀਤਾ, ਆਪਣੇ ਘਰ ਤੋਂ ਬਾਹਰ ਨਿਕਲੇ ਸੀਗੇ, ਤਾਂ ਇਹਨਾਂ ਨੇ ਇੱਕ ਓਲਡ ਮੈਨ ਦੇਖਿਆ, ਔਰ ਇਸ ਤੋਂ ਬਿਨਾਂ ਇਹਨਾਂ ਨੇ ਇੱਕ ਡਿਸੀਜ਼ਡ ਪਰਸਨ ਦੇਖਿਆ, ਔਰ ਇੱਕ ਸੈਟਿਕ ਦੇਖਿਆ, ਔਰ ਇੱਕ ਡੈਡ ਪਰਸਨ ਦੇਖਿਆ, ਤਾਂ ਇਹਨਾਂ ਨੂੰ ਇੱਥੋਂ ਪਤਾ ਲੱਗਿਆ ਕਿ ਐਕਚੁਅਲ ਦੇ ਵਿੱਚ ਲਾਈਫ ਕੀ ਚੀਜ਼ ਹੈਗੀ ਹੈ। ਤਾਂ ਉਸ ਤੋਂ ਬਾਅਦ ਹੀ ਇਹ ਬੇਸਿਕਲੀ ਕੀ ਬਣ ਗਏ, ਇਹਨਾਂ ਨੇ ਆਪਣਾ ਘਰ ਬਾਰ ਆ ਜਿਹੜਾ ਛੱਡ ਦਿੱਤਾ ਸੀਗਾ, ਔਰ ਇਹ ਸੈਟਿਕ ਹੈ ਜਿਹੜੇ ਇਹ ਬਣ ਗਏ ਸੀਗੇ। ਤਾਂ ਅਪਰੋਕਸੀਮੇਟ 29-30 ਦੀ ਏਜ ਦੇ ਵਿੱਚ ਇਹਨਾਂ ਨੇ ਆਪਣਾ ਘਰ ਹੈ ਜਿਹੜਾ ਉਹ ਕੀ ਕਰ ਦਿੱਤਾ ਸੀਗਾ, ਛੱਡ ਦਿੱਤਾ ਸੀ। ਵੈਸੇ ਇੱਥੋਂ ਬਹੁਤ ਘੱਟ ਕੁਸ਼ਚਨ ਹੈ ਜਿਹੜਾ ਬਣਦਾ ਹੈਗਾ, ਬਟ ਫਿਰ ਵੀ ਆਪਾਂ ਇੱਕ ਵਾਰ ਡਿਸਕਸ ਹੈ ਜਿਹੜਾ ਜ਼ਰੂਰ ਕਰਾਂਗੇ। ਔਰ 29th ਦੀ ਏਜ ਦੇ ਵਿੱਚ ਇਹਨਾਂ ਨੇ ਆਪਣਾ ਘਰ ਹੈ ਜਿਹੜਾ ਛੱਡਤਾ ਸੀ। ਐਟ ਦਾ ਏਜ ਆਫ 35, ਅਗੇਨ ਔਨ ਵਿਸਾਖ ਪੂਰਨਿਮਾ, ਉਹਨਾਂ ਨੂੰ ਐਨਲਾਈਟਨਮੈਂਟ ਹੋਈ, ਠੀਕ ਹੈ, ਮਤਲਬ ਉਹਨਾਂ ਨੂੰ ਗਿਆਨ ਹੈ ਜਿਹੜਾ ਹੋਇਆ, ਐਟ ਵਟ ਇਜ਼ ਨਾਓ ਫੇਮਸਲੀ, ਜਿਹਨੂੰ ਅੱਜ ਦੇ ਟਾਈਮ ਕੀ ਕਿਹਾ ਜਾਂਦਾ, ਬੋਧ ਗਿਆ ਹੈ ਜਿਹੜਾ ਕਿਹਾ ਜਾਂਦਾ, ਪੀਪਲ ਦੇ ਜਿਹੜਾ ਪੇੜ ਹੈ ਜਾਂ ਟ੍ਰੀ ਕਹਿ ਲਓ, ਉਹਦੇ ਨੀਚੇ ਇਹਨਾਂ ਨੂੰ ਐਨਲਾਈਟਨਮੈਂਟ ਹੋਈ ਸੀ, ਮਤਲਬ ਇਹਨਾਂ ਨੂੰ ਗਿਆਨ ਜਾਂ ਮੋਕਸ਼ ਕਹਿ ਲਓ ਕਿ ਉਸ ਟਾਈਮ ਦੇ ਵਿੱਚ ਇਹਨਾਂ ਨੂੰ ਮਿਲਿਆ ਸੀਗਾ, ਉਸ ਚੀਜ਼ ਨੂੰ ਆਪਾਂ ਐਨਲਾਈਟਨਮੈਂਟ ਬੋਲ ਦਿੰਦੇ ਹਾਂ। ਔਰ ਬੋਧ ਗਿਆ ਪ੍ਰੈਜੈਂਟ ਕਿੱਥੇ ਹੈਗਾ ਜੀ, ਆਪਣੇ ਪਾਸ ਪ੍ਰੈਜੈਂਟ ਡੇ ਬਿਹਾਰ ਦੇ ਵਿੱਚ ਹੈ, ਜਿਹੜਾ ਐਗਜ਼ਿਸਟ ਕਰਦਾ ਹੈਗਾ। ਉਹਨਾਂ ਨੇ ਉਸ ਤੋਂ ਬਾਅਦ ਜਿੱਦਾਂ ਹੀ ਉਹਨਾਂ ਨੂੰ ਐਨਲਾਈਟਨਮੈਂਟ ਹੋਈ, ਤਾਂ ਉਹਨਾਂ ਨੇ ਪਹਿਲਾਂ ਆਪਣਾ ਫਸਟ ਸਰਮਨ ਹੈ ਜਿਹੜਾ ਕਿੱਥੇ ਦਿੱਤਾ ਸੀਗਾ, ਸਾਰਨਾਥ ਦੇ ਵਿੱਚ ਦਿੱਤਾ ਸੀ, ਜਿਹੜਾ ਕਿ ਇੱਕ ਡੀਅਰ ਪਾਰਕ ਸੀਗਾ। ਔਰ ਇੱਥੋਂ ਹੀ ਉਹਨਾਂ ਦੇ ਅੱਗੇ ਜਿਹੜੇ ਸ਼ਿਸ਼ਯ ਸੀਗੇ, ਉਹ ਡਿਸਾਈਪਲ ਸੀਗੇ, ਉਹ ਬਣਨੇ ਕੀ ਹੋਏ ਆ, ਸਟਾਰਟ ਹੈ ਜਿਹੜੇ ਹੋਏ ਹੈਗੇ ਆ, ਠੀਕ ਹੈ ਜੀ। ਤਾਂ ਕੁਛ ਇਹਨਾਂ ਚੀਜ਼ਾਂ ਬਾਰੇ ਵੀ ਆਪਾਂ ਦੇਖ ਲੈਂਦੇ ਹੈਗੇ ਹਾਂ, ਤਾਂ ਕੁਛ ਈਵੈਂਟਸ ਨੇ ਉਹਨਾਂ ਦੀ ਲਾਈਫ ਦੇ ਨਾਲ ਐਸੋਸੀਏਟ ਹੈਗੇ ਨੇ, ਉਹਨਾਂ ਨੂੰ ਵੀ ਆਪਾਂ ਦੇਖ ਲੈਂਦੇ ਹਾਂ। ਤਾਂ ਦੇਖੋ, ਪਹਿਲਾਂ ਹੈਗਾ ਜਨਮਾ ਮਤਲਬ ਲੁੰਬਨੀ। ਆਪਾਂ ਨੇ ਪਹਿਲਾਂ ਹੀ ਡਿਸਕਸ ਕਰ ਲਿਆ ਕਿ ਇਹਨਾਂ ਦਾ ਜਿਹੜਾ ਬਰਥ ਹੋਇਆ ਸੀਗਾ ਲੁੰਬਨੀ ਦੇ ਵਿੱਚ ਹੋਇਆ, ਔਰ ਇਹਨਾਂ ਦਾ ਜਿਹੜਾ ਸਿੰਬਲ ਹੈਗਾ ਉਹ ਹੈਗਾ ਲੋਟਸ ਐਂਡ ਬੁੱਲ। ਅੱਗੇ ਹੈਗਾ ਮਹਾਭਿਨੀਸ਼ ਕਰਮਨਾ, ਔਰ ਇਹਦਾ ਪਲੇਸ ਤਾਂ ਨਹੀਂ ਹੀ ਦਿੱਤਾ ਹੋਇਆ ਜੀ ਕੋਈ, ਇਹ ਹੈਗਾ ਜੀ ਆਪਣੇ ਪਾਸ ਇਹਨਾਂ ਦਾ ਸਿੰਬਲ ਹੈਗਾ ਹੋਰਸ। ਅੱਛਾ, ਨਿਰਵਾਣਾ, ਨਿਰਵਾਣਾ ਦਾ ਮਤਲਬ ਕੀ ਹੈਗਾ ਜੀ, ਬੇਸਿਕਲੀ ਜਦੋਂ ਇਹਨਾਂ ਨੂੰ ਐਨਲਾਈਟਨਮੈਂਟ ਮਿਲੀ ਹੈਗੀ ਹੈ, ਉਹਨੂੰ ਆਪਾਂ ਨਿਰਵਾਣਾ ਬੋਲ ਦਿੰਦੇ ਹੈਗੇ ਹਾਂ, ਮੋਕਸ਼ ਕਹਿ ਦਿੰਦੇ ਆਪਾਂ। ਬੋਧ ਗਿਆ ਦੇ ਵਿੱਚ ਆਪਾਂ ਆਲਰੇਡੀ ਡਿਸਕਸ ਕਰ ਲਿਆ ਕਿ ਪੀਪਲ ਟ੍ਰੀ ਦੇ ਨੀਚੇ ਇਹਨਾਂ ਨੂੰ ਕੀ ਮਿਲੀ ਸੀ, ਐਨਲਾਈਟਨਮੈਂਟ ਹੈ ਜਿਹੜੀ ਹੋਈ ਸੀ, ਔਰ ਇਹਦਾ ਜਿਹੜਾ ਸਿੰਬਲ ਹੈਗਾ ਉਹ ਕੀ ਹੈਗਾ, ਬੋਧੀ ਟ੍ਰੀ ਹੈ, ਐਗਜ਼ਿਸਟ ਕਰਦਾ ਹੈਗਾ। ਧਰਮ ਚੱਕਰ ਪਰਿਵਰਤਨਾ, ਧਰਮ ਚੱਕਰ ਪਰਿਵਰਤਨਾ ਦਾ ਮਤਲਬ ਹੈਗਾ ਏ ਕਿ ਜਦੋਂ ਇਹਨਾਂ ਨੂੰ ਬੇਸਿਕਲੀ ਐਨਲਾਈਟਨਮੈਂਟ ਹੋਈ, ਐਨਲਾਈਟਨਮੈਂਟ ਤੋਂ ਬਾਅਦ ਇਹਨਾਂ ਨੇ ਆਪਣਾ ਕੀ ਦਿੱਤਾ, ਫਸਟ ਸਰਮਨ ਸੀਗਾ ਜਿਹੜਾ ਦਿੱਤਾ ਸੀ, ਆਪਣੇ ਡਿਸਕਸ ਕੀਤਾ ਹੈ ਕਿ ਸਾਰਨਾਥ ਦੇ ਵਿੱਚ ਇਹਨਾਂ ਨੇ ਪਹਿਲਾਂ ਸਰਮਨ ਆਪਣਾ ਦਿੱਤਾ ਹੈ, ਤਾਂ ਉਸ ਚੀਜ਼ ਨੂੰ ਕੀ ਬੋਲਦੇ, ਧਰਮ ਚੱਕਰ ਪਰਿਵਰਤਨਾ। ਇਹਦਾ ਜਿਹੜਾ ਸਿੰਬਲ ਹੈਗਾ ਉਹ ਹੈਗਾ ਵੀਲ, ਜੋ ਆਪਣੇ ਐਟ ਪ੍ਰੈਜੈਂਟ ਤਿਰੰਗਾ ਦੇ ਵਿੱਚ ਜੋ ਆਪਾਂ ਨੂੰ ਸੈਂਟਰ ਦੇ ਵਿੱਚ ਜੋ ਚੱਕਰ ਦਿਖਦਾ ਹੈ, ਉਹ ਬੇਸਿਕਲੀ ਉਹ ਵੀ ਵੀਲ ਆਫ ਲਾਅ ਹੀ ਹੈ, ਤਾਂ ਇੱਥੋਂ ਹੀ ਅਡੋਪਟ ਕੀਤਾ ਗਿਆ, ਇਸਨੂੰ ਟਰਨਿੰਗ ਦਾ ਵੀਲ ਆਫ ਲਾਅ ਵੀ ਹੈ ਜਿਹੜਾ ਕਿਹਾ ਜਾਂਦਾ ਹੈਗਾ। ਤਾਂ ਧਰਮ ਚੱਕਰ ਪਰਿਵਰਤਨਾ, ਜਦੋਂ ਐਨਲਾਈਟਨਮੈਂਟ ਹੋਈ ਔਰ ਇਹਨਾਂ ਨੇ ਫਸਟ ਸਰਮਨ ਦਿੱਤਾ ਹੈ, ਉਹ ਸਾਰਨਾਥ ਦੇ ਵਿੱਚ ਦਿੱਤਾ ਹੈ, ਔਰ ਬੇਸਿਕਲੀ ਜਿਹੜਾ ਸਿੰਬਲ ਹੈਗਾ ਉਹ ਕਿਹੜਾ ਹੈਗਾ ਹੈ, ਵੀਲ ਹੈਗਾ। ਅਸ਼ੋਕ ਚੱਕਰਾਂ ਦੇ ਵਿੱਚ ਵੀ ਆਪਾਂ ਨੂੰ ਜਿਹੜਾ ਵੀਲ ਦਿਖਦਾ ਉਹ ਇੱਥੋਂ ਹੀ ਅਡੋਪਟ ਕੀਤਾ, ਕਿਉਂਕਿ ਜਿਹੜੇ ਅਸ਼ੋਕ ਜਿਹੜਾ ਰਾਜਾ ਹੋਇਆ ਉਹਨਾਂ ਨੇ ਕੀ ਕੀਤਾ, ਬੁੱਧੀਜ਼ਮ ਨੂੰ ਅਡੋਪਟ ਕੀਤਾ ਹੋਇਆ ਸੀਗਾ। ਅੱਛਾ, ਇੱਕ ਆ ਰਹਿ ਗਿਆ ਆਪਣਾ ਡਿਸਕਸ ਕਰਨਾ, ਮਹਾਭਿਨੀਸ਼ ਕਰਮਨਾ ਦਾ ਮਤਲਬ ਜਦੋਂ ਇਹਨਾਂ ਨੇ ਆਪਣਾ ਘਰ ਬਾਰ ਜਿਹੜਾ ਛੱਡਤਾ ਸੀਗਾ, ਕੋਈ ਪਰਟੀਕੁਲਰ ਓਬਵੀਅਸਲੀ ਜਦੋਂ ਘਰ ਹੀ ਛੱਡ ਦਿੱਤਾ
ਤਾਂ ਆਪਾਂ ਕੋਈ ਪਲੇਸ ਤਾਂ ਨਹੀਂ ਮੈਂਸ਼ਨ ਕਰਾਂਗੇ, ਬਟ ਇਹਨਾਂ ਦਾ ਜਿਹੜਾ ਸਿੰਬਲ ਹੈ ਉਹ ਜ਼ਰੂਰ ਆਪਾਂ ਨੂੰ ਪਤਾ ਹੋਣਾ ਚਾਹੀਦਾ। ਉਸ ਟਾਈਮ ਦੇ ਵਿੱਚ ਹਾਰਸ ਸੀਗਾ ਇਹਨਾਂ ਦਾ, ਇਹਨਾਂ ਦੇ ਨਾਲ ਗਿਆ ਸੀ ਔਰ ਹਾਰਸ ਨੂੰ ਨਾਲ ਇਹ ਲੈ ਕੇ ਗਏ ਸੀਗੇ ਬੇਸਿਕਲੀ, ਠੀਕ ਹੈ। ਤਾਂ ਇਹ ਚੀਜ਼ਾਂ ਨੂੰ ਯਾਦ ਰੱਖਣੀ ਹੈ। ਤਾਂ ਇਹਨਾਂ ਦੇ ਸਿੰਬਲ ਜ਼ਰੂਰ ਯਾਦ ਰੱਖਣੇ ਨੇ, ਬਰਥ ਦੇ ਨਾਲ ਲੋਟਸ ਐਂਡ ਬੁੱਲ ਐਸੋਸੀਏਟ ਹੈਗਾ, ਜਦੋਂ ਘਰ ਛੱਡਿਆ ਤਾਂ ਹਾਰਸ ਹੈਗਾ, ਜਦੋਂ ਐਨਲਾਈਟਨਮੈਂਟ ਹੋਈ ਹੈ ਤਾਂ ਬੋਧੀ ਟ੍ਰੀ ਹੈਗਾ, ਔਰ ਜਦੋਂ ਟਰਨਿੰਗ ਦਾ ਵੀਲ ਆਫ ਲੋ, ਜਦੋਂ ਧਰਮ ਚੱਕਰ ਪਰਿਵਰਤਨ ਹੋਇਆ, ਇਹਨਾਂ ਨੇ ਆਪਣਾ ਫਸਟ ਸਰਮਨ ਹੈ ਜਿਹੜਾ ਦਿੱਤਾ ਹੈਗਾ, ਤਾਂ ਉਹਦਾ ਜਿਹੜਾ ਜਿਹੜਾ ਸਿੰਬਲ ਹੈਗਾ ਉਹ ਕਿਹੜਾ ਹੈਗਾ, ਵੀਲ, ਜਿਹੜਾ ਕਿ ਆਪਣੇ ਅਸ਼ੋਕ ਚੱਕਰਾਂ ਦੇ ਵਿੱਚ ਵੀ ਆਪਾਂ ਨੂੰ ਮਿਲਦਾ ਹੈਗਾ। ਅੱਛਾ, ਮਹਾਂਪਰਿਨਿਰਵਾਣਾ, ਮਹਾਂਪਰਿਨਿਰਵਾਣਾ ਦਾ ਮਤਲਬ ਨਿਰਵਾਣਾ ਬੇਸਿਕਲੀ ਇਹਦਾ ਮਤਲਬ ਕੀ ਹੈ ਕਿ ਜਦੋਂ ਜਿਹੜੇ ਬੁੱਧਾ ਜੀ ਨੇ ਉਹਨਾਂ ਦੀ ਕੀ ਹੋਈ ਹੈ, ਫਾਈਨਲੀ ਡੈਥ ਹੈ ਜਿਹੜੀ ਹੋਈ ਹੈ, ਉਹ ਕਿੱਥੇ ਹੋਈ ਹੈ, ਖੁਸ਼ੀ ਨਗਰ ਦੇ ਵਿੱਚ ਹੈ ਜਿਹੜੀ ਹੋਈ ਹੈ। ਤਾਂ ਇਹ ਐਕਚੁਅਲ ਦੇ ਵਿੱਚ ਜਿਹੜਾ ਖੁਸ਼ੀ ਨਗਰ ਹੈਗਾ, ਇਹ ਇੱਕ ਆਪਣਾ ਮਾਇਆ ਕਰਕੇ ਇੱਕ ਉਹ ਹੋਇਆ ਜੀ, ਜਨਪਦ ਹੋਇਆ, ਆਪਾਂ ਡਿਸਕਸ ਕਰਾਂਗੇ। ਇਹਦੀਆਂ ਦੋ ਕੈਪੀਟਲ ਸੀਗੀਆਂ, ਇੱਕ ਸੀਗੀ ਜੀ ਖੁਸ਼ੀ ਨਗਰ ਔਰ ਦੂਸਰੀ ਸੀਗੀ ਆਪਣੀ ਪਾਵਾ। ਜਿਹੜਾ ਪਾਵਾ ਹੈ, ਪਾਵਾ ਦੇ ਵਿੱਚ ਕਿਹਦੀ ਡੈਥ ਹੋਈ ਸੀਗੀ, ਆਪਣੇ ਵਰਧਮਾਨ ਮਹਾਵੀਰਾ ਜੀ ਦੀ, ਔਰ ਜਿਹੜੇ ਬੁੱਧਾ ਜੀ ਸੀਗੇ ਉਹਨਾਂ ਦੀ ਜਿਹੜੀ ਡੈਥ ਹੋਈ ਹੈ ਖੁਸ਼ੀ ਨਗਰ ਦੇ ਵਿੱਚ ਹੈ ਜਿਹੜੀ ਹੋਈ ਹੈ, ਬਿਹਾਰ ਦੇ ਵਿੱਚ ਪ੍ਰੈਜੈਂਟਲੀ ਕੀ ਕਰਦਾ, ਐਗਜ਼ਿਸਟ ਹੈ, ਕਰਦਾ ਹੈਗਾ ਹੈ। ਤਾਂ ਮਹਾਪਰਿਨਿਰਵਾਣਾ ਦੇ ਵਿੱਚ ਬੇਸਿਕਲੀ ਜਦੋਂ ਉਹਨਾਂ ਦੀ ਡੈਥ ਹੋਈ ਹੈ, ਖੁਸ਼ੀ ਨਗਰ ਉਹਨਾਂ ਦਾ ਮਤਲਬ ਡੈਥ ਪਲੇਸ ਹੈਗਾ ਹੈ, ਔਰ ਸਟੂਪਾ, ਸਟੂਪਾ ਬੇਸਿਕਲੀ ਆਪਾਂ ਦੇਖਦੇ ਹਾਂ ਕਿ ਬੁੱਧਿਸਟ ਸਟੂਪਾ ਬਣੇ ਹੋਏ ਨੇ, ਤਾਂ ਉਹ ਸਿੰਬਲ ਹੈਗਾ ਜੀ ਇਹਨਾਂ ਮਹਾਪਰਿਨਿਰਵਾਣਾ ਦਾ। ਤਾਂ ਸਾਰੇ ਸਿੰਬਲਸ ਨੂੰ ਤੁਸੀਂ ਯਾਦ ਰੱਖਣਾ, ਜਿੱਦਾਂ ਹੀ ਆਪਾਂ ਨੇ ਡਿਸਕਸ ਕੀਤਾ ਸੀਗਾ ਲਾਸਟ ਜਦੋਂ ਆਪਾਂ ਜੈਨਿਜ਼ਮ ਪੜ੍ਹ ਰਹੇ ਸੀ, ਕਿ PPSC ਦੇ ਐਗਜ਼ਾਮ ਦੇ ਵਿੱਚ ਉਹਨਾਂ ਨੇ ਤੀਰਥੰਕਾਰਾਂ ਦੇ ਨਾਲ ਉਹਨਾਂ ਦੇ ਸਿੰਬਲਸ ਬਾਰੇ ਗੱਲ ਕੀਤੀ ਹੋਈ ਸੀ। ਤਾਂ ਇੱਦਾਂ ਕਰਕੇ ਜਿਹੜੇ ਵੀ ਈਵੈਂਟ ਬੁੱਧਾ ਦੀ ਲਾਈਫ ਦੇ ਨਾਲ ਐਸੋਸੀਏਟ ਨੇ, ਉਹਨਾਂ ਦਾ ਮਤਲਬ ਕੀ ਹੈਗਾ, ਇਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ। ਔਰ ਇਸ ਤੋਂ ਬਿਨਾਂ ਕਿਹੜੇ ਕਿਹੜੇ ਸਿੰਬਲ ਨੇ ਉਹਨਾਂ ਈਵੈਂਟਸ ਦੇ ਨਾਲ ਰਿਲੇਟ ਕਰਦੇ ਨੇ, ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ, ਉਹ ਮੈਚਿੰਗ ਦੇ ਵਿੱਚ ਜਿਹੜਾ ਕੁਸ਼ਚਨ ਆ ਇਹ ਜਿਹੜਾ ਸਕਦਾ ਹੈਗਾ। ਕਲੀਅਰ? ਤਾਂ ਪ੍ਰੀਲਿਮਸ ਓਰੀਐਂਟਡ ਡਾਟਾ ਹੈ ਜਿਹੜਾ ਆਪਣਾ ਇੱਥੇ ਕੰਮ ਹੈ ਆ ਸਕਦਾ ਹੈ। ਲਓ ਜੀ, ਬੁੱਧਾ ਅਟੇਨ ਮਹਾਪਰਿਨਿਰਵਾਣਾ ਇਨ ਖੁਸ਼ੀ ਨਗਰ, ਖੁਸ਼ੀ ਨਗਰ ਦੇ ਵਿੱਚ ਉਹਨਾਂ ਦੀ ਡੈਥ ਹੈ ਜਿਹੜੀ ਹੋਈ ਸੀਗੀ। ਹੁਣ ਦੇਖੋ, ਇਹ ਤਾਂ ਆਪਾਂ ਥੋੜ੍ਹਾ ਜਿਹਾ ਗੌਤਮ ਬੁੱਧਾ ਜੀ ਦੀ ਲਾਈਫ ਦੇ ਨਾਲ ਕੀ ਕੀਤਾ ਜੀ, ਕੁਛ ਚੀਜ਼ਾਂ ਸੀਗੀਆਂ ਉਹ ਆਪਣੇ ਬੇਸਿਕ ਚੀਜ਼ਾਂ ਸੀਗੀਆਂ ਉਹ ਆਪਣੇ ਡਿਸਕਸ ਕਰ ਲਈਆਂ ਹੈਗੀਆਂ ਨੇ। ਹੁਣ ਆਪਾਂ ਦੇਖਦੇ ਹੈਗੇ ਹਾਂ ਕਿ ਜਿਹੜੇ ਬੁੱਧਿਜ਼ਮ ਦੀ ਫਿਲੋਸਫੀ ਹੈ, ਬੁੱਧਿਜ਼ਮ ਦੇ ਜਿਹੜੇ ਪ੍ਰਿੰਸੀਪਲਸ ਨੇ, ਉਹ ਕਿਹੜੇ ਕਿਹੜੇ ਹੈਗੇ ਨੇ, ਕਿਉਂਕਿ ਮੇਨ ਜਿਹੜੀ ਬੇਸਿਕ ਅੰਡਰਸਟੈਂਡਿੰਗ ਆਪਣੀ ਬਣੇਗੀ ਬੁੱਧਿਜ਼ਮ ਦੇ ਉੱਪਰ, ਉਹ ਇਹਨਾਂ ਦੀ ਫਿਲੋਸਫੀ ਹੈ, ਇਹਨਾਂ ਦੇ ਪ੍ਰਿੰਸੀਪਲਸ ਨੂੰ ਪੜ੍ਹਨ ਤੋਂ ਬਾਅਦ ਹੀ ਹੈ ਜਿਹੜੀ ਬਣੇਗੀ। ਕਲੀਅਰ? ਤਾਂ ਚਲੋ ਦੇਖਦੇ ਹਾਂ। ਦੇਖੋ, ਹੁਣ ਬੁੱਧਿਜ਼ਮ ਰਿਲੀਜਨ ਦੀ ਬੇਸਿਕਲੀ ਚਾਰ ਨੋਬਲ ਟਰੁੱਥ ਸੀਗੇ ਕਿ ਐਕਚੁਅਲ ਦੇ ਵਿੱਚ ਲਾਈਫ ਦੇ ਵਿੱਚ ਸਫਰਿੰਗਸ ਨੇ, ਜੋ ਦੁੱਖ ਨੇ, ਉਹਨਾਂ ਦਾ ਕਾਰਨ ਕੀ ਹੈ। ਔਰ ਬੇਸਿਕਲੀ ਗੱਲ ਇਹ ਵੀ ਰਿਲੀਜਨ ਕਿਸ ਦੀ ਕਰਦਾ ਹੈ, ਇਹ ਵੀ ਰਿਲੀਜਨ ਮੋਕਸ਼ਾ ਦੀ ਗੱਲ ਕਰਦਾ ਹੈ, ਜਾਂ ਕਹਿ ਦਿਓ ਕਿ ਨਿਰਵਾਣਾ ਦੀ ਗੱਲ ਕਰਦਾ ਹੈ। ਨਿਰਵਾਣਾ ਇਜ਼ ਬੇਸਿਕਲੀ ਕੀ ਹੈਗਾ, ਮੋਕਸ਼ ਨੂੰ ਹੀ ਨਿਰਵਾਣਾ ਜਿਹੜਾ ਕਿਹਾ ਜਾਂਦਾ ਹੈ। ਤਾਂ ਜੈਨਿਜ਼ਮ ਰਿਲੀਜਨ ਵੀ ਮੋਕਸ਼ ਦੀ ਗੱਲ ਕਰਦਾ ਹੈਗਾ, ਬੁੱਧਿਜ਼ਮ ਰਿਲੀਜਨ ਵੀ ਮੋਕਸ਼ ਦੀ ਗੱਲ ਹੈ ਜਿਹੜੀ ਕਰਦਾ ਹੈਗਾ। ਤਾਂ ਦੋਨੋਂ, ਚਾਹੇ ਕੋਈ ਵੀ ਰਿਲੀਜਨ ਹੈਗਾ, ਆਪਾਂ ਨੇ ਇਹ ਵੀ ਦੇਖਿਆ ਸੀ, ਹਿੰਦੂਇਜ਼ਮ ਰਿਲੀਜਨ ਵੀ ਦੇਖਿਆ ਸੀਗਾ ਕਿ ਹਿੰਦੂਇਜ਼ਮ ਰਿਲੀਜਨ ਵੀ ਮੋਕਸ਼ਾ ਦੀ ਗੱਲ ਕਰਦਾ, ਬਟ ਤਿੰਨਾਂ ਦੇ ਜਿਹੜੇ ਤਰੀਕੇ ਨੇ ਉਹ ਕੀ ਹੈਗੇ ਨੇ, ਡਿਫਰੈਂਟ ਹੈਗੇ ਨੇ। ਫਾਈਨਲੀ ਜਾਣਾ ਤਾਂ ਐਟ ਦਾ ਐਂਡ ਜੋ ਪੁਆਇੰਟ ਹੈਗਾ ਉਹ ਸਾਰਾ ਮੋਕਸ਼ਾ ਹੀ ਹੈਗਾ, ਰਸਤੇ ਕੀ ਨੇ ਡਿਫਰ ਹੈਗੇ ਨੇ। ਹਿੰਦੂਇਜ਼ਮ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਜਿੱਦਾਂ ਵੀ ਉਹ ਕਹਿੰਦੇ ਸੀ ਕਿ ਐਵਰੀ ਡੇ ਲਾਈਫ ਦੇ ਵਿੱਚ ਤੁਸੀਂ ਸੈਕਰੀਫਾਈਜ਼ ਔਰ ਰਿਚੁਅਲਸ ਨੂੰ ਪਰਫੋਰਮ ਕਰੋ, ਬ੍ਰਾਹਮਣਸ ਨੂੰ ਦਾਨ ਦਕਸ਼ਿਣਾ ਦਿਓ, ਜਿਹਦੇ ਨਾਲ ਤੁਹਾਡੀ ਸੋਲ ਹੈ ਜਿਹੜੀ ਸੈਟਿਸਫਾਈ ਰਹੇਗੀ ਔਰ ਤੁਹਾਨੂੰ ਮੋਕਸ਼ਾ ਜਿਹੜਾ ਮਿਲ ਜਾਏਗਾ। ਔਨ ਦਾ ਅਦਰ ਹੈਂਡ, ਜੈਨਿਜ਼ਮ ਦੇ ਵਿੱਚ ਆਪਾਂ ਨੇ ਡਿਸਕਸ ਕੀਤਾ ਸੀਗਾ ਐਕਸਟ੍ਰੀਮ ਪਾਥ ਹੈ ਜਿਹੜਾ ਤੁਸੀਂ ਫੋਲੋ ਕਰਨਾ ਹੈਗਾ ਏ,
ਠੀਕ ਹੈ ਜੀ। ਉਸ ਤੋਂ ਬਾਅਦ ਹੀ ਤੁਹਾਡੀ ਜਿਹੜੀ ਆਪ ਸੋਲ ਹੈਗੀ ਹੈ ਉਸਨੂੰ ਕੀ ਮਿਲੇਗਾ, ਮੋਕਸ਼ ਹੈ ਜਿਹੜਾ ਮਿਲੇਗਾ। ਤਾਂ ਸਿਮਿਲਰ ਇਹਨਾਂ ਨੇ ਵੀ ਮੋਕਸ਼ਾ ਦੇ ਕੁਝ ਪ੍ਰਿੰਸੀਪਲ ਆ ਜਿਹੜੇ ਦਿੱਤੇ ਸੀਗੇ, ਜਿਹਨੂੰ 8-fold ਪਾਥ ਜਾਂ ਫਿਰ ਮਿਡਲ ਪਾਥ ਵੀ ਹੈ ਜਿਹੜਾ ਕਿਹਾ ਜਾਂਦਾ ਹੈਗਾ। ਹੁਣ ਇਹਨਾਂ ਨੇ ਇਹ ਦੱਸਿਆ ਹੈਗਾ ਕਿ ਲਾਈਫ ਦੇ ਵਿੱਚ ਐਕਚੁਅਲ ਦੇ ਵਿੱਚ ਜਿਹੜੀਆਂ ਸਫਰਿੰਗਸ ਨੇ, ਲਾਈਫ ਦੇ ਵਿੱਚ ਜੋ ਪ੍ਰੋਬਲਮਸ ਨੇ, ਉਹਨਾਂ ਦਾ ਮੇਜਰ ਜਿਹੜਾ ਕਾਰਨ ਕੀ ਹੈਗਾ, ਇਹਨਾਂ ਦੇ ਜਿਹੜੇ 4 ਨੋਬਲ ਟਰੁੱਥ ਬਾਰੇ ਬੁੱਧੀਜ਼ਮ ਕੀ ਕਰਦਾ ਹੈਗਾ, ਗੱਲ ਹੈ ਉਹ ਕਰਦਾ ਹੈਗਾ। ਤਾਂ ਸਭ ਤੋਂ ਪਹਿਲਾਂ ਟਰੁੱਥ ਆਫ ਸਫਰਿੰਗ, ਠੀਕ ਹੈ, ਮਤਲਬ ਐਕਚੁਅਲ ਦੇ ਵਿੱਚ ਸਫਰਿੰਗ ਹਰ ਇੱਕ ਦੀ ਲਾਈਫ ਦੇ ਵਿੱਚ ਹੈ ਜਿਹੜਾ ਐਗਜਿਸਟ ਹੈ ਉਹ ਕਰਦਾ ਹੀ ਕਰਦਾ ਹੈਗਾ ਏ। ਔਰ ਸਫਰਿੰਗ ਦਾ ਮੇਜਰ ਕੌਜ਼ ਕੀ ਹੈਗਾ ਏ, ਦ ਟਰੁੱਥ ਆਫ ਕੌਜ਼ ਆਫ ਸਫਰਿੰਗ, ਦ ਟਰੁੱਥ ਆਫ ਦ ਐਂਡ ਆਫ ਸਫਰਿੰਗ ਐਂਡ ਦ ਟਰੁੱਥ ਆਫ ਦ ਪਾਥ ਦੈਟ ਲੀਡਸ ਟੂ ਦ ਐਂਡ ਆਫ ਸਫਰਿੰਗ। ਦੇਖੋ ਬੇਸਿਕਲੀ ਇਹਨੂੰ ਮੈਂ ਐਕਸਪਲੇਨ ਕਰ ਦਿੰਦੀ ਹਾਂ ਕਿ ਲਾਈਫ ਦੇ ਵਿੱਚ ਜਿਹੜੇ ਸਫਰਿੰਗਸ ਹੈਗੇ ਨੇ, ਦੁੱਖ ਹੈਗੇ ਨੇ, ਉਹਨਾਂ ਦਾ ਮੇਜਰ ਕਾਰਨ ਹੈਗਾ, ਇਹ ਐਕਚੁਅਲ ਦੇ ਵਿੱਚ ਇੱਥੇ ਜੀ ਡਾਟਾ ਐਗਜੈਕਟ ਨਹੀਂ ਲਿਖਿਆ ਹੋਇਆ, ਇਹਨੂੰ ਮੈਂ ਅਪਡੇਟ ਕਰ ਦਾਂਗੀ, ਠੀਕ ਹੈ ਜੀ। ਡਿਜ਼ਾਇਰਸ, ਕਲੀਅਰ, ਜੋ ਤੁਹਾਡੀ ਲਾਈਫ ਦੇ ਵਿੱਚ ਸਫਰਿੰਗਸ ਹੈਗੇ ਨੇ, ਉਹਨਾਂ ਦਾ ਜਿਹੜਾ ਮੇਜਰ ਕਾਜ਼ ਹੈਗਾ ਜਾਂ ਕਾਰਨ ਹੈਗਾ ਉਹ ਹੈਗਾ ਡਿਜ਼ਾਇਰ। ਤਾਂ ਉਹਨਾਂ ਡਿਜ਼ਾਇਰਸ ਨੂੰ ਆਪਾਂ ਨੇ ਕੀ ਕਰਨਾ ਹੈਗਾ, ਖਤਮ ਕਰਨਾ ਹੈਗਾ। ਜਦੋਂ ਤੁਹਾਡੀਆਂ ਡਿਜ਼ਾਇਰਸ ਹੀ ਖਤਮ ਹੋ ਗਈਆਂ, ਠੀਕ ਹੈ, ਹੁਣ ਇੱਕ ਪਾਸੇ ਇੱਕ ਪਰਸਨ ਕਹਿੰਦਾ ਕਿ ਮੈਨੂੰ ਇੱਕ ਲਗਜ਼ਰੀ ਲਾਈਫ ਚਾਹੀਦੀ ਹੈ, ਤਾਂ ਅਗਰ ਉਹਨੂੰ ਲਗਜ਼ਰੀ ਲਾਈਫ ਨਹੀਂ ਮਿਲਦੀ ਹੈਗੀ ਤਾਂ ਉਹਦੀ ਸੋਲ ਹੈ ਜਿਹੜੀ ਸੈਟਿਸਫਾਈ ਨਹੀਂ ਹੋਏਗੀ। ਜੇ ਸੋਲ ਸੈਟਿਸਫਾਈ ਨਹੀਂ ਰਹੇਗੀ ਤਾਂ ਉਹਨੂੰ ਮੋਕਸ਼ਾ ਨਹੀਂ ਮਿਲੇਗਾ, ਜੇ ਸੋਲ ਸੈਟਿਸਫਾਈ ਨਹੀਂ ਹੋਏਗੀ ਤਾਂ ਰੀਬਰਥ ਲਹੇਗੀ। ਅਗਰ ਉਹਨੂੰ ਲਗਜ਼ਰੀ ਲਾਈਫ ਚਾਹੀਦੀ ਹੈ, ਉਹਨੂੰ ਚਾਹੀਦੀ ਹੀ ਚਾਹੀਦੀ ਹੈ, ਤਾਂ ਓਬਵੀਅਸਲੀ ਹੋ ਸਕਦਾ ਉਹ ਕਰਮ ਗਲਤ ਪਰਫੋਰਮ ਕਰੇ। ਆਪਣੇ ਲਾਸਟ ਜੈਨਿਜ਼ਮ ਦੇ ਵਿੱਚ ਕਰਮਾਂ ਦਾ ਕਨਸੈਪਟ ਹੈ ਜਿਹੜਾ ਉਹ ਵੀ ਸਮਝਿਆ ਸੀਗਾ, ਅਗਰ ਗਲਤ ਕਰਮਾਂ ਪਰਫੋਰਮ ਕਰੇਗਾ ਤਾਂ ਓਬਵੀਅਸਲੀ ਸੋਲ ਹੈ ਜਿਹੜੀ ਰੀਬਰਥ ਲਏਗੀ, ਔਰ ਨੈਕਸਟ ਜਿਹੜਾ ਰੀਬਰਥ ਹੋਏਗਾ ਉਹਦੇ ਵਿੱਚ ਉਹਨੂੰ ਕੀ ਮਿਲੇਗਾ, ਲੋਅਰ ਕਲੈਨ ਹੈ ਜਿਹੜਾ ਜਾਂ ਲੋਅਰ ਵਰਨ ਹੈ ਜਿਹੜਾ ਉਹਦੇ ਵਿੱਚ ਐਗਜਿਸਟ ਕਰੇਗੀ, ਔਰ ਹੋਰ ਜ਼ਿਆਦਾ ਸਫਰਿੰਗ ਹੈ ਉਹਨੂੰ ਕੀ ਪੈਣਗੀਆਂ, ਫੇਸ ਹੈ ਜਿਹੜੀਆਂ ਕਰਨੀਆਂ ਪੈਣਗੀਆਂ। ਕਲੀਅਰ? ਤਾਂ ਬੇਸਿਕਲੀ ਜਿਹੜੇ ਇਹ ਬੁੱਧੀਜ਼ਮ ਫਿਲੋਸਫੀ ਹੈਗੀ ਉਹਦੇ ਵਿੱਚ ਕਿਹਾ ਜਾਂਦਾ ਕਿ ਜਿਹੜਾ ਸਫਰਿੰਗ ਦਾ ਮੇਜਰ ਕਾਰਨ ਹੈਗਾ ਹੈ ਉਹ ਹੈਗਾ ਜੀ ਆਪਣੇ ਡਿਜ਼ਾਇਰਸ। ਤਾਂ ਅਗਰ ਕੋਈ ਪਰਸਨ ਡਿਜ਼ਾਇਰਸ ਨੂੰ ਕੰਪਲੀਟਲੀ ਐਲੀਮੀਨੇਟ ਕਰ ਦਿੰਦਾ ਹੈ, ਮਤਲਬ ਆਪਣਾ ਜਿਹੜਾ ਇਹ ਕਹਿ ਲਓ ਪੰਜਾਬੀ ਜਿਹਨੂੰ ਆਪਾਂ ਕਹਿ ਦਿੰਦੇ ਕਿ ਮੋਹ ਮਾਇਆ ਖਤਮ ਕਰ ਦੇਣੀ ਹੈ, ਠੀਕ ਹੈ, ਕਿ ਸੰਸਾਰ ਤੋਂ ਵਰਡ ਦੇ ਨਾਲ ਟੋਟਲੀ ਡੀਅਟੈਚ ਹੋ ਜਾਣਾ, ਤਾਂ ਉਹਦੇ ਨਾਲ ਕੀ ਹੋਏਗਾ, ਤੁਸੀਂ ਕੀ ਹੋ ਜਾਓਗੇ, ਇੱਕ ਮਤਲਬ ਤੁਹਾਡੀ ਜਿਹੜੀ ਸੋਲ ਹੈ ਉਹ ਸੈਟਿਸਫਾਈ ਹੋਏਗੀ। ਜਦੋਂ ਕੋਈ ਡਿਜ਼ਾਇਰ ਨਹੀਂ ਰਹੇਗੀ ਤੁਹਾਡੀ ਸੋਲ ਨੂੰ, ਤਾਂ ਓਬਵੀਅਸਲੀ ਤੁਹਾਡੀ ਸੋਲ ਹੈ ਜਿਹੜੀ ਰੀਬਰਥ ਹੈ ਜਿਹੜੀ ਨਹੀਂ ਲਏਗੀ, ਤੁਹਾਨੂੰ ਮੋਕਸ਼ਾ ਮਿਲ ਜਾਏਗਾ, ਔਰ ਤੁਹਾਡੀ ਸੋਲ ਹੈ ਜਿਹੜੀ ਪਰਮਾਤਮਾ ਦੀ ਸ਼ਰਨ ਦੇ ਵਿੱਚ ਚਲੀ ਜਾਏਗੀ। ਤਾਂ ਇਹ ਫਿਲੋਸਫੀ ਹੈਗੀ ਹੈ ਜੀ ਆਪਣੇ ਪਾਸ ਬੇਸਿਕਲੀ ਬੁੱਧੀਜ਼ਮ ਦੀ। ਮਤਲਬ ਇਹਨਾਂ ਨੇ ਗੱਲ ਕੀਤੀ ਹੈਗੀ ਹੈ ਕਿ ਆਪਣੇ ਡਿਜ਼ਾਇਰਸ ਨੂੰ ਕੰਪਲੀਟਲੀ ਐਲੀਮੀਨੇਟ ਕੀਤਾ ਜਾਵੇ, ਔਰ ਸੋਲ ਨੂੰ ਡਿਟੈਚ ਕਰ ਲਿਆ ਜਾਵੇ ਵਰਲਡ ਤੋਂ, ਔਰ ਇਸ ਤਰੀਕੇ ਦੇ ਨਾਲ ਜਿਹੜੀ ਸੋਲ ਹੈ ਉਹ ਨਿਰਵਾਣ ਸੋਰੀ ਆਪਣੇ ਪਾਸ ਮੋਕਸ਼ਾ ਜਾਂ ਨਿਰਵਾਣ ਹੈ ਜਿਹੜੀ ਉਹ ਅਚੀਵ ਹੈ ਕਰ ਲਏਗੀ। ਕਲੀਅਰ? ਤਾਂ ਇਹ ਸੀ, ਇਹ ਚੀਜ਼ ਨੂੰ ਥੋੜ੍ਹਾ ਜਿਹਾ ਆਪਾਂ ਨੇ ਧਿਆਨ ਰੱਖਣਾ। ਹੁਣ ਦੇਖੋ, ਜੇ 4 ਆਪਾਂ ਨੇ ਨੋਬਲ ਟਰੁੱਥ ਆਫ ਲਾਈਫ ਇਹਨਾਂ ਨੇ ਜੋ ਐਕਸਪਲੇਨ ਕੀਤੇ ਨੇ ਕਿ ਡਿਜ਼ਾਇਰਸ ਹੀ ਮੇਨ ਕੌਜ਼ਿਜ਼ ਹੈਗੀਆਂ ਨੇ ਹਰ ਇੱਕ ਚੀਜ਼ ਦਾ, ਤਾਂ ਉਸ ਚੀਜ਼ ਨੂੰ ਹੁਣ ਇਹ ਜਿਹੜੇ 4 ਮਤਲਬ ਮੇਜਰ ਟਰੁੱਥ ਹੈਗੇ ਨੇ, ਤਾਂ ਡਿਜ਼ਾਇਰਸ ਨੂੰ ਕੰਪਲੀਟਲੀ ਐਲੀਮੀਨੇਟ ਕਰਨ ਦਾ ਮੈਥਡ ਕੀ ਹੈਗਾ ਏ, ਬੇਸਿਕਲੀ ਉਹ ਮੈਥਡ ਇਹਨਾਂ ਨੇ ਦੱਸਿਆ ਹੈਗਾ ਏ, ਉਹਨੂੰ ਆਪਾਂ ਬੋਲਦੇ ਹੈਗੇ ਹਾਂ 8-fold ਪਾਥ, ਜਾਂ ਜਿਹਨੂੰ ਅਸ਼ਟਾਂਗ ਮਾਰਗ ਜਾਂ ਮਿਡਲ ਪਾਥ ਵੀ ਬੋਲਿਆ ਜਾਂਦਾ ਹੈਗਾ। ਹੁਣ ਇਹਦੇ ਵਿੱਚ 8 ਹੈਗੇ ਨੇ, ਓਬਵੀਅਸਲੀ ਤੁਹਾਨੂੰ ਰਾਈਟ ਓਬਜ਼ਰਵੇਸ਼ਨ ਕਰਨੀ ਚਾਹੀਦੀ ਹੈ, ਰਾਈਟ ਡਿਟਰਮੀਨੇਸ਼ਨ ਹੋਣਾ ਚਾਹੀਦਾ, ਰਾਈਟ ਐਕਸ਼ਨ, ਰਾਈਟ ਐਕਸਰਸਾਈਜ਼, ਰਾਈਟ ਸਪੀਚ, ਮਤਲਬ ਯੂ ਹੈਵ ਟੂ ਡੂ ਐਵਰੀਥਿੰਗ ਇਨ ਰਾਈਟ ਮੈਨਰ, ਠੀਕ ਹੈ ਜੀ। ਇਹ ਚੀਜ਼ ਨੂੰ ਧਿਆਨ ਰੱਖਣਾ, ਇਹਨੂੰ ਆਪਾਂ ਨੇ ਕੰਪਲੀਟਲੀ ਤੌਰ 'ਤੇ ਜਿਹੜਾ ਰੱਟਾ ਨਹੀਂ ਮਾਰਨਾ, ਤੁਹਾਨੂੰ 8 ਦੀ 8 ਐਵੇਂ ਨਹੀਂ ਪੁੱਛਣ ਲੱਗਿਆ, ਬਸ ਇਹ ਚੀਜ਼ ਧਿਆਨ ਰੱਖਣੀ ਹੈ ਵੀ ਤੁਸੀਂ ਹਰ ਇੱਕ ਚੀਜ਼ ਸਹੀ ਤਰੀਕੇ ਦੇ ਵਿੱਚ ਜਾਂ ਰਾਈਟ ਵੇ ਦੇ ਵਿੱਚ ਹੀ ਕੀ ਕਰਨਾ, ਪਰਫੋਰਮ ਹੈ ਜਿਹੜਾ ਕਰਨਾ ਹੈਗਾ। ਇਹਨੂੰ 8-fold ਪਾਥ ਹੈ ਜਿਹੜਾ ਕਿਹਾ ਗਿਆ, ਅਸ਼ਟਾਂਗ ਮਾਰਗ ਵੀ ਇਹਨੂੰ ਕਿਹਾ ਗਿਆ, ਔਰ ਮਿਡਲ ਫੋਲਡ ਜਾਂ ਮਿਡਲ ਪਾਥ ਵੀ ਹੈ ਜਿਹੜਾ ਕਿਹਾ ਗਿਆ ਹੈਗਾ।
ਤਾਂ ਦੇਖੋ ਅਗਰ ਆਪਾਂ ਦੇਖਿਆ ਜਾਵੇ, ਅਗਰ ਆਪਾਂ ਜੈਨਿਜ਼ਮ ਦੀ ਗੱਲ ਕਰੀਏ ਤਾਂ ਜੈਨਿਜ਼ਮ ਦੇ ਵਿੱਚ ਕੋਈ ਮਿਡਲ ਪਾਥ ਦੀ ਗੱਲ ਹੈ ਜਿਹੜੀ ਨਹੀਂ ਕੀਤੀ ਗਈ ਸੀ। ਮਿਡਲ ਪਾਥ ਬੇਸਿਕਲੀ ਕੀ ਚੀਜ਼ ਹੈਗੀ ਹੈ? ਮਿਡਲ ਪਾਥ ਦੇ ਵਿੱਚ ਇਹ ਚੀਜ਼ ਕਹੀ ਹੋਈ ਹੈ ਕਿ ਤੁਹਾਨੂੰ ਕੁਛ ਵੀ ਐਕਸਟ੍ਰੀਮ ਕਰਨ ਦੀ ਜ਼ਰੂਰਤ ਨਹੀਂ ਹੈਗੀ। ਜਿਵੇਂ ਆਪਾਂ ਨੇ ਜੈਨਿਜ਼ਮ ਦੇ ਵਿੱਚ ਪੜ੍ਹਿਆ ਸੀਗਾ, ਐਕਸਟ੍ਰੀਮ ਪੈਨੈਂਸ ਦੀ ਆਪਾਂ ਨੂੰ ਜ਼ਰੂਰਤ ਹੈਗੀ, ਆਪਣਾ ਘਰ ਬਾਰ ਛੱਡਣਾ ਪਏਗਾ, ਐਕਸਟ੍ਰੀਮ ਲੈਵਲ 'ਤੇ ਹਰ ਚੀਜ਼ ਨੂੰ ਕਰਨੀ ਪਏਗੀ ਅਗਰ ਐਕਚੁਅਲ 'ਚ ਤੁਸੀਂ ਮੋਕਸ਼ਾ ਅਟੇਨ ਹੈ ਜਿਹੜਾ ਕਰਨਾ ਚਾਹੁੰਦੇ ਹੈਗੇ ਹੋ। ਔਨ ਦਾ ਅਦਰ ਸਾਈਡ ਬਟ ਬੁੱਧੀਜ਼ਮ ਦੇ ਵਿੱਚ ਇਹ ਚੀਜ਼ ਦੀ ਗੱਲ ਨਹੀਂ ਕੀਤੀ ਹੋਈ। ਬੁੱਧੀਜ਼ਮ ਦੇ ਵਿੱਚ ਮਿਡਲ ਪਾਥ ਦੀ ਗੱਲ ਕੀਤੀ ਹੋਈ ਹੈ ਕਿ ਤੁਸੀਂ ਆਪਣੀ ਘਰ ਗ੍ਰਹਿਸਥੀ ਦੇ ਵਿੱਚ ਰਹਿ ਕੇ ਹੀ ਕੀ ਕਰ ਸਕਦੇ ਹੋ, ਮੋਕਸ਼ਾ ਅਟੇਨ ਕਰ ਸਕਦੇ ਹੋ ਜਾਂ ਨਿਰਵਾਣਾ ਲੈ ਸਕਦੇ ਹੈਗੇ ਹੋ। ਉਹ ਆਪਾਂ ਲੇਟਰ ਔਨ ਡਿਸਕਸ ਹੈ ਜਿਹੜਾ ਕਰਾਂਗੇ, ਕਲੀਅਰ? ਤਾਂ ਇਹ ਚੀਜ਼ ਨੂੰ ਧਿਆਨ ਰੱਖਣਾ ਕਿ ਆਪਾਂ ਨੇ ਹਰ ਚੀਜ਼ ਹੈ ਜਿਹੜੀ ਉਹ ਕੀ ਕਰਨੀ ਹੈਗੀ ਹੈ, ਰਾਈਟ ਵੇ ਦੇ ਵਿੱਚ ਕਰਨੀ ਹੈਗੀ ਹੈ ਤਾਂ ਕਿ ਆਪਾਂ ਜਿਹੜਾ ਆਪਣਾ ਨਿਰਵਾਣਾ ਹੈ ਜਿਹੜਾ ਗੇਨ ਕਰ ਸਕੀਏ। ਅੱਛਾ, ਮੱਧਿਅਮ ਮਾਰਗ ਦੇਖੋ। ਮੱਧਿਅਮ ਮਾਰਗ ਕੀ ਕਹਿੰਦਾ? ਕਿ ਬਹੁਤ ਜ਼ਿਆਦਾ ਐਕਸੈਸ ਦੇ ਵਿੱਚ ਕੁਛ ਵੀ ਨਹੀਂ ਕਰਨਾ। ਇਹ ਨਹੀਂ ਹੈਗਾ ਵੀ ਤੁਸੀਂ ਬਹੁਤ ਜ਼ਿਆਦਾ ਅਮੀਰੀ ਦੀਆਂ ਹੀ ਗੱਲਾਂ ਕਰੋ, ਔਰ ਇਹ ਵੀ ਨਹੀਂ ਹੈਗਾ ਕਿ ਤੁਸੀਂ ਬਹੁਤ ਜ਼ਿਆਦਾ ਗਰੀਬੀ ਦੀਆਂ ਹੀ ਗੱਲਾਂ ਕਰੋ। ਬਹੁਤ ਜ਼ਿਆਦਾ ਅਮੀਰ ਵੀ ਨਹੀਂ, ਬਹੁਤ ਜ਼ਿਆਦਾ ਲਗਜ਼ਰੀ ਲਾਈਫ ਵੀ ਨਹੀਂ, ਬਹੁਤ ਜ਼ਿਆਦਾ ਪੂਰ ਲਾਈਫ ਵੀ ਨਹੀਂ। ਤਾਂ ਮਿਡਲ ਪਾਥ ਨੂੰ ਹੁਣ ਕੀ ਕਰਨਾ ਹੈਗਾ? ਤੁਸੀਂ ਫੋਲੋ ਕਰਨਾ ਹੈਗਾ, ਕੁਛ ਵੀ ਚੀਜ਼ ਐਕਸਟ੍ਰੀਮ ਦੇ ਵਿੱਚ ਨਹੀਂ ਕਰਨੀ ਹੈਗੀ। ਇਹ ਚੀਜ਼ ਦੀ ਗੱਲ ਕਰਦਾ ਹੈਗਾ ਇਹ ਮਿਡਲ ਪਾਥ, ਠੀਕ ਹੈ ਜੀ। ਅੱਛਾ, ਤ੍ਰੀਰਤਨਾ। ਹੁਣ ਦੇਖੋ ਬੁੱਧਾਸ ਦੇ ਵੀ ਤ੍ਰੀਰਤਨਾ ਹੈਗੇ ਆ, ਉੱਥੇ ਵੀ ਆਪਾਂ ਨੇ ਥ੍ਰੀ ਜਵੈਲਸ ਆ ਜਿਹੜੇ ਪੜ੍ਹੇ ਸੀਗੇ, ਤੁਹਾਨੂੰ ਯਾਦ ਹੋਏਗਾ ਅਗਰ KFC ਆਪਾਂ ਨੇ ਪੜ੍ਹਿਆ ਸੀਗਾ। ਔਰ ਇੱਥੇ ਹੈਗੇ ਨੇ ਤ੍ਰੀਰਤਨਾ। ਇੱਥੇ ਦੇਖੋ ਕਿਹੜੇ ਕਿਹੜੇ ਨੇ ਤ੍ਰੀਰਤਨਾ, ਇਹਨਾਂ ਨੂੰ ਆਪਾਂ ਡਿਸਕਸ ਕਰਦੇ ਹੈਗੇ ਹਾਂ। ਬੁੱਧਾ, ਇੱਕ ਤਾਂ ਹੈਗਾ ਬੁੱਧਾ, ਇੱਕ ਹੈਗਾ ਧਾਮਾ, ਇੱਕ ਹੈਗਾ ਆਪਣੇ ਪਾਸ ਸੰਘਾ। ਹੁਣ ਦੇਖੋ ਬੁੱਧਾ ਇਟਸੈਲਫ ਜਿਹੜੇ ਖੁਦ ਨੇ, ਓਬਵੀਅਸਲੀ ਜਿਹੜੇ ਸੈਂਟਰਲ ਫਿਗਰ ਹੈਗੀ ਆ ਉਹ ਤਾਂ ਬੁੱਧਾ ਹੀ ਹੈ, ਠੀਕ ਹੈ। ਬੁੱਧਾ ਜਿਹੜੀ ਬੁੱਧਿਜ਼ਮ ਰਿਲੀਜਨ ਹੈਗਾ ਤਾਂ ਉਹ ਕਿਹਦੇ ਅਰਾਊਂਡ ਹੀ ਘੁੰਮਦਾ? ਉਹ ਬੁੱਧਾ ਜੀ ਦੇ ਅਰਾਊਂਡ ਹੀ ਘੁੰਮਦਾ ਹੈਗਾ। ਤਾਂ ਬੁੱਧਾ ਦਾ ਹਿਮਸੈਲਫ ਹੋ ਗਏ ਉਹ। ਉਸ ਤੋਂ ਬਾਅਦ ਧਾਮਾ, ਧਾਮਾ ਬੇਸਿਕਲੀ ਕਿਸ ਚੀਜ਼ ਨੂੰ ਕਿਹਾ ਹੋਇਆ? ਜਿਹੜੀਆਂ ਬੁੱਧਾ ਦੀਆਂ ਜਿੰਨੀਆਂ ਵੀ ਟੀਚਿੰਗਸ ਹੈਗੀਆਂ ਨੇ, ਬੁੱਧਾ ਦੇ ਜਿੰਨੇ ਵੀ ਪ੍ਰਿੰਸੀਪਲਸ ਨੇ, ਜਿਹੜੀਆਂ ਵੀ ਬੁੱਕਸ ਕੰਪਾਈਲੇਸ਼ਨ ਹੋਈ ਹੈ, ਉਹਨਾਂ ਨੂੰ ਸਾਰੀਆਂ ਨੂੰ ਆਪਾਂ ਕਿਹਦੇ ਵਿੱਚ ਕੰਸਿਡਰ ਕਰਾਂਗੇ? ਉਹ ਧਾਮਾ ਨੇ, ਕਲੀਅਰ? ਅੱਛਾ, ਉਸ ਤੋਂ ਬਾਅਦ ਆਪਣੇ ਪਾਸ ਨੈਕਸਟ ਹੈਗਾ ਜੀ ਆਪਣੇ ਪਾਸ ਸੰਘਾ। ਸੰਘਾ ਬੇਸਿਕਲੀ ਕੀ ਹੈਗਾ? ਬੁੱਧ ਜਿਹੜੇ ਬੁੱਧਾ ਦੇ ਫੋਲੋਅਰ ਹੋਣਗੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਕਿਹਾ ਜਾਂਦਾ ਹੈਗਾ ਜੀ ਸੰਘਾ। ਹੁਣ ਦੇਖੋ ਜਿਹੜੇ ਸੰਘਾ ਸੀਗੇ ਇਹ ਬੇਸਿਕਲੀ ਕੀ ਸੀਗੇ? ਮੌਂਗ ਸੀਗੇ, ਜਿਨ੍ਹਾਂ ਨੇ ਕੀ ਕਰਨਾ ਸੀਗਾ? ਬੁੱਧੀਜ਼ਮ ਧਰਮ ਨੂੰ ਇੱਕ ਤਾਂ ਅਡੋਪਟ ਕੀਤਾ ਹੋਇਆ ਸੀ, ਔਰ ਇਹਨਾਂ ਦਾ ਮੇਨ ਜਿਹੜਾ ਕੰਮ ਸੀਗਾ ਅੱਗੇ ਜਿਹੜਾ ਬੁੱਧੀਜ਼ਮ ਰਿਲੀਜਨ ਹੈਗਾ ਉਹਨੂੰ ਅੱਗੇ ਸਪਰੈਡ ਕਰਨਾ, ਠੀਕ ਹੈ। ਮਤਲਬ ਇਹ ਇਹਨਾਂ ਦਾ ਮੇਜਰ ਕੰਮ ਸੀਗਾ। ਹੁਣ ਇਹਦੇ ਵਿੱਚ ਵੀ ਦੋ ਤਰੀਕੇ ਦੇ ਸੰਘਾ ਐਗਜ਼ਿਸਟ ਕਰਦੇ ਸੀਗੇ, ਉਹ ਤੁਸੀਂ ਥੋੜ੍ਹੇ ਧਿਆਨ ਰੱਖਣੇ ਨੇ। ਇੱਕ ਨੂੰ ਬੋਲਿਆ ਜਾਂਦਾ ਜੀ ਹੈਗਾ ਆਪਣੇ ਪਾਸ ਉਪਾਸਕਾ, ਉਪਾਸਕਾ, ਔਰ ਇੱਕ ਹੁੰਦੇ ਸੀਗੇ ਜੀ ਭਿਕਸ਼ੂ, ਭਿਕਸ਼ੂ। ਦੋ ਤਰੀਕੇ ਦੇ ਸੰਘਾ ਐਗਜ਼ਿਸਟ ਕਰਦੇ ਸੀਗੇ, ਇੱਕ ਉਪਾਸਕਾ ਔਰ ਦੂਸਰੇ ਸੀਗੇ ਭਿਕਸ਼ੂ। ਭਿਕਸ਼ੂ ਬੇਸਿਕਲੀ ਕਿਹੜੇ ਹੁੰਦੇ ਸੀਗੇ? ਜਿਹੜੇ ਕਿ ਐਕਚੁਅਲ ਦੇ ਵਿੱਚ ਮੌਂਕ ਸੀਗੇ, ਮਤਲਬ ਜਿਹੜੇ ਕਿ ਕਿੱਥੇ ਰਹਿੰਦੇ ਸੀਗੇ? ਵਹੀਰਾ ਦੇ ਵਿੱਚ ਰਹਿੰਦੇ ਸੀ। ਵਹੀਰਾ ਬੇਸਿਕਲੀ ਕੀ ਸੀਗਾ? ਵਹੀਰਾ, ਇੱਦਾਂ ਕਰਕੇ ਵਹੀਰਾ, ਇਹ ਉਹ ਪਲੇਸ ਸੀਗਾ ਜਿੱਥੇ ਜਿਹੜੇ ਬੁੱਧਿਸਟ ਮੌਂਕ ਸੀਗੇ ਉਹ ਰਹਿੰਦੇ ਸੀਗੇ। ਮੌਂਕ ਮਤਲਬ ਇੱਕ ਪਰਟੀਕੁਲਰ ਮਤਲਬ ਵਰਲਡ ਤੋਂ, ਇੱਕ ਘਰ ਨੂੰ ਛੱਡ ਕੇ ਵਰਲਡ ਤੋਂ ਡਿਟੈਚ ਹੋ ਕੇ, ਵਰਲਡ ਤੋਂ ਡਿਟੈਚ ਹੋਣ ਤੋਂ ਬਾਅਦ ਇੱਕ ਪਰਟੀਕੁਲਰ ਪਲੇਸ ਦੇ ਵਿੱਚ ਜਿੱਥੇ ਸਾਰੇ ਮੌਂਕ ਮਿਲ ਕੇ ਰਹਿੰਦੇ ਸੀਗੇ, ਪ੍ਰੇਅਰ ਕਰਦੇ ਸੀ, ਇੱਕ ਪ੍ਰੋਪਰ ਕਲਚਰ, ਇੱਕ ਪ੍ਰੋਪਰ ਰੂਟੀਨ ਨੂੰ ਫੋਲੋ ਕਰਦੇ ਸੀ, ਇੱਕ ਸਟ੍ਰਿਕਟ ਬੁੱਧਿਜ਼ਮ ਜਿਨ੍ਹਾਂ ਨੇ ਧਰਮ ਨੂੰ ਅਡੋਪਟ ਕੀਤਾ ਹੋਇਆ ਸੀਗਾ, ਉਹਨਾਂ ਨੂੰ ਆਪਾਂ ਭਿਕਸ਼ੂ ਬੋਲਦੇ ਹੈਗੇ ਹਾਂ। ਵੀ ਉਹਨਾਂ ਨੇ ਆਪਣਾ ਘਰ ਵੀ ਛੱਡ ਦਿੱਤਾ ਹੈਗਾ, ਉਹ ਜਾ ਕੇ ਕਿੱਥੇ ਰਹਿ ਰਹੇ ਨੇ? ਵਿਹੜਾ ਦੇ ਵਿੱਚ ਰਹਿ ਰਹੇ ਨੇ, ਔਰ ਉੱਥੇ ਉਹ ਬਾਕੀ ਮੌਂਕਸ ਦੇ ਨਾਲ ਰਹਿ ਰਹੇ ਨੇ, ਔਰ ਜੋ ਵੀ ਪ੍ਰੋਸੈਸ ਹੈਗਾ ਬਾਕੀ ਮੋਹ ਮਾਇਆ ਨੂੰ ਛੱਡ ਕੇ ਉਹ ਸਿਰਫ ਔਰ ਸਿਰਫ
ਸਿਰਫ ਕਿਹਦੀਆਂ ਗੱਲਾਂ ਕਰਦੇ ਹੈਗੇ ਨੇ, ਧਰਮ ਦੀ ਹੀ ਗੱਲ ਹੈ ਜਿਹੜੀ ਕਰਦੇ ਹੈਗੇ ਨੇ। ਤਾਂ ਇੱਕ ਤਾਂ ਸੰਘਾ ਟਾਈਪ ਦੇ ਫੋਲੋਅਰ ਸੀਗੇ ਜੀ, ਸੰਘਾ ਦੇ ਵਿੱਚ ਸੋਰੀ ਭਿਕਸ਼ੂ ਟਾਈਪ ਦੇ ਫੋਲੋਅਰ ਸੀਗੇ ਜਿਹੜੇ ਕਿ ਵਿਹੜਾ ਦੇ ਵਿੱਚ ਜਾ ਕੇ ਜਿਹੜਾ ਰਹਿੰਦੇ ਸੀਗੇ। ਅੱਛਾ, ਉਸ ਤੋਂ ਬਾਅਦ ਔਨ ਦੀ ਅਦਰ ਸਾਈਡ ਦੂਸਰੇ ਸੀਗੇ ਉਪਾਸਕਾ। ਉਪਾਸਕਾ ਉਹ ਸੀਗੇ ਜਿੱਦਾਂ ਫੋਰ ਐਗਜ਼ਾਮਪਲ ਜਿਨ੍ਹਾਂ ਨੇ ਗ੍ਰਿਸਤੀ ਦੇ ਵਿੱਚ ਹੀ ਰਹਿਣਾ, ਜਿਹੜਾ ਆਪਣੇ ਪਰਿਵਾਰ ਨੂੰ ਨਹੀਂ ਛੱਡਣਾ ਚਾਹੁੰਦੇ ਜਾਂ ਨਹੀਂ ਛੱਡ ਸਕਦੇ ਹੈਗੇ, ਤਾਂ ਉਹਨਾਂ ਨੇ ਗ੍ਰਿਸਤੀ ਦੇ ਵਿੱਚ ਹੀ ਰਹਿ ਕੇ ਆਪਣਾ ਜਿਹੜਾ ਬੁੱਧਿਸਟ ਧਰਮ ਨੂੰ ਅਡੋਪਟ ਕੀਤਾ ਹੋਇਆ ਔਰ ਜਿੰਨਾ ਉਹ ਫੋਲੋਅਪ ਕਰ ਸਕਦੇ ਨੇ ਉਨਾ ਉਹ ਫੋਲੋਅਪ ਹੈ ਜਿਹੜਾ ਕਰਦੇ ਹੈਗੇ ਨੇ। ਤਾਂ ਦੋ ਟਾਈਪ ਦੇ ਸੰਘਾਸ ਐਗਜ਼ਿਸਟ ਕਰਦੇ ਸੀਗੇ, ਇੱਕ ਉਪਾਸਕਾ ਔਰ ਦੂਸਰੇ ਕੀ ਸੀਗੇ, ਭਿਕਸ਼ੂ। ਮੇਜਰ ਜਿਹੜਾ ਭਿਕਸ਼ੂ ਸੀਗਾ ਉਹਨਾਂ ਦਾ ਕੰਮ ਕੀ ਹੁੰਦਾ ਸੀਗਾ, ਬੁੱਧਿਜ਼ਮ ਜਿਹੜਾ ਰਿਲੀਜਨ ਹੈਗਾ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਸਪਰੈਡ ਕਰਨਾ ਔਰ ਜੋ ਵੀ ਉਹਨਾਂ ਦੀ ਰੂਟੀਨ ਕਲਚਰ ਹੈਗਾ ਉਸ ਚੀਜ਼ ਨੂੰ ਪਰਫੋਰਮ ਹੈ ਜਿਹੜਾ ਕਰਨਾ, ਮਤਲਬ ਆਪਣੇ ਧਰਮ 'ਤੇ ਅਟਲ ਰਹਿਣਾ। ਬੇਸਿਕਲੀ ਇਹ ਭਿਕਸ਼ੂ ਦਾ ਮੇਜਰ ਕੀ ਸੀਗਾ, ਪਰਪਸ ਸੀਗਾ। ਤਾਂ ਸੰਘਾ ਬੇਸਿਕਲੀ ਇਹਨਾਂ ਨੇ ਬੁੱਧਿਜ਼ਮ ਨੂੰ ਪ੍ਰੀਚ ਵੀ ਕੀਤਾ, ਠੀਕ ਹੈ ਜੀ, ਪ੍ਰਚਾਰ ਵੀ ਕੀਤਾ, ਇਹਨਾਂ ਨੇ ਸਪਰੈਡ ਵੀ ਕੀਤਾ ਔਰ ਇੱਕ ਕਿਤੇ ਨਾ ਕਿਤੇ ਜਦੋਂ ਆਪਾਂ ਦੇਖਾਂਗੇ ਕਿ ਬੁੱਧਿਜ਼ਮ ਜਦੋਂ ਡਿਕਲਾਈਨ ਹੋਇਆ ਹੈ ਤਾਂ ਸੰਘਾ ਦੇ ਕਾਰਨ ਹੀ, ਸੰਘਾ ਇੱਕ ਮੇਜਰ ਰੋਲ ਪਲੇ ਕੀਤਾ ਹੈ ਕਿ ਕਿੱਦਾਂ ਕਰਪਸ਼ਨ ਹੈ ਜਿਹੜੀ ਸੰਘਾਸ ਦੇ ਵਿੱਚ ਵੱਧ ਗਈ ਸੀਗੀ ਔਰ ਇਹੀ ਇੱਕ ਮੇਜਰ ਕਾਰਨ ਬਣਿਆ ਕਿ ਜਿਹਦੇ ਨਾਲ ਬੁੱਧਿਜ਼ਮ ਹੈ ਜਿਹੜਾ ਉਹ ਕੀ ਹੋ ਗਿਆ, ਡਿਕਲਾਈਨ ਹੈ, ਸ਼ੁਰੂ ਹੋ ਗਿਆ, ਠੀਕ ਹੈ, ਡਿਕਲਾਈਨ ਹੋ ਗਿਆ, ਕਲੀਅਰ। ਤਾਂ ਤ੍ਰੀ ਰਤਨ ਵੀ ਆਪਾਂ ਨੇ ਡਿਸਕਸ ਕਰ ਲਏ ਹੈਗੇ ਨੇ, ਮਿਡਲ ਪਾਥ ਵੀ ਆਪਾਂ ਨੇ ਡਿਸਕਸ ਕਰ ਲਿਆ ਹੈਗਾ, ਬੇਸਿਕ ਚੀਜ਼ਾਂ ਜਿਹੜੇ ਬੁੱਧਾ ਦੀ ਲਾਈਫ ਦੇ ਨਾਲ ਹੈਗੀਆਂ ਨੇ ਉਹ ਵੀ ਆਪਾਂ ਨੇ ਡਿਸਕਸ ਆ ਜਿਹੜੇ ਕਰ ਲਈਆਂ ਹੈਗੀਆਂ। ਹੁਣ ਥੋੜ੍ਹਾ ਜਿਹਾ ਇੱਥੇ ਆਪਾਂ ਨੇ, ਕਿਉਂਕਿ ਆਪਾਂ ਦੇਖਿਆ ਸੀ ਬੁੱਧਿਜ਼ਮ ਦੇ ਜਿਹੜੇ ਫਾਊਂਡਰ ਹੈਗੇ ਨੇ ਉਹ ਗੌਤਮ ਬੁੱਧਾ ਨੇ, ਠੀਕ ਹੈ ਜੀ, ਬਟ ਔਨ ਦਾ ਅਦਰ ਸਾਈਡ ਅਗਰ ਆਪਾਂ ਜੈਨਿਜ਼ਮ ਕਹੀਏ, ਜੈਨਿਜ਼ਮ ਦੇ ਜਿਹੜੇ ਗ੍ਰੇਟ ਤੀਰਥਾਂਕਰਾ ਸੀਗੇ ਉਹ 24 ਤੀਰਥਾਂਕਰਾ ਜਿਹੜੇ ਕੌਣ ਸੀਗੇ, ਆਪਣੇ ਵਰਧਮਾਨ ਮਹਾਂਵੀਰਾ ਸੀਗੇ। ਤਾਂ ਉਹਦੇ ਫਾਊਂਡਰ ਵਰਧਮਾਨ ਮਹਾਂਵੀਰਾ ਨਹੀਂ ਸੀਗੇ, ਪਰ ਔਨ ਦੀ ਅਦਰ ਹੈਂਡ ਅਗਰ ਆਪਾਂ ਗੱਲ ਕਰੀਏ ਕਿ ਇਹਦੇ ਜਿਹੜੇ ਫਾਊਂਡਰ ਸੀਗੇ ਆਪਣੇ ਗੌਤਮ ਬੁੱਧਾ ਜੀ ਸੀਗੇ। ਤਾਂ ਦੋਨਾਂ 'ਚ ਮੇਨ ਡਿਫਰੈਂਸ ਹੈਗਾ, ਉਹਨਾਂ ਦੇ ਫਾਊਂਡਰ ਅਲੱਗ ਸੀਗੇ, ਗ੍ਰੇਟ ਤੀਰਥਾਂਕਰਾ ਅਲੱਗ ਸੀਗੇ, ਇਹਦੇ ਵਿੱਚ ਫਾਊਂਡਰ ਔਰ ਗ੍ਰੇਟ ਜਿਹੜੇ ਗੁਰੂ ਸੀਗੇ ਉਹ ਬੁੱਧਾ ਜੀ ਹੀ ਸੀਗੇ। ਦੋਨੋਂ ਚੀਜ਼ਾਂ ਸੇਮ ਚੀਜ਼ ਦੇ ਵਿੱਚ ਐਗਜ਼ਿਸਟ ਹੈ ਜਿਹੜੀਆਂ ਕਰਦੀਆਂ ਸੀਗੀਆਂ। ਹਾਂਜੀ, ਹੁਣ ਆਪਾਂ ਕੁਝ ਹੋਰ ਪ੍ਰਿੰਸੀਪਲਸ ਨੂੰ ਡਿਸਕਸ ਕਰਦੇ ਹੈਗੇ ਆ। ਬੁੱਧਿਜ਼ਮ ਦੀ ਫਿਲੋਸਫੀ ਬੇਸਿਕਲੀ ਕੀ ਚੀਜ਼ ਹੈਗੀ ਹੈ? ਬੁੱਧਿਜ਼ਮ ਨੇ ਗੋਡ ਔਰ ਸੋਲ ਦੀ ਐਗਜ਼ਿਸਟੈਂਸ ਦੀ ਗੱਲ ਹੈ ਜਿਹੜੀ ਨਹੀਂ ਕੀਤੀ ਹੈਗੀ, ਕਲੀਅਰ। ਹੁਣ ਦੇਖੋ, ਇੱਕ ਤਾਂ ਆਪਾਂ ਨੇ ਉੱਥੇ ਵੀ ਸਮਝੀ ਸੀ ਫਿਲੋਸਫੀ ਕਿ ਇਹਨਾਂ ਨੇ ਵੇਦਾਸ ਨੂੰ ਟੋਟਲੀ ਰਿਜੈਕਟ ਕੀਤਾ ਜੈਨਿਜ਼ਮ ਨੇ। ਤਾਂ ਅਗਰ ਆਪਾਂ ਬੁੱਧਿਜ਼ਮ ਦੀ ਗੱਲ ਕਰੀਏ ਤਾਂ ਬੁੱਧਿਜ਼ਮ ਵੀ ਵੈਦਿਕ ਰਿਲੀਜਨ, ਵੈਦਿਕ ਐਰਾ ਦੇ ਅਗੇਂਸਟ, ਠੀਕ ਹੈ, ਮਤਲਬ ਉੱਥੇ ਜਿਹੜਾ ਹਿੰਦੂਇਜ਼ਮ ਰਿਲੀਜਨ ਹੈ ਜਿਹੜਾ ਡੋਮੀਨੈਂਟ ਹੋ ਰਿਹਾ ਸੀਗਾ ਉਹਦੇ ਅਗੇਂਸਟ ਹੀ ਕੀ ਹੋਇਆ ਸੀਗਾ, ਇੱਕ ਨਵਾਂ ਰਿਲੀਜਨ ਹੈ ਜਿਹੜਾ ਫਲਰਿਸ਼ ਹੋਇਆ ਸੀਗਾ। ਤਾਂ ਓਬਵੀਅਸਲੀ ਜਿਹੜਾ ਬੁੱਧਿਜ਼ਮ ਰਿਲੀਜਨ ਹੈ ਚਾਹੇ ਜੈਨਿਜ਼ਮ ਰਿਲੀਜਨ ਹੈਗਾ, ਦੋਨਾਂ ਨੇ ਹੀ ਵੇਦਾਂ ਨੂੰ ਕੀ ਕੀਤਾ ਹੈਗਾ, ਰਿਜੈਕਟ ਹੈ ਜਿਹੜਾ ਕੀਤਾ ਹੈਗਾ। ਅੱਛਾ, ਔਰ ਇਹਦੇ ਵਿੱਚ ਬੁੱਧਿਜ਼ਮ ਹੈ ਜਿਹੜਾ ਗੋਡ ਔਰ ਸੋਲ ਦੀ ਗੱਲ ਹੈ ਜਿਹੜੀ ਨਹੀਂ ਕਰਦਾ ਹੈਗਾ, ਮਤਲਬ ਜੇ ਆਪਾਂ ਜੈਨਿਜ਼ਮ ਦੀ ਗੱਲ ਕਰੀਏ ਤਾਂ ਜੈਨਿਜ਼ਮ ਨੇ ਸੋਲ ਦੀ ਗੱਲ ਹੈ ਜਿਹੜੀ ਕੀਤੀ ਹੈਗੀ ਹੈ ਨਾ, ਆਪਾਂ ਨੇ ਗੱਲ ਕੀਤੀ ਹੈ ਸੋਲ, ਪਰ ਇਹ ਸੋਲ ਦਾ ਕਨਸੈਪਟ ਹੈ ਜਿਹੜਾ ਕਿਤੇ ਵੀ ਗੌਤਮ ਬੁੱਧਾ ਨੇ ਸੋਲ ਦੀ ਗੱਲ ਹੈ ਜਿਹੜੀ ਨਹੀਂ ਕੀਤੀ ਹੈਗੀ ਔਰ ਨਾ ਹੀ ਇਹਨਾਂ ਨੇ ਗੋਡ ਦੀ ਕਿਤੇ ਵੀ ਗੱਲ ਕੀਤੀ ਹੈਗੀ ਹੈ। ਗੋਡ ਦੀ ਇਹਨਾਂ ਨੇ ਕਿਤੇ ਵੀ ਗੱਲ ਨਹੀਂ ਕੀਤੀ ਹੈਗੀ, ਤਾਂ ਆਪਾਂ ਕਹਿ ਸਕਦੇ ਹਾਂ ਕਿ ਨਾ ਹੀ ਇਹਨਾਂ ਨੇ ਇਹ ਕਿਹਾ ਵੀ ਗੋਡ ਦੀ ਐਗਜ਼ਿਸਟੈਂਸ ਹੈਗੀ ਹੈ, ਨਾ ਹੀ ਇਹਨਾਂ ਨੇ ਇਹ ਕਿਹਾ ਵੀ ਗੋਡ ਦੀ ਐਗਜ਼ਿਸਟੈਂਸ ਨਹੀਂ ਹੈਗੀ, ਮਤਲਬ ਗੋਡ ਦੇ ਬਾਰੇ ਇਹਨਾਂ ਨੇ ਕਿਤੇ ਵੀ ਗੱਲ ਨਹੀਂ ਕੀਤੀ ਹੈਗੀ। ਔਰ ਅਗਰ ਆਪਾਂ ਗੱਲ ਕਰੀਏ ਸੋਲ, ਤਾਂ ਕਿਉਂਕਿ ਇਹ ਮੋਕਸ਼ਾ ਕਹਿ ਰਹੇ ਨੇ ਕਿ ਤੁਹਾਨੂੰ ਮੋਕਸ਼ ਹੈ ਜਿਹੜਾ ਇੱਦਾਂ ਕਰਕੇ ਅਟੇਨ ਹੋਏਗਾ, ਤਾਂ ਮੋਕਸ਼ਾ ਜੇ ਆਪਣੇ ਵਿੱਚ ਸੋਲ ਹੀ ਮਤਲਬ ਕੀ ਨਹੀਂ ਹੋਏਗੀ ਤਾਂ ਆਪਾਂ ਰੀਬਰਥ ਕਿੱਥੋਂ ਲਵਾਂਗੇ, ਹੈ ਨਾ, ਜਾਂ ਮੋਕਸ਼ਾ ਆਪਾਂ ਨੂੰ ਕਿਵੇਂ ਮਿਲੇਗਾ? ਤਾਂ ਇਹਨਾਂ ਨੇ ਸੋਲ ਦੀ ਜਗ੍ਹਾ ਦੇ ਉੱਪਰ ਕੀ ਵਰਡ ਯੂਜ਼ ਕੀਤਾ? ਨੈਚੁਰਲ ਪਾਵਰ ਦੀ ਜਿਹੜੀ ਗੱਲ ਹੈ ਜਾਂ ਨੈਚੁਰਲ ਫੋਰਸ ਦੀ ਗੱਲ ਹੈ ਕੀਤੀ ਹੋਈ ਹੈ।
ਮਤਲਬ ਇਹਨਾਂ ਨੇ ਸੋਲ ਵਰਡ ਨਾ ਯੂਜ ਕਰਕੇ ਵੀ ਜੇ ਤੁਹਾਡੇ ਅੰਦਰ ਕੋਈ ਸੋਲ ਨਾਮ ਦੀ ਚੀਜ਼ ਐਗਜ਼ਿਸਟ ਨਹੀਂ ਕਰਦੀ, ਤੁਹਾਡੇ ਅੰਦਰ ਕੀ ਹੈਗੀ ਹੈ, ਇੱਕ ਨੈਚੁਰਲ ਫੋਰਸ ਹੈ ਜਿਹੜੀ ਐਗਜ਼ਿਸਟ ਕਰਦੀ ਹੈ, ਮਤਲਬ ਇੱਕ ਨੇਚਰ ਨੈਚੁਰਲ ਫੋਰਸ ਦੀ ਇਹ ਗੱਲ ਕਰਦੇ ਨੇ, ਮਤਲਬ ਨੇਚਰ ਨੂੰ ਸਪੋਰਟ ਕਰਦੇ ਹੈਗੇ ਨੇ ਇਹ, ਅਗਰ ਆਪਾਂ ਸੋਲ ਦੀ ਗੱਲ ਕਰੀਏ। ਕਲੀਅਰ? ਤਾਂ ਮਤਲਬ ਬੇਸਿਕਲੀ ਮਤਲਬ ਦੋਨਾਂ ਚੀਜ਼ਾਂ ਦਾ ਸੇਮ ਹੈਗਾ, ਵਰਡਸ ਬਸ ਥੋੜ੍ਹੇ ਜਿਹੇ ਕੀ ਹੈਗੇ ਨੇ, ਡਿਫਰੈਂਟ ਨੇ। ਤਾਂ ਅਗਰ ਆਪਾਂ ਗੋਡ ਦੀ ਗੱਲ ਕਰੀਏ ਜੈਨਿਜ਼ਮ ਦੇ ਵਿੱਚ, ਜੈਨਿਜ਼ਮ ਨੇ ਕਈ ਜਗ੍ਹਾ ਦੇ ਉੱਪਰ ਗੋਡ ਦੀ ਗੱਲ ਕੀਤੀ ਹੋਈ ਹੈ, ਬਟ ਉਹਨਾਂ ਦਾ ਮੰਨਣਾ ਇਹੀ ਹੈ ਕਿ ਜਿਹੜੇ ਉਹ ਤੀਰਥਾਂਕਰਾਂ ਨੇ ਉਹਨਾਂ ਦੇ ਜਿਹੜੇ ਤੀਰਥਾਂਕਰਾਂ ਨੇ ਉਹੀ ਬੇਸਿਕਲੀ ਗੋਡ ਹੈਗੇ ਨੇ। ਅਗਰ ਗੋਡ ਕਿਤੇ ਐਗਜ਼ਿਸਟ ਵੀ ਕਰਦਾ ਹੈਗਾ ਤਾਂ ਤੀਰਥਾਂਕਰਾਂ ਤੋਂ ਬਿਲੋ ਹੈਗਾ, ਮਤਲਬ ਸਭ ਤੋਂ ਉੱਪਰ ਟੋਪ ਲੈਵਲ 'ਤੇ ਤੀਰਥਾਂਕਰਾਂ ਹੀ ਹੈਗੇ ਨੇ, ਔਰ ਗੋਡ ਉਹਨਾਂ ਦੇ ਨੀਚੇ ਐਗਜ਼ਿਸਟ ਹੈ ਜਿਹੜਾ ਕਰਦਾ ਹੈਗਾ। ਤਾਂ ਮੇਜਰ ਉਹਨਾਂ ਦਾ ਗੋਡ ਕੀ ਹੋਏਗਾ? ਤੀਰਥਾਂਕਰਾਂ ਹੀ ਹੋਏਗਾ। ਬਟ ਔਨ ਦੀ ਅਦਰ ਸਾਈਡ ਅਗਰ ਆਪਾਂ ਬੁੱਧਿਜ਼ਮ ਦੀ ਗੱਲ ਕਰੀਏ, ਇਹਨਾਂ ਨੇ ਕਿਤੇ ਵੀ ਗੋਡ ਦੀ ਗੱਲ ਹੈ ਜਿਹੜੀ ਨਹੀਂ ਕੀਤੀ ਹੈਗੀ, ਉਹਨਾਂ ਨੇ ਸੋਲ ਦੀ ਗੱਲ ਕੀਤੀ, ਇਹਨਾਂ ਨੇ ਸੋਲ ਵੀ ਨਹੀਂ ਵਰਡ ਕਿਤੇ ਵੀ ਯੂਜ਼ ਕੀਤਾ, ਇਹਨਾਂ ਨੇ ਗੱਲ ਕੀਤੀ ਹੈਗੀ ਹੈ ਨੈਚੁਰਲ ਫੋਰਸ। ਠੀਕ ਹੈ ਜੀ, ਕੁਛ ਵੀ ਮਤਲਬ ਕਲੀਅਰਲੀ ਨਹੀਂ ਦਿੱਤਾ ਹੋਇਆ ਤਾਂ, ਬਟ ਆਪਾਂ ਨੇ ਇੱਥੋਂ ਇਹ ਅਜ਼ੰਪਸ਼ਨ ਲਗਾਈ ਹੈ ਕਿ ਅਗਰ ਇਹ ਮੋਕਸ਼ਾ ਦੀ ਗੱਲ ਕਰਦੇ ਨੇ, ਰੀਬਰਥ ਦੀ ਗੱਲ ਕਰਦੇ ਨੇ, ਤਾਂ ਓਬਵੀਅਸਲੀ ਸੋਲ ਤਾਂ ਐਗਜ਼ਿਸਟੈਂਸ ਦੇ ਵਿੱਚ ਹੋਣੀ ਚਾਹੀਦੀ ਹੈ। ਤਾਂ ਸੋਲ ਨੂੰ ਬੇਸਿਕਲੀ ਕੀ ਕਹਿ ਰਹੇ ਨੇ? ਨੈਚੁਰਲ ਫੋਰਸ ਹੈ ਜਿਹੜਾ ਉਹ ਵਰਡ ਹੈ ਦੇ ਰਹੇ ਹੈਗੇ ਨੇ। ਕਲੀਅਰ? ਓਕੇ, ਵਿਮੈਨ ਵਰ ਆਲਸੋ ਐਡਮਿਟਡ ਟੂ ਸੰਘਾਸ। ਦੇਖੋ ਆਪਾਂ ਆਪਾਂ ਨੇ ਦੇਖਿਆ ਸੀਗਾ ਜਾਂ ਅੱਗੇ ਵੀ ਆਪਾਂ ਪੜ੍ਹਾਂਗੇ ਕਿ ਸੰਘਾਸ ਕਿੱਥੇ ਰਹਿੰਦੇ ਸੀ? ਵਿਹੜਾਸ ਦੇ ਵਿੱਚ ਹੈ ਜਿਹੜਾ ਰਹਿੰਦੇ ਸੀਗੇ। ਤਾਂ ਹੁਣ ਉਹਨਾਂ ਸੰਘਾਸ ਦੇ ਵਿੱਚ ਬੇਸਿਕਲੀ ਮੇਲ ਵੀ ਹੋ ਸਕਦੇ ਸੀਗੇ, ਫੀਮੇਲ ਵੀ ਹੋ ਸਕਦੀਆਂ ਸੀਗੀਆਂ। ਕਲੀਅਰ? ਇਹ ਚੀਜ਼ ਯਾਦ ਰੱਖਿਓ। ਦੇਖੋ ਬਾਕੀ ਇਹਨਾਂ ਦੇ ਵਿੱਚ ਕੁਛ ਰਿਸਟ੍ਰਿਕਸ਼ਨ ਸੀਗੀ, ਇਹਦੇ ਵਿੱਚ ਇਹ ਨਹੀਂ ਸੀਗਾ ਵੀ ਆਹ ਵਾਲੀ ਕਾਸਟ ਵਾਲਾ ਪਰਸਨ ਹੈ ਜਿਹੜਾ ਉਹ ਆ ਕੇ ਵਿਹੜਾ ਦੇ ਵਿੱਚ ਨਹੀਂ ਰਹਿ ਸਕਦਾ, ਪਰ ਕੁਛ ਐਕਸੈਪਸ਼ਨਸ ਸੀਗੀਆਂ, ਉਹਨਾਂ ਨੂੰ ਵੀ ਆਪਾਂ ਥੋੜ੍ਹਾ ਜਿਹਾ ਡਿਸਕਸ ਕਰ ਲੈਂਦੇ ਹੈਗੇ ਹਾਂ ਕਿ ਅਗਰ ਫੋਰ ਇਗਜ਼ਾਮਪਲ ਤੁਸੀਂ ਕੀ ਬਣਨਾ ਹੈਗਾ? ਭਿਕਸ਼ੂ ਬਣਨਾ ਹੈਗਾ। ਆਪਾਂ ਨੇ ਪੜ੍ਹਿਆ ਸੀਗਾ ਕਿ ਭਿਕਸ਼ੂ ਕੀ ਸੀਗਾ। ਜੇ ਤੁਸੀਂ ਭਿਕਸ਼ੂ ਬਣਨਾ ਹੈਗਾ ਤੁਸੀਂ ਆ ਸਕਦੇ ਹੋ, ਚਾਹੇ ਤੁਸੀਂ ਕਿਸੇ ਵੀ ਵਰਨ ਤੋਂ ਬਿਲੋਂਗ ਕਰਦੇ ਹੋ ਕੋਈ ਚੱਕਰ ਨਹੀਂ, ਤੁਸੀਂ ਕਿਸੇ ਵੀ ਕਾਸਟ ਤੋਂ ਬਿਲੋਂਗ ਕਰਦੇ ਹੋ ਕੋਈ ਚੱਕਰ ਨਹੀਂ, ਬਟ ਅਗਰ ਤੁਸੀਂ ਫੋਰ ਇਗਜ਼ਾਮਪਲ ਕੋਈ ਆਪਣੇ ਪਾਸ ਤੁਸੀਂ ਸਲੇਵ ਹੈਗੇ ਹੋ, ਠੀਕ ਹੈ, ਤਾਂ ਸਲੇਵ ਇੱਦਾਂ ਨਹੀਂ ਆਊਗਾ ਵਿਹੜਾ ਦੇ ਵਿੱਚ। ਸਲੇਵ ਆਪਣੇ ਮਾਸਟਰ ਤੋਂ ਇੱਕ ਤਰੀਕੇ ਨਾਲ ਸਰਟੀਫਿਕੇਟ ਆਫ ਫਰੀਡਮ ਲੈ ਕੇ ਆਏਗਾ ਕਿ ਹਾਂਜੀ ਸਾਡਾ ਇਹ ਸਲੇਵ ਹੈ ਜਿਹੜਾ ਆਜ਼ਾਦ ਹੈਗਾ, ਹੁਣ ਇਹ ਕੁਛ ਵੀ ਹੈ ਜਿਹੜਾ ਆਪਣੀ ਮਰਜ਼ੀ ਦੇ ਨਾਲ ਕਰ ਸਕਦਾ। ਤਾਂ ਮਤਲਬ ਵਿਹੜਾ ਦੇ ਵਿੱਚ ਸਲੇਵ ਪਰਸਨ ਹੈ ਜਿਹੜੇ ਉਹ ਨਹੀਂ ਰਹਿ ਸਕਦੇ ਸੀ ਜਿੰਨਾ ਟਾਈਮ ਤੱਕ ਉਹਨਾਂ ਦਾ ਜਿਹੜਾ ਸਰਟੀਫਿਕੇਟ ਹੈ ਮਾਸਟਰ ਤੋਂ ਫਰੀਡਮ ਸਰਟੀਫਿਕੇਟ ਹੈ ਜਿਹੜਾ ਉਹ ਨਹੀਂ ਲੈ ਲੈਂਦੇ ਸੀ। ਅੱਛਾ, ਇਸ ਤੋਂ ਬਿਨਾਂ ਹੋਰ ਅਗਰ ਫੋਰ ਇਗਜ਼ਾਮਪਲ ਕਿਸੇ ਪਰਸਨ ਦੇ ਉੱਪਰ ਬਹੁਤ ਸਾਰਾ ਡੈਟ ਹੈਗਾ, ਇੱਕ ਕਰਜ਼ਦਾਰ ਹੈਗਾ, ਉਹ ਵੀ ਆ ਕੇ ਕੀ ਨਹੀਂ ਰਹਿ ਸਕਦਾ ਸੀਗਾ ਵਿਹੜਾ ਦੇ ਵਿੱਚ, ਜਾਂ ਫਿਰ ਉਹ ਵੀ ਭਿਕਸ਼ੂ ਹੈ ਜਿਹੜਾ ਨਹੀਂ ਬਣ ਸਕਦਾ ਸੀ। ਅੱਛਾ, ਇਸ ਤੋਂ ਬਿਨਾਂ ਅਗਰ ਫੋਰ ਇਗਜ਼ਾਮਪਲ ਕੋਈ ਪਰਸਨ ਜਿਹੜਾ ਆਪਣੇ ਪਾਸ ਚੋਰ ਹੈਗਾ ਹੈ, ਠੀਕ ਹੈ, ਚੋਰੀ ਕਰਦਾ ਹੈਗਾ, ਤਾਂ ਇੱਦਾਂ ਦਾ ਪਰਸਨ ਵੀ ਆ ਕੇ ਭਿਕਸ਼ੂ ਨਹੀਂ ਬਣ ਸਕਦਾ ਸੀ। ਔਰ ਅਗਰ ਕਿਸੇ ਪਰਸਨ ਨੂੰ ਮੇਜਰ ਡਿਸੀਜ਼ ਹੈਗੀ ਹੈ ਕੋਈ, ਠੀਕ ਹੈ, ਕੋਈ ਵੀ ਇਸ ਤਰੀਕੇ ਦੀ ਬਿਮਾਰੀ ਹੈਗੀ ਹੈ, ਤਾਂ ਉਹ ਵੀ ਭਿਕਸ਼ੂ ਹੈ ਜਿਹੜਾ ਨਹੀਂ ਬਣ ਸਕਦਾ ਸੀ। ਮਤਲਬ ਬੁੱਧਿਜ਼ਮ ਨੇ ਭਿਕਸ਼ੂਜ਼ ਬਣਨ ਲਈ ਸਾਰੀਆਂ ਮਤਲਬ ਡੋਰ ਕਹਿ ਲਓ ਕਿ ਓਪਨ ਕੀਤੇ ਹੋਏ ਸੀ, ਬਟ ਉਹਦੇ ਵਿੱਚ ਕੁਛ ਕੰਡੀਸ਼ਨਸ ਲਗਾਈਆਂ ਹੋਈਆਂ ਸੀ ਕਿ ਇਹ ਨਾ ਹੋਵੇ ਕਿ ਕੋਈ ਪਰਸਨ ਹੈ ਜਿਹੜਾ ਉਹਦੇ ਉੱਪਰ ਹੈਵੀ ਡੈਟ ਹੋਵੇ ਔਰ ਉਸ ਤੋਂ ਬਾਅਦ ਉਹ ਆ ਕੇ ਇੱਥੇ ਵਿਹੜਾ ਦੇ ਵਿੱਚ ਰਹਿਣ ਲੱਗ ਜਾਵੇ। ਕਲੀਅਰ? ਔਰ ਇਸ ਤੋਂ ਬਿਨਾਂ ਹੋਰ ਉਹਦੇ ਉੱਪਰ ਉਹਨੂੰ ਕੋਈ ਬਿਮਾਰੀ ਹੋਵੇ, ਸਵੀਅਰ ਡਿਸੀਜ਼ ਹੋਵੇ, ਤਾਂ ਵੀ ਨਹੀਂ ਉਹ ਇੱਥੇ ਰਹਿ ਸਕਦਾ, ਉਹਦੇ ਉੱਪਰ ਡੈਟ ਹੋਵੇ ਜਾਂ ਫਿਰ ਉਹਨੇ ਕੋਈ ਕਰਪਸ਼ਨ ਕੀਤੀ ਹੋਵੇ, ਚੋਰੀ ਕੀਤੀ ਹੋਵੇ, ਤਾਂ ਇੱਦਾਂ ਦੇ ਪਰਸਨ ਹੈ ਜਿਹੜੇ ਭਿਕਸ਼ੂ ਹੈ ਜਿਹੜੇ ਨਹੀਂ ਬਣ ਸਕਦੇ ਸੀਗੇ। ਬਾਕੀ ਇਸ ਤੋਂ ਬਿਨਾਂ ਚਾਹੇ ਮੇਲ ਹੋਣ ਚਾਹੇ ਫੀਮੇਲ ਹੋਣ, ਉਹ ਦੋਨੋਂ ਹੀ ਕੀ ਕਰ ਸਕਦੇ ਸੀ? ਭਿਕਸ਼ੂ ਹੈ ਜਿਹੜੇ ਬਣ ਸਕਦੇ ਹੈਗੇ ਸੀ। ਔਰ ਸਲੇਵ ਵੀ ਇੱਕ ਐਕਸੈਪਸ਼ਨ ਹੈ ਜਿਹੜੀ ਹੈਗੀ ਹੈ ਕਿ ਸਲੇਵ ਵੀ ਨਹੀਂ ਬਣ ਸਕਦਾ ਸੀ।
ਤਾਂ ਓਪਨ ਟੂ ਆਲ, ਠੀਕ ਹੈ, ਸੰਘਾ ਸਭ ਦੇ ਲਈ ਓਪਨ ਸੀਗਾ, ਇਰਰਿਸਪੈਕਟਿਵ ਆਫ ਕਾਸਟ ਆਪਾਂ ਨੇ ਡਿਸਕਸ ਕਰ ਲਿਆ, ਔਰ ਸੈਕਸ ਆਪਾਂ ਨੇ ਦੇਖ ਲਿਆ ਕਿ ਮੇਲ ਔਰ ਫੀਮੇਲ ਦੋਨਾਂ ਦੇ ਲਈ ਕੀ ਸੀਗਾ ਜੀ ਇਹ ਸੰਘਾ ਹੈ ਜਿਹੜਾ ਉਹ ਬਣ ਸਕਦੇ ਸੀਗੇ। ਉਹਨਾਂ ਦੀ ਜਿਹੜੀ ਪ੍ਰੋਮੀਨੈਂਟ ਲੈਂਗੁਏਜ ਸੀਗੀ ਉਹ ਕਿਹੜੀ ਸੀਗੀ ਉਸ ਟਾਈਮ ਦੇ ਵਿੱਚ, ਜਿੰਨੀਆਂ ਵੀ ਕੰਪਾਈਲੇਸ਼ਨ ਨੇ ਬੁੱਧਾ ਨੇ ਹੋਈਆਂ ਨੇ, ਆਪਾਂ ਤ੍ਰਿਪਿਟਾਕਾ ਨੂੰ ਡਿਸਕਸ ਕਰਾਂਗੇ, ਤਾਂ ਸਾਰੀ ਦੀਆਂ ਸਾਰੀਆਂ ਪਾਲੀ ਲੈਂਗੁਏਜ ਦੇ ਵਿੱਚ ਹੀ ਲਿਖੀਆਂ ਗਈਆਂ ਹੈਗੀਆਂ ਨੇ। ਔਨ ਦਾ ਅਦਰ ਹੈਂਡ ਅਗਰ ਆਪਾਂ ਜੈਨਿਜ਼ਮ ਦੀ ਗੱਲ ਕਰੀਏ ਤਾਂ ਆਪਾਂ ਨੇ ਦੇਖਿਆ ਸੀ ਵੀ ਜਿਹੜੀਆਂ ਉਹਨਾਂ ਦੀਆਂ ਕੰਪੋਜੀਸ਼ਨ ਹੋਈਆਂ ਨੇ ਉਹ ਕਿਹਦੇ ਵਿੱਚ ਲਿਖੀਆਂ ਗਈਆਂ ਸੀ, ਪ੍ਰਕਿਰਤ ਲੈਂਗੁਏਜ ਦੇ ਵਿੱਚ ਲਿਖੀਆਂ ਗਈਆਂ ਸੀ। ਤਾਂ ਦੋਨਾਂ ਦੇ ਵਿੱਚ ਮੇਜਰ ਡਿਫਰੈਂਸ ਹੈਗਾ ਕਿ ਉਹਨਾਂ ਦੀਆਂ ਕੰਪਾਈਲੇਸ਼ਨ ਪ੍ਰਕਿਰਤ ਲੈਂਗੁਏਜ ਦੇ ਵਿੱਚ ਹੈਗੀਆਂ ਨੇ, ਔਰ ਬੁੱਧੀਜ਼ਮ ਦੀਆਂ ਜਿਹੜੀਆਂ ਕੰਪਾਈਲੇਸ਼ਨਸ ਹੈਗੀਆਂ ਨੇ ਉਹ ਪਾਲੀ ਲੈਂਗੁਏਜ ਦੇ ਵਿੱਚ ਐਗਜ਼ਿਸਟ ਕਰਦੀਆਂ ਹੈਗੀਆਂ ਨੇ। ਉਸ ਟਾਈਮ ਦੇ ਵਿੱਚ ਇਹੀ ਕਾਮਨ ਲੈਂਗੁਏਜ ਸੀਗੀਆਂ, ਪ੍ਰਕਿਰਤ ਐਂਡ ਪਾਲੀ। ਕਲੀਅਰ? ਜਿਹੜਾ ਜੈਨਿਜ਼ਮ ਰਿਲੀਜਨ ਹੈ ਉਹ ਓਲਡੈਸਟ ਹੈ ਕਿਹਦੇ ਨਾਲੋਂ? ਬੁੱਧਿਸਟ ਰਿਲੀਜਨ ਦੇ ਨਾਲੋਂ, ਠੀਕ ਹੈ, ਕਿਉਂਕਿ ਜਿਹੜੇ ਮਹਾਂਵੀਰ ਸੀਗੇ ਆਪਾਂ ਪੜ੍ਹਦੇ ਹਾਂ ਕਿ ਉਹ ਕਿਹਦੇ ਕੰਟੈਂਪਰਰੀ ਸੀਗੇ, ਗੌਤਮ ਬੁੱਧਾ ਜੀ ਦੇ ਕੰਟੈਂਪਰਰੀ ਸੀਗੇ, ਔਰ ਜਿਹੜੇ ਮਹਾਂਵੀਰ ਸੀਗੇ ਉਹ ਲਾਸਟ ਤੀਰਥਾਂਕਰਾ ਸੀਗੇ, ਔਰ ਉਸ ਤੋਂ ਬਿਨਾਂ 23 ਤੀਰਥਾਂਕਰਾ ਜਿਹੜੇ ਹੋ ਰਹੇ ਨੇ। ਤਾਂ ਓਬਵੀਅਸਲੀ ਜੈਨਿਜ਼ਮ ਜਿਹੜਾ ਰਿਲੀਜਨ ਹੈਗਾ ਉਹ ਪੁਰਾਣਾ ਰਿਲੀਜਨ ਹੈਗਾ ਕਿਹਦੇ ਵਿਦ ਰਿਸਪੈਕਟ ਅਗਰ ਆਪਾਂ ਬੁੱਧਿਜ਼ਮ ਦੀ ਗੱਲ ਹੈ ਜਿਹੜੀ ਕਰੀਏ। ਓਕੇ, ਇਸ ਤੋਂ ਬਿਨਾਂ ਅਸ਼ੋਕਾ ਨੇ ਕੀ ਕੀਤਾ ਜੀ, ਬੁੱਧਿਜ਼ਮ ਨੂੰ ਆ ਜਿਹੜਾ ਕੀ ਕੀਤਾ ਹੋਇਆ ਸੀ, ਅਡੋਪਟ ਕੀਤਾ ਹੋਇਆ ਸੀ, ਔਰ ਅਸ਼ੋਕਾ ਨੇ ਬੇਸਿਕਲੀ ਕੀ ਕੀਤਾ ਸੀਗਾ, ਬੁੱਧਿਜ਼ਮ ਨੂੰ ਸਪਰੈਡ ਕੀਤਾ ਸੀ ਅਲੱਗ ਅਲੱਗ ਜਗ੍ਹਾ। ਸ਼੍ਰੀਲੰਕਾ ਉਹਨਾਂ ਨੇ ਆਪਣੀ ਬੇਟੀ ਨੂੰ ਭੇਜਿਆ ਸੀਗਾ, ਔਰ ਸੈਂਟਰਲ ਏਸ਼ੀਆ ਵੈਸਟ ਇੱਧਰਲੀ ਸਾਈਡ ਉਹਨਾਂ ਨੇ ਕੰਪਲੀਟਲੀ ਬੁੱਧਿਜ਼ਮ ਨੂੰ ਖੁੱਲ੍ਹ ਕੇ ਜਿਹੜਾ ਉਹਨਾਂ ਦਾ ਪ੍ਰਚਾਰ ਹੈ ਉਹ ਕੀਤਾ ਸੀਗਾ। ਕਲੀਅਰ? ਅਤੇ ਇਹ ਚੀਜ਼ਾਂ ਨੂੰ ਤੁਸੀਂ ਕੀ ਰੱਖਣਾ ਹੈਗਾ, ਯਾਦ ਹੈ ਜਿਹੜੀ ਰੱਖਣੀ ਹੈਗੀ, ਉਹਨਾਂ ਦੀ ਲੈਂਗੁਏਜ ਬਾਰੇ, ਸੰਘਾਜ ਬਾਰੇ, ਔਰ ਉਹਨਾਂ ਦੀ ਕਿਹੜੀ ਚੀਜ਼ ਦੀ ਐਗਜ਼ਿਸਟੈਂਸ ਦੇ ਵਿੱਚ ਗੱਲ ਕਰਦੇ ਸੀ। ਇੱਦਾਂ ਕਰਕੇ ਪ੍ਰੀਲਿਮਸ ਓਰੀਐਂਟਡ ਦੇਖੋ ਤੁਹਾਨੂੰ ਕੁਸ਼ਚਨ ਇੱਦਾਂ ਬਣ ਸਕਦੇ ਹੈਗੇ ਨੇ, ਉਹਨਾਂ ਦੀ ਫਿਲੋਸਫੀ ਦੇ ਵਿੱਚੋਂ ਹੀ ਪ੍ਰੀਲਿਮਸ ਓਰੀਐਂਟਡ ਜਿਹੜੇ ਕੁਸ਼ਚਨ ਨੇ ਉਹ ਬਣਦੇ ਹੈਗੇ ਨੇ। ਤੁਹਾਨੂੰ ਪੁੱਛਿਆ ਜਾ ਸਕਦਾ ਕਿ ਉਹ ਸੋਲ ਦੇ ਕਨਸੈਪਟ 'ਚ ਬਿਲੀਵ ਕਰਦੇ ਸੀਗੇ, ਉਹ ਗੋਡ ਦੇ ਕਨਸੈਪਟ 'ਚ ਬਿਲੀਵ ਕਰਦੇ ਸੀ, ਤਾਂ ਕਿਹੜੇ ਗੋਡ ਦੇ ਕਨਸੈਪਟ 'ਚ ਬਿਲੀਵ ਕਰਦੇ ਸੀ, ਕਿਹੜੇ ਨਹੀਂ ਗੋਡ ਦੇ ਕਨਸੈਪਟ 'ਚ ਬਿਲੀਵ ਕਰਦੇ ਸੀ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹੈਗੀਆਂ ਨੇ। ਕਲੀਅਰ? ਚਲੋ ਅੱਗੇ ਹੈਗਾ ਕਨਸੈਪਟ ਆਫ ਕਰਮਾ। ਹੁਣ ਦੇਖੋ ਆਪਾਂ ਕਰਮ ਦੀ ਗੱਲ ਕਰਦੇ ਹੈਗੇ ਹਾਂ, ਤਾਂ ਕਰਮ ਹੈ ਜਿਹੜਾ ਓਬਵੀਅਸਲੀ ਕਰਮਾਂ ਦੇ ਵਿੱਚ ਬਿਲੀਵ ਹੈ ਜਿਹੜਾ ਆਪਾਂ ਨੇ ਦੇਖਿਆ ਸੀ ਜੈਨਿਜ਼ਮ ਵੀ ਕਰਦਾ ਹੈਗਾ ਹੈ, ਔਰ ਕਰਮਾਂ ਦੇ ਵਿੱਚ ਬਿਲੀਵ ਹੈ ਜਿਹੜਾ ਕੌਣ ਕਰਦਾ ਹੈ? ਬੁੱਧਿਜ਼ਮ ਵੀ ਬਿਲੀਵ ਕਰਦਾ। ਆਪਾਂ ਦੋਨਾਂ ਦੇ ਡਿਫਰੈਂਸ ਵੀ ਨਾਲ ਨਾਲ ਡਿਸਕਸ ਕਰੀ ਜਾ ਰਹੇ ਹਾਂ, ਔਰ ਦੋਨਾਂ ਦੀਆਂ ਸਿਮਿਲੈਰਿਟੀਜ਼ ਨੂੰ ਵੀ ਆਪਾਂ ਨਾਲ ਨਾਲ ਜਿਹੜਾ ਡਿਸਕਸ ਕਰੀ ਜਾਂਦੇ ਹਾਂ। ਤਾਂ ਕਨੈਕਸ਼ਨ ਹੈਗਾ ਜੀ ਲਾਈਫ ਔਰ ਕਰਮਾ, ਠੀਕ ਹੈ, ਲਾਈਫ ਔਰ ਕਰਮਾਂ ਦੇ ਵਿੱਚ ਕਨੈਕਸ਼ਨ ਹੈਗਾ। ਜੇ ਅੱਛੇ ਕਰਮ ਕਰੋਗੇ ਤਾਂ ਤੁਹਾਡੀ ਜਿਹੜੀ ਲਾਈਫ ਹੈ ਉਹ ਅੱਛੀ ਰਹੇਗੀ, ਜੇ ਤੁਸੀਂ ਬੁਰੇ ਕਰਮ ਕਰੋਗੇ ਤਾਂ ਤੁਹਾਡੀ ਲਾਈਫ ਹੈ ਜਿਹੜੀ ਬੁਰੀ ਰਹੇਗੀ, ਇੱਦਾਂ ਬੁੱਧਿਜ਼ਮ ਦਾ ਕਹਿਣਾ ਸੀਗਾ। ਔਰ ਅਗਰ ਆਪਾਂ ਕਰਮਾਂ ਦੇਖੋ, ਕਰਮਾਂ ਦੀ ਗੱਲ ਤਿੰਨੋਂ ਜਗ੍ਹਾ ਦੇ ਵਿੱਚ ਕੀਤੀ ਗਈ ਹੈ, ਚਾਹੇ ਉਹ ਬ੍ਰਾਹਮਣਿਕਲ ਰਿਲੀਜਨ ਸੀ, ਚਾਹੇ ਉਹ ਜੈਨਿਜ਼ਮ ਰਿਲੀਜਨ ਸੀ, ਚਾਹੇ ਉਹ ਬੁੱਧਿਸਟ ਰਿਲੀਜਨ ਸੀ। ਅਗਰ ਆਪਾਂ ਫਿਲੋਸਫੀ ਦੀ ਗੱਲ ਕਰੀਏ, ਜੈਨਿਜ਼ਮ ਔਰ ਬੁੱਧਿਜ਼ਮ ਦੀ ਜਿਹੜੀ ਫਿਲੋਸਫੀ ਹੈਗੀ ਹੈ ਕਰਮਾਂ ਦੇ ਉੱਪਰ ਆਲਮੋਸਟ ਸੇਮ ਹੀ ਹੈ ਕਿ ਜੇ ਤੁਸੀਂ ਅੱਛੇ ਕਰਮ ਕਰੋਗੇ ਤਾਂ ਤੁਹਾਨੂੰ ਜਿਹੜਾ ਅੱਛਾ ਤੁਹਾਡੀ ਲਾਈਫ ਅੱਛੀ ਰਹੇਗੀ, ਜਾਂ ਤੁਹਾਡਾ ਰੀਬਰਥ ਵੀ ਅਗਰ ਹੋਏਗਾ ਤਾਂ ਉਹਦੇ ਵਿੱਚ ਵੀ ਤੁਸੀਂ ਅੱਛੀ ਕੰਡੀਸ਼ਨ ਦੇ ਵਿੱਚ ਹੀ ਰਹੋਗੇ। ਔਨ ਦਾ ਅਦਰ ਸਾਈਡ ਜਿਹੜਾ ਬ੍ਰਾਹਮਣਿਕਲ ਰਿਲੀਜਨ ਸੀਗਾ, ਉਹ ਕਰਮਾਂ ਦੀ ਗੱਲ ਕਿਵੇਂ ਕਰਦਾ ਸੀ ਕਿ ਤੁਸੀਂ ਕਿਸ ਤਰੀਕੇ ਦੇ ਕਰਮ ਪਰਫੋਰਮ ਕਰਨੇ ਆ, ਤੁਸੀਂ ਸੈਕਰੀਫਾਈਜ਼ ਪਰਫੋਰਮ ਕਰੋ, ਤੁਸੀਂ ਰਿਚੁਅਲਸ ਨੂੰ ਪਰਫੋਰਮ ਕਰੋ, ਬ੍ਰਾਹਮਣਸ ਨੂੰ ਦਾਨ ਦਕਸ਼ਿਣਾ ਦਿਓ, ਇੱਦਾਂ ਦੇ ਕਰਮ ਜੋ ਤੁਸੀਂ ਪਰਫੋਰਮ ਕਰੋਗੇ ਤਾਂ ਤੁਹਾਡਾ ਸੋਲ ਹੈ ਜਿਹੜਾ ਸੈਟਿਸਫਾਈ ਰਹੇਗਾ। ਅਗਰ ਤੁਹਾਡਾ ਸੋਲ ਸੈਟਿਸਫਾਈ ਰਹੇਗਾ ਤਾਂ ਤੁਹਾਨੂੰ ਰੀਬਰਥ ਲੈਣ ਦੀ ਜ਼ਰੂਰਤ ਨਹੀਂ ਪਏਗੀ, ਔਰ ਤੁਹਾਨੂੰ ਨਿਰਵਾਣਾ ਜਾਂ ਮੋਕਸ਼ਾ ਜਿਹੜਾ ਮਿਲ ਜਾਏਗਾ। ਤਾਂ ਇਸ ਤਰੀਕੇ ਨਾਲ ਕੀ ਕਰਦੇ ਸੀਗੇ, ਗੱਲ ਹੈ ਜਿਹੜੀ ਕਰਦੇ ਸੀਗੇ। ਕਲੀਅਰ? ਅੱਛਾ, ਅਹਿੰਸਾ ਦੀ ਅਗਰ ਆਪਾਂ ਗੱਲ ਕਰੀਏ ਹੈਗੀ ਹੈ, ਤਾਂ ਬੁੱਧਿਜ਼ਮ ਨੇ ਵੀ ਅਹਿੰਸਾ ਦੇ ਉੱਪਰ ਹੀ ਕੀ ਕੀਤਾ ਹੈਗਾ ਜੀ, ਜ਼ੋਰ ਪਾਇਆ ਹੈਗਾ, ਇਨਵੋਲਵਿੰਗ ਦ ਕ੍ਰਿਟਿਕ ਆਫ ਬ੍ਰਾਹਮਣਿਕਲ ਸੈਕਰੀਫਾਈਸ। ਦੋਨੋਂ ਚੀਜ਼ਾਂ ਦੇ ਵਿੱਚ ਸੇਮ ਹੀ ਗੱਲ ਹੁੰਦੀ ਹੈਗੀ ਆ, ਚਾਹੇ ਆਪਾਂ ਜੈਨਿਜ਼ਮ ਦੀ ਗੱਲ ਕਰੀਏ, ਚਾਹੇ ਬੁੱਧਿਜ਼ਮ ਦੀ ਗੱਲ ਕਰੀਏ, ਦੋਨੋਂ ਹੀ ਅਹਿੰਸਾ ਦੀ ਗੱਲ ਹੈ ਜਿਹੜੀ ਕਰਦੇ ਹੈਗੇ ਨੇ। ਕਿਉਂਕਿ ਅਗਰ ਬ੍ਰਾਹਮਣਿਕਲ ਰਿਲੀਜਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਅਹਿੰਸਾ ਹੈ ਜਿਹੜੀ ਐਗਜ਼ਿਸਟ ਨਹੀਂ ਕਰਦੀ ਹੈਗੀ, ਕਿਉਂਕਿ ਆਪਾਂ ਨੇ ਦੇਖਿਆ ਸੀ ਕਿ ਉਹ ਰਿਚੁਅਲਸ ਜੋ ਪਰਫੋਰਮ ਕਰਦੇ ਸੀ, ਉਹ ਸੈਕਰੀਫਾਈਸਿਸ ਵਗੈਰਾ ਪਰਫੋਰਮ
ਕੀਤੇ ਜਾਂਦੇ ਸੀ ਔਰ ਜਿਹੜੇ ਸੈਕਰੀਫਾਈਸ ਹੁੰਦੇ ਸੀ ਉਹ ਜਿਹੜੀ ਆਪਣੀ ਕੈਟਲ ਹੁੰਦੇ ਨੇ ਉਹਨਾਂ ਦੀਆਂ ਬਲੀ ਵਗੈਰਾ ਦੇਣੀ ਇੱਕ ਤਰੀਕੇ ਦੇ ਨਾਲ ਉਸ ਚੀਜ਼ ਨੂੰ ਫੋਲੋਅਪ ਕਰਦੇ ਸੀਗੇ। ਤਾਂ ਜੈਨਿਜ਼ਮ ਔਰ ਬੁੱਧੀਜ਼ਮ ਨੇ ਇਸੇ ਚੀਜ਼ ਨੂੰ ਕੀ ਕੀਤਾ ਸੀਗਾ, ਕਾਊਂਟਰ ਹੈ ਜਿਹੜਾ ਕੀਤਾ ਸੀਗਾ। ਤਾਂ ਅਹਿੰਸਾ ਨੂੰ ਦੋਨੋਂ ਰਿਲੀਜਨ ਕੀ ਕਰਦੇ ਹੈਗੇ ਨੇ, ਫੋਲੋ ਹੈ ਜਿਹੜਾ ਕਰਦੇ ਹੈਗੇ ਨੇ, ਗੱਲ ਹੈ ਜਿਹੜੀ ਕਰਦੇ ਹੈਗੇ ਨੇ, ਐਗਜ਼ਿਸਟੈਂਸ ਆਫ ਗੋਡ। ਠੀਕ ਹੈ, ਬੁੱਧਾ ਨੂੰ ਆਪਾਂ ਐਗਨੋਸਟਿਕ ਵੀ ਕਹਿ ਸਕਦੇ ਹਾਂ ਕਿਉਂਕਿ ਉਹਨਾਂ ਨੇ ਨਾ ਹੀ ਗੋਡ ਦੇ ਐਗਜ਼ਿਸਟੈਂਸ ਦੇ ਵਿੱਚ ਯੈਸ ਕੀਤੀ ਹੈ ਨਾ ਹੀ ਉਹਨਾਂ ਨੇ ਨੋ ਕੀਤੀ ਹੈਗੀ ਹੈ। ਤਾਂ ਇੱਕ ਤਰੀਕੇ ਦੇ ਨਾਲ ਆਪਾਂ ਕਹਿ ਦਿੰਦੇ ਹਾਂ ਕਿ ਬੁੱਧਾ ਨੇ ਕਿਤੇ ਵੀ ਗੋਡ ਦੀ ਐਗਜ਼ਿਸਟੈਂਸ ਦੀ ਗੱਲ ਨਹੀਂ ਕੀਤੀ। ਔਨ ਦਾ ਅਦਰ ਹੈਂਡ ਅਗਰ ਜੈਨਿਜ਼ਮ ਨੇ ਗੱਲ ਕੀਤੀ ਹੈਗੀ ਹੈ ਤਾਂ ਉਹ ਗੋਡ ਨੂੰ ਸੁਪਰੀਮ ਨਹੀਂ ਮੰਨਦੇ ਹੈਗੇ, ਉਹ ਐਕਚੁਅਲ ਦੇ ਵਿੱਚ ਉਹਨਾਂ ਲਈ ਜਿਹੜੇ ਗੋਡ ਹੈਗੇ ਨੇ ਉਹ ਕੌਣ ਹੈਗੇ ਨੇ, ਉਹਨਾਂ ਦੇ ਜੋ ਤੀਰਥਾਂਕਰ ਹੈਗੇ ਨੇ। ਕਲੀਅਰ? ਤਾਂ ਕਨਸੈਪਟ ਆਫ ਗੋਡ ਦੇ ਵਿੱਚ ਕਿਤੇ ਵੀ ਗੱਲ ਹੈ ਜਿਹੜੀ ਬੁੱਧਿਜ਼ਮ ਨਹੀਂ ਕਰਦਾ ਹੈਗਾ। ਰਿਜੈਕਸ਼ਨ ਆਫ ਵੇਦਾ, ਵੀ ਹੈਵ ਆਲਰੇਡੀ ਡਿਸਕਸ ਕਿ ਇਹਨਾਂ ਨੇ ਵੀ ਵੇਦਾਸ ਨੂੰ ਰਿਜੈਕਟ ਕੀਤਾ ਸੀਗਾ ਕਿਉਂਕਿ ਵੇਦਾਸ ਦੇ ਅਗੇਂਸਟ ਹੀ ਕਹਿ ਲਓ ਕਿ ਐਂਟੀ ਹੀ ਕੀ ਹੋਏ ਸੀਗੇ ਇਹ ਰਿਲੀਜਨ ਹੈ ਜਿਹੜੇ ਫੁਲਰਿਸ਼ ਆ ਜਿਹੜੇ ਹੋਏ ਸੀ। ਇਹ ਦੋਨਾਂ ਸਿਮਿਲੈਰਿਟੀ ਹੈਗੀ ਹੈ, ਚਾਹੇ ਬੁੱਧਿਜ਼ਮ ਹੈਗਾ ਚਾਹੇ ਇਹ ਜੈਨਿਜ਼ਮ ਹੈਗਾ। ਆਈਡੀਆ ਆਫ ਟਰਾਂਸਮਾਈਗ੍ਰੇਸ਼ਨ, ਓਬਵੀਅਸਲੀ ਜੇ ਤੁਸੀਂ ਅੱਛੇ ਕਰਮ ਕਰੋਗੇ, ਠੀਕ ਹੈ ਜੀ, ਤਾਂ ਤੁਹਾਡਾ ਜਿਹੜਾ ਰੀਬਰਥ ਹੋਏਗਾ ਇੱਕ ਅੱਛੇ ਉਹਦੇ ਵਿੱਚ ਹੋਏਗਾ, ਠੀਕ ਹੈ, ਤੁਹਾਡੀ ਲਾਈਫ ਅੱਗੇ ਅੱਛੀ ਹੋਏਗੀ, ਅੱਛੇ ਵਰਨ ਦੇ ਵਿੱਚ ਤੁਹਾਡਾ ਜਿਹੜਾ ਬਰਥ ਹੈ ਜਿਹੜਾ ਹੋਏਗਾ। ਤਾਂ ਇਹ ਮਤਲਬ ਸੋਲ ਟਰਾਂਸਮਾਈਗ੍ਰੇਸ਼ਨ ਦੀ ਜਿਹੜੀ ਗੱਲ ਹੈ ਉਹ ਜੈਨਿਜ਼ਮ ਵੀ ਕਰਦਾ ਹੈਗਾ, ਉਹ ਬੁੱਧਿਜ਼ਮ ਵੀ ਕਰਦਾ ਹੈਗਾ। ਅੱਛਾ, ਉਸ ਤੋਂ ਬਾਅਦ ਮਿਡਲ ਪਾਥ, ਆਪਾਂ ਨੇ ਜੈਨਿਜ਼ਮ ਦੇ ਵਿੱਚ ਡਿਸਕਸ ਕੀਤਾ ਸੀ ਐਕਸਟ੍ਰੀਮ ਪੈਨੈਂਸ, ਬਟ ਇਹਦੇ ਵਿੱਚ ਐਕਸਟ੍ਰੀਮ ਪੈਨੈਂਸ ਵਾਲੀ ਕੁਛ ਵੀ ਗੱਲ ਨਹੀਂ ਹੈਗੀ। ਇਹ ਕੀ ਕਹਿੰਦੇ ਨੇ ਕਿ ਮਿਡਲ ਪਾਥ ਹੈ ਜਿਹੜਾ ਫੋਲੋ ਕਰੋ, ਕੁਛ ਵੀ ਚੀਜ਼ ਐਕਸਟ੍ਰੀਮ ਦੇ ਵਿੱਚ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਹੈਗੀ। ਮਿਡਲ ਪਾਥ ਆਪਾਂ ਨੇ ਪਹਿਲਾਂ ਹੀ ਡਿਸਕਸ ਕਰ ਲਿਆ, ਤਾਂ ਆਪਾਂ ਇੱਥੇ ਆ ਜਿਹੜਾ ਗੱਲ ਨਹੀਂ ਕਰਾਂਗੇ। ਤਾਂ ਇਹ ਕੁਛ ਕੀ ਹੈਗੇ ਨੇ, ਮੇਜਰ ਪ੍ਰਿੰਸੀਪਲਸ ਹੈਗੇ ਨੇ। ਅਗਰ ਤੁਹਾਡੇ ਤੁਹਾਨੂੰ ਮੀਨਸ ਦੇ ਵਿੱਚ ਕੁਸ਼ਚਨ ਹੈ ਜਿਹੜਾ ਬੁੱਧਿਜ਼ਮ ਨੂੰ ਐਕਸਪਲੇਨ ਕਰਨਾ ਆਉਂਦਾ ਹੈਗਾ, ਤਾਂ ਤੁਸੀਂ ਇਹ ਸਾਰੀ ਮੇਜਰ ਫਿਲੋਸਫੀ ਜਾਂ ਪ੍ਰਿੰਸੀਪਲਸ ਨੇ ਜਿਹੜੇ ਉਹਦੇ ਵਿੱਚ ਜੋ ਆਪਾਂ ਨੇ ਡਿਸਕਸ ਕੀਤੇ ਹੈਗੇ ਨੇ ਉਹ ਲਿਖੋਗੇ। ਅਗਰ ਡਿਫਰੈਂਸ ਆਉਂਦਾ ਹੈਗਾ ਬੁੱਧਿਜ਼ਮ ਐਂਡ ਜੈਨਿਜ਼ਮ ਦੇ ਵਿੱਚ, ਤਾਂ ਇੱਦਾਂ ਕਰਕੇ ਤੁਸੀਂ ਡਿਫਰੈਂਸ ਵੀ ਕ੍ਰੀਏਟ ਕਰ ਸਕਦੇ ਹੋ। ਅਗਰ ਸਿਮਿਲੈਰਿਟੀਜ਼ ਪੁੱਛਦਾ ਹੈਗਾ ਤਾਂ ਤੁਸੀਂ ਇਸ ਤਰੀਕੇ ਨਾਲ ਸਿਮਿਲੈਰਿਟੀਜ਼ ਨੂੰ ਵੀ ਕੀ ਕਰ ਸਕਦੇ ਹੋ, ਐਕਸਪਲੇਨ ਆ ਜਿਹੜਾ ਕਰ ਸਕਦੇ ਹੋ। ਔਰ ਫਿਲੋਸਫੀ ਤੋਂ ਹੀ ਤੁਹਾਡੇ ਪ੍ਰੀਲਿਮਸ ਦੇ ਕੁਸ਼ਚਨ ਨੇ ਜਿਹੜੇ ਬਣਨ ਦੇ ਚਾਂਸਿਸ ਹੈਗੇ ਨੇ। ਕਲੀਅਰ? ਚਲੋ, ਹੁਣ ਆਪਾਂ ਨੈਕਸਟ ਹੈ ਜਿਹੜੇ ਗੱਲ ਕਰਦੇ ਹੈਗੇ ਹਾਂ ਕਿ ਜਿਹੜੀਆਂ ਬੁੱਧਾ ਦੀਆਂ ਬੁੱਧਿਸਟ ਕਾਊਂਸਿਲ ਹੋਈਆਂ ਨੇ, ਬੁੱਧਿਜ਼ਮ ਦੀਆਂ ਜਿਹੜੀਆਂ ਕਾਊਂਸਿਲਸ ਹੋਈਆਂ ਨੇ ਉਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਹੈਗੇ ਹਾਂ। ਤਾਂ ਚਾਰ ਕਾਊਂਸਿਲਸ ਨੇ ਜਿਹੜੀਆਂ ਹੋਈਆਂ ਨੇ, ਜਿਹੜੀ ਫਸਟ ਕਾਊਂਸਿਲ ਹੋਈ ਹੈ ਉਹਨੂੰ ਪੈਟਰੋਨਾਈਜ਼ ਕੀਤਾ ਸੀ ਆਜ਼ਾਦ ਸ਼ਤਰੂ ਨੇ, ਔਰ ਕਿੱਥੇ ਹੋਈ ਸੀ, ਕੈਪੀਟਲ ਰਾਜਗ੍ਰਿਹਾ ਦੇ ਵਿੱਚ, ਔਰ ਪ੍ਰੈਜ਼ੀਡੈਂਟ ਕੌਣ ਸੀਗਾ ਜੀ, ਮਹਾਕਸੱਪਾ। ਔਰ ਇਸ ਟਾਈਮ ਦੇ ਵਿੱਚ ਤ੍ਰਿਪਿਟਾਕਾ ਕੰਪਾਈਲਡ, ਬੇਸਿਕਲੀ ਤ੍ਰਿਪਿਟਾਕਾ ਤਾਂ ਨਹੀਂ ਹੋਈ ਸੀ, ਇਸ ਟਾਈਮ ਦੇ ਵਿੱਚ ਦੋ ਪਿਤਾਕਾਸ ਨੂੰ ਕੀ ਕੀਤਾ ਗਿਆ ਸੀਗਾ, ਬਣਾਇਆ ਗਿਆ ਸੀ। ਇੱਕ ਸੁੱਤਾ ਪਿਤਾਕਾ ਸੀਗੀ ਔਰ ਦੂਸਰੀ ਆਪਣੇ ਪਾਸ ਕਿਹੜੀ ਸੀਗੀ, ਇੱਕ ਸੁੱਤਾ ਪਿਤਾਕਾ, ਇੱਕ ਅਭਿਧਮ ਪਿਤਾਕਾ ਹੈਗੀ ਹੈ ਜੀ, ਔਰ ਇੱਕ ਹੈਗੀ ਹੈ ਵਿਨੇ ਪਿਤਾਕਾ। ਸੁੱਤਾ ਪਿਤਾਕਾ ਦੇ ਵਿੱਚ ਬੇਸਿਕਲੀ ਕੀ ਡਿਸਕਸ ਕੀਤਾ ਹੋਇਆ, ਬੁੱਧਾਸ ਦੇ ਸਰਮਨ ਦੇ ਬਾਰੇ, ਠੀਕ ਹੈ, ਉਹਨਾਂ ਦੀਆਂ ਟੀਚਿੰਗਸ ਦੇ ਬਾਰੇ, ਸਰਮਨ ਦੇ ਬਾਰੇ ਜੋ ਵੀ ਚੀਜ਼ ਐਕਸਪਲੇਨ ਕੀਤੀ ਗਈ ਹੈ ਉਹ ਕਿਹਦੇ ਵਿੱਚ, ਸੁੱਤਾ, ਸੁੱਤਰਾ ਨਹੀਂ ਹੈਗਾ, ਸੁੱਤਾ ਹੈ ਬੇਸਿਕਲੀ। ਸੁੱਤ ਪਿਤਾਕਾ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਡਿਸਕਸ ਹੈ ਜਿਹੜੀਆਂ ਜਾਂ ਐਕਸਪਲੇਨ ਕੀਤੀਆਂ ਹੋਈਆਂ ਨੇ। ਵਿਨੇ ਪਿਤਾਕਾ ਦਾ ਮਤਲਬ ਕੀ ਹੈ, ਵੀ ਜਿਹੜਾ ਸੰਘਾ ਦਾ ਕਲਚਰ ਹੈਗਾ ਏ, ਜਿਹੜਾ ਮੌਂਕ ਆਰਡਰ ਹੈਗਾ ਏ, ਉਹਦੇ ਬਾਰੇ ਗੱਲ ਕੀਤੀ ਹੋਈ ਹੈ ਵਿਨੇ ਪਤਾਕਾ 'ਚ। ਮੌਂਕ ਆਰਡਰ ਬੇਸਿਕਲੀ ਕਿਸ ਚੀਜ਼ ਨੂੰ ਆਪਾਂ ਕਹਿ ਰਹੇ ਹੈਗੇ ਹਾਂ, ਮੌਂਕ ਆਰਡਰ ਦਾ ਮਤਲਬ ਹੈਗਾ ਜਿਹੜੇ ਮੌਂਕਸ ਨੇ ਉਹਨਾਂ ਨੇ ਕਿੱਦਾਂ ਰਹਿਣਾ, ਕਿੱਦਾਂ ਉਹਨਾਂ ਨੇ ਕਿਹੜਾ ਡਿਸਿਪਲਿਨ ਨੂੰ ਫੋਲੋ ਕਰਨਾ, ਮਾਰਨਿੰਗ ਰੂਟੀਨ ਕੀ ਹੋਏਗੀ, ਈਵਨਿੰਗ ਰੂਟੀਨ ਕੀ ਹੋਏਗੀ, ਅਗਰ ਇੱਕ ਪ੍ਰੋਪਰ ਭਿਕਸ਼ੂ ਜਿਹੜਾ ਬਣਨਾ ਹੈਗਾ ਉਹਨੂੰ ਕੀ ਚੀਜ਼ ਹੈ ਜਿਹੜੀ ਕਰਨੀ ਪਏਗੀ, ਉਹ ਸਾਰਾ ਕੁਛ, ਮਤਲਬ ਜੋ ਆਪਾਂ ਨੇ ਗੱਲ ਕੀਤੀ ਸੀ, ਜਿਹੜੇ ਮੌਂਕਸ ਨੇ ਵਿਹੜਾ ਦੇ ਵਿੱਚ ਰਹਿੰਦੇ ਨੇ ਤਾਂ ਉਹਨਾਂ ਦਾ ਸਾਰਾ ਕਲਚਰ, ਉਹਨਾਂ ਦਾ ਸਾਰਾ ਆਰਡਰ ਹੈ, ਸੋਰੀ, ਬੇਸਿਕਲੀ ਉਹ ਕਿਹਦੇ ਵਿੱਚ ਐਕਸਪਲੇਨ ਕੀਤਾ ਹੋਇਆ, ਵਿਨੇ ਪਿਤਾਕਾ ਦੇ ਵਿੱਚ ਐਕਸਪਲੇਨ ਆ ਜਿਹੜਾ ਕੀਤਾ ਹੋਇਆ। ਕਲੀਅਰ? ਤਾਂ ਇੱਥੇ
ਫਾਈਨਲੀ ਕੀ ਹੋਈਆਂ ਸੀਗੀਆਂ ਆਪਣੀਆਂ ਜਿਹੜੀਆਂ ਦੋਨੋਂ ਸੁੱਤਾ ਪਿਤਾਕਾ ਔਰ ਵਿਨੈ ਪਿਤਾਕਾ ਨੂੰ ਕੀ ਕੀਤਾ ਗਿਆ ਸੀ, ਕੰਪਾਈਲ ਕੀਤਾ ਗਿਆ ਸੀ। ਜਿਹੜੀ ਥਰਡ ਹੈਗੀ ਹੈ ਅਭਿਧੰਮ ਪਿਤਾਕਾ, ਉਹ ਬੇਸਿਕਲੀ ਥਰਡ ਬੁੱਧਿਸਟ ਕਾਉਂਸਿਲ ਦੇ ਵਿੱਚ ਕੀ ਕੀਤੀ ਗਈ ਸੀ, ਕੰਪਾਈਲ ਹੈ ਜਿਹੜੀ ਕੀਤੀ ਗਈ ਸੀ। ਠੀਕ ਹੈ, ਤਾਂ ਤਿੰਨਾਂ ਨੂੰ ਮਿਲਾ ਕੇ, ਸੁੱਤਾ ਪਿਤਾਕਾ, ਵਿਨੈ ਪਿਤਾਕਾ, ਅਭਿਧੰਮ ਪਿਤਾਕਾ ਨੂੰ ਮਿਲਾ ਕੇ ਜਿਹੜੀਆਂ ਤਿੰਨ ਕੰਪਾਈਲੇਸ਼ਨ ਬਣਦੀਆਂ ਨੇ ਉਹਨੂੰ ਆਪਾਂ ਬੋਲਦੇ ਹੈਗੇ ਹਾਂ ਤ੍ਰੀ ਪਿਤਾਕਾ। ਤਾਂ ਇਹ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ, ਜਿਹੜੀ ਕਿ ਆਪਣੀ ਅਭਿਧੰਮ ਪਿਤਾਕਾ ਸੀਗੀ ਉਹ ਕਿੱਥੇ ਸੀਗੀ, ਉਹ ਥਰਡ ਆਪਣੀ ਜਿਹੜੀ ਕਾਉਂਸਿਲ ਹੋਈ ਸੀਗੀ ਉਹਦੇ ਵਿੱਚ ਕੰਪਾਈਲ ਕੀਤੀ ਹੋਈ ਸੀ। ਔਰ ਅਭਿਧੰਮ ਪਿਤਾਕਾ, ਦੇਖੋ ਇਹਦੇ ਨਾਮ 'ਚ ਹੀ ਹੈਗਾ ਧੰਮਾ, ਧੰਮਾ ਮਤਲਬ ਬੇਸਿਕਲੀ ਸੀਗੀ ਬੁੱਧਾ ਦੀ ਕੀ, ਬੁੱਧਿਜ਼ਮ ਦੀ ਫਿਲੋਸਫੀ ਕੀ ਹੈਗੀ ਹੈ, ਬੁੱਧਿਜ਼ਮ ਦੇ ਪ੍ਰਿੰਸੀਪਲਸ ਕੀ ਹੈਗੇ ਨੇ, ਉਹ ਸਾਰਾ ਕੁਝ ਕੀ ਕਿਹਦੇ ਵਿੱਚ ਐਕਸਪਲੇਨ ਕੀਤਾ ਹੈਗਾ, ਉਹ ਅਭਿਧੰਮ ਪਿਤਾਕਾ ਜਿਹੜੀ ਕਿ ਥਰਡ ਕਾਉਂਸਿਲ ਦੇ ਵਿੱਚ ਕੀ ਕੀਤੀ ਗਈ ਸੀਗੀ, ਆਪਣੀ ਕੰਪਾਈਲ ਕੀਤੀ ਗਈ ਸੀ। ਔਰ ਤਿੰਨਾਂ ਨੂੰ ਮਿਲਾ ਕੇ ਕੀ ਬੋਲਿਆ ਜਾਂਦਾ ਹੈਗਾ, ਤ੍ਰੀ ਪਿਤਾਕਾ ਹੈ ਜਿਹੜਾ ਬੋਲਿਆ ਜਾਂਦਾ ਹੈਗਾ। ਤਾਂ ਦੇਖੋ ਫਸਟ ਦੇ ਵਿੱਚ ਕੀ ਹੋਇਆ ਸੀਗਾ ਜੀ, ਆਪਣੇ ਆਪਣੇ ਡਿਸਕਸ ਕਰ ਹੀ ਲਿਆ। ਸੈਕਿੰਡ ਕਿੱਥੇ ਹੋਈ ਸੀ, ਵਿਸ਼ਾਲੀ ਦੇ ਵਿੱਚ ਹੋਈ ਸੀ, ਕਾਲ ਅਸ਼ੋਕਾ ਨੇ ਪੈਟਰੋਨਾਈਜ਼ ਕਰਵਾਈ ਸੀ। ਸਭਾ ਕਾਮੀ ਕੀ ਸੀਗਾ ਜੀ, ਕਾਉਂਸਿਲ ਦਾ ਪ੍ਰੈਜ਼ੀਡੈਂਟ ਸੀਗਾ। ਔਰ ਇਹਦੇ ਵਿੱਚ ਬੇਸਿਕਲੀ ਜਿਹੜੇ ਬੁੱਧਾ ਨੂੰ ਫੋਲੋਅਰ ਸੀਗੇ, ਜਾਂ ਜਿਨ੍ਹਾਂ ਨੂੰ ਆਪਾਂ ਸੰਘਾ ਕਹਿੰਦੇ ਹਾਂ, ਜਾਂ ਬੁੱਧਿਜ਼ਮ ਬੇਸਿਕਲੀ ਦੋ ਉਹਦੇ ਵਿੱਚ ਡਿਵਾਈਡ ਹੈ ਜਿਹੜਾ ਹੋ ਗਿਆ ਸੀਗਾ, ਦੋ ਅਲੱਗ ਅਲੱਗ ਟਾਈਪ ਦੇ ਫੋਲੋਅਰ ਹੈ ਜਿਹੜੇ ਬਣ ਗਏ ਸੀ। ਇੱਕ ਤਾਂ ਸੀਗੇ ਜੀ ਸਥਾਵਿਰਾਵਧਿੰਸ, ਔਰ ਦੂਸਰੇ ਸੀਗੇ ਮਹਾਸੰਘਿਕਾਸ। ਹੁਣ ਦੇਖੋ ਜਿਹੜੇ ਮਹਾਸੰਘਿਕਾਸ ਸੀਗੇ, ਇਹ ਤਾਂ ਚਾਹੁੰਦੇ ਸੀਗੇ, ਦੇਖੋ ਬੁੱਧਾ ਦੀ ਜਿਹੜੀ ਡੈਥ ਆ ਇੱਥੇ ਹੋ ਚੁੱਕੀ ਸੀਗੀ, ਤਾਂ ਓਬਵੀਅਸਲੀ ਕਾਫੀ ਸਾਰੇ ਜਿਵੇਂ ਅਗਰ ਆਪਾਂ ਬੁੱਧਿਸਟ ਜਿਹੜੇ ਵਿਹੀਰਾ ਦੇ ਵਿੱਚ ਮੌਂਕ ਰਹਿੰਦੇ ਸੀ, ਉਹਨਾਂ ਦੀ ਅਗਰ ਆਪਾਂ ਲਾਈਫ ਸਟਾਈਲ ਦੀ ਗੱਲ ਕਰੀਏ, ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਵਰਲਡ ਤੋਂ ਡਿਟੈਚ ਹੋਣਾ ਪੈਂਦਾ ਸੀਗਾ ਇੱਕ ਤਰੀਕੇ ਨਾਲ। ਕੁਛ ਨਾ ਕੁਛ ਤਾਂ ਐਕਸਟ੍ਰੀਮ ਉੱਥੇ ਵੀ ਐਗਜਿਸਟ ਹੈ ਜਿਹੜਾ ਕਰਦਾ ਹੈਗਾ ਸੀ। ਤਾਂ ਜਿਹੜੇ ਆਪਣੇ ਪਾਸ ਮਹਾਸੰਘਿਕਾ ਸੀਗੇ, ਉਹ ਕਹਿੰਦੇ ਸੀਗੇ ਕਿ ਦੇਖੋ ਜਿਹੜਾ ਹੁਣ ਇਹ ਬੁੱਧਿਜ਼ਮ, ਬੁੱਧਾ ਦੇ ਦੁਆਰਾ ਜਿੰਨਾ ਵੀ ਜੋ ਕਲਚਰ ਜਾਂ ਫਿਲੋਸਫੀ ਪ੍ਰਿੰਸੀਪਲ ਬਣਾਏ ਗਏ ਹੈਗੇ ਨੇ, ਉਹ ਇੱਕ ਥੋੜ੍ਹੇ ਜਿਹੇ ਸਟ੍ਰਿਕਟ ਹੈਗੇ ਨੇ, ਉਹ ਇਸ ਚੀਜ਼ ਨੂੰ ਸਟ੍ਰਿਕਟ ਮੰਨਦੇ ਸੀ। ਔਰ ਕਹਿੰਦੇ ਸੀਗੇ ਕਿ ਇਹਨਾਂ ਨੂੰ ਲੀਨੀਅੰਟ ਕਰਨ ਦੀ ਜ਼ਰੂਰਤ ਹੈਗੀ ਆ, ਮਤਲਬ ਇਹਨਾਂ ਨੂੰ ਐਡਿਟ ਕਰਨ ਦੀ ਜ਼ਰੂਰਤ ਹੈਗੀ ਆ, ਤਾਂ ਕਿ ਉਹਨਾਂ ਨੂੰ ਆਪਾਂ ਥੋੜ੍ਹਾ ਨੋਰਮਲ ਲਾਈਫ ਦੇ ਵਿੱਚ ਵੀ ਕੀ ਕਰ ਸਕੀਏ, ਪਰਫੋਰਮ ਹੈ ਜਿਹੜਾ ਕਰ ਸਕੀਏ। ਔਨ ਦਾ ਅਦਰ ਸਾਈਡ ਜਿਹੜੇ ਦੂਜੇ ਸੀਗੇ ਸਥਾਵਿਰਾਵਧਿੰਸ ਸੀਗੇ, ਇਹ ਕੀ ਚਾਹੁੰਦੇ ਸੀਗੇ ਕਿ ਨਹੀਂ, ਜੋ ਬੁੱਧਾ ਦਾ ਐਕਚੁਅਲ ਪ੍ਰਿੰਸੀਪਲ ਹੈਗਾ ਉਹਨਾਂ ਨੂੰ ਹੀ ਕੀ ਕਰਨਾ ਹੈਗਾ, ਫੋਲੋ ਕਰਨਾ ਹੈਗਾ। ਤਾਂ ਇੱਦਾਂ ਕਰਕੇ ਦੋ ਤਰੀਕੇ ਦੇ ਫੋਲੋਅਰ ਸੀਗੇ ਉਸ ਟਾਈਮ 'ਚ ਐਗਜਿਸਟ ਕਰਨ ਲੱਗ ਗਏ ਸੀ, ਇਹਨਾਂ ਨੂੰ ਮਹਾਸੰਘਿਕਾਸ ਕਿਹਾ ਜਾਣ ਲੱਗ ਗਿਆ ਸੀ, ਜਿਹੜੇ ਕੀ ਚਾਹੁੰਦੇ ਸੀ ਥੋੜ੍ਹਾ ਜਿਹਾ ਲੀਨੀਅੰਟ ਪ੍ਰਿੰਸੀਪਲਸ ਦੇ ਵਿੱਚ ਜਿਹੜੀ ਐਡੀਟਿੰਗ ਹੋਵੇ। ਔਰ ਇਹ ਕਹਿੰਦੇ ਸੀ ਨਹੀਂ, ਜੋ ਓਰੀਜਨਲ ਵਰਜ਼ਨ ਹੈਗਾ ਅਸੀਂ ਉਸਨੂੰ ਹੀ ਫੋਲੋਅਪ ਹੈ ਜਿਹੜਾ ਕਰਾਂਗੇ। ਤਾਂ ਸੈਕਿੰਡ ਇਹਦੇ ਵਿੱਚ ਡਿਵੀਜ਼ਨ ਹੈ ਜਿਹੜੀ ਉਹ ਹੋਈ ਸੀਗੀ। ਅੱਛਾ, ਉਸ ਤੋਂ ਬਾਅਦ ਜਿਹੜੀ ਥਰਡ ਸੀਗੀ, ਇਹਦੇ ਵਿੱਚ ਓਬਵੀਅਸਲੀ ਬੁੱਧਾ, ਇਹ ਕਿਉਂਕਿ ਅਸ਼ੋਕਾ ਨੇ ਕੀ ਕਰਵਾਈ ਸੀਗੀ, ਪੈਟਰੋਨਾਈਜ਼ ਕਰਵਾਈ ਸੀ, ਮੋਗਲੀ ਪੁੱਤਾ ਕੀ ਸੀ ਜੀ ਇਹਦਾ, ਆਪਣੇ ਪਾਸ ਪ੍ਰੈਜ਼ੀਡੈਂਟ ਸੀਗਾ। ਔਰ ਬੁੱਧਾ, ਸੋਰੀ, ਅਸ਼ੋਕਾ ਨੇ ਬੁੱਧਿਸਟ ਧਰਮ ਨੂੰ ਅਡੋਪਟ ਕੀਤਾ ਸੀ, ਔਰ ਅੱਗੇ ਆਪਾਂ ਨੇ ਦੇਖਿਆ ਸੀ ਕਿ ਇਹਨੂੰ ਕਾਫੀ ਜਗ੍ਹਾ ਦੇ ਉੱਪਰ ਕੀ ਕੀਤਾ ਸੀ, ਸਪਰੈਡ ਵੀ ਕੀਤਾ ਸੀਗਾ। ਤਾਂ ਇੱਥੇ ਕੀ ਹੋਇਆ ਸੀ, ਇੱਕ ਤਾਂ ਅਭਿਧੰਮ ਪਿਤਾਕਾ ਕੰਪਾਈਲ ਹੋਈ, ਔਰ ਇਸ ਤੋਂ ਬਿਨਾਂ ਬੁੱਧਿਜ਼ਮ ਧਰਮ ਨੂੰ ਫੈਲਾਉਣ ਦੇ ਲਈ ਅਲੱਗ ਅਲੱਗ ਜਗ੍ਹਾ ਦੇ ਉੱਪਰ ਜਿਹੜੇ ਮਤਲਬ ਸੀਗੇ ਆਪਣੇ ਸੰਘਾਜ ਨੇ, ਉਹਨਾਂ ਨੂੰ ਕੀ ਕੀਤਾ ਗਿਆ, ਭੇਜਿਆ ਗਿਆ। ਕਲੀਅਰ? ਓਕੇ, ਉਸ ਤੋਂ ਬਾਅਦ ਫਿਰ ਕਸ਼ਮੀਰ ਦੇ ਵਿੱਚ ਜਿਹੜੀ ਫੋਰਥ ਹੋਈ ਹੈ, ਕਨਿਸ਼ਕਾ ਦੇ ਦੁਆਰਾ ਕਰਵਾਈ ਗਈ ਹੈ, ਔਰ ਜਿਹੜਾ ਇਹਨਾਂ ਦਾ ਪ੍ਰੈਜ਼ੀਡੈਂਟ ਸੀ ਵਾਸੁਮਿੱਤਰਾ ਸੀਗਾ। ਔਰ ਇੱਥੇ ਬੇਸਿਕਲੀ ਬੁੱਧਿਜ਼ਮ ਹੈ ਜਿਹੜਾ ਦੋ ਸੈਕਟ ਦੇ ਵਿੱਚ ਹੈ, ਡਿਵਾਈਡ ਹੋ ਗਿਆ ਸੀ। ਇੱਕ ਦਾ ਨਾਮ ਸੀਗਾ ਹੀਨਯਾਨ, ਔਰ ਦੂਸਰੇ ਦਾ ਨਾਮ ਸੀਗਾ ਮਹਾਯਾਨ। ਦੋਨਾਂ ਨੂੰ ਆਪਾਂ ਡਿਸਕਸ ਕਰਾਂਗੇ ਕਿ ਹੀਨਯਾਨ ਕੀ ਸੀਗਾ ਔਰ ਮਹਾਯਾਨ ਕੀ ਸੀਗਾ। ਠੀਕ ਹੈ ਜੀ, ਸੈਕਟ ਦਾ ਮਤਲਬ ਬੇਸਿਕਲੀ ਦੋ ਅਲੱਗ ਅਲੱਗ ਡਿਵੀਜ਼ਨਸ ਹੋ ਗਈਆਂ ਸੀਗੀਆਂ। ਹੀਨਯਾਨ ਬੇਸਿਕਲੀ ਜਿਹੜਾ ਓਰੀਜਨਲ ਪ੍ਰਿੰਸੀਪਲਸ ਨੂੰ ਕਹਿ ਲਓ ਕਿਤੇ ਨਾ ਕਿਤੇ ਫੋਲੋ ਕਰਦਾ ਸੀ। ਔਨ ਦਾ ਅਦਰ ਸਾਈਡ ਅਗਰ ਮਹਾਯਾਨਾ ਨੂੰ ਗੱਲ ਕਰੀ, ਤਾਂ ਮਹਾਯਾਨ ਉਹ ਬੁੱਧਿਜ਼ਮ ਸੈਕਟ ਸੀਗਾ, ਸਕੂਲ ਸੀਗਾ, ਜਿਹੜਾ ਕਿ
ਥੋੜ੍ਹਾ ਥੋੜ੍ਹਾ ਹਿੰਦੂਇਜ਼ਮ ਵਾਲੀ ਸਾਈਡ ਹੈ ਜਿਹੜਾ ਕੀ ਹੋ ਗਿਆ ਸੀਗਾ, ਕਨਵਰਟ ਹੈ ਜਿਹੜਾ ਹੋ ਗਿਆ ਸੀ। ਇਹਨਾਂ ਦੋਨਾਂ ਨੂੰ ਆਪਾਂ ਬਾਅਦ 'ਚ ਡਿਸਕਸ ਕਰਾਂਗੇ, ਇਹਨਾਂ ਦਾ ਮੇਜਰ ਡਿਫਰੈਂਸ ਹੈ ਜਿਹੜਾ ਦੇਖਾਂਗੇ। ਇਸ ਤੋਂ ਬਿਨਾਂ ਇੱਕ ਹੋਰ ਸੈਕਟ ਵੀ ਆ, ਇੱਕ ਹੋਰ ਸਕੂਲ ਵੀ ਐਗਜਿਸਟ ਕਰਦਾ ਹੈਗਾ ਜਿਹਨੂੰ ਆਪਾਂ ਵਜਰਯਾਨ ਬੋਲਦੇ ਹੈਗੇ ਹਾਂ। ਉਹਨਾਂ ਨੂੰ ਤਿੰਨਾਂ ਨੂੰ ਆਪਾਂ ਲੇਟਰ ਔਨ ਡਿਸਕਸ ਕਰਾਂਗੇ। ਬਸ ਤੁਸੀਂ ਇੱਥੇ ਇਹ ਚੀਜ਼ ਧਿਆਨ ਰੱਖਣੀ ਹੈਗੀ ਹੈ ਕਿ ਫੋਰਥ ਕਾਉਂਸਲ ਦੇ ਵਿੱਚ ਕੀ ਹੋਇਆ ਸੀਗਾ, ਬੁੱਧਿਜ਼ਮ ਦੋ ਸਕੂਲ ਜਾਂ ਦੋ ਸੈਕਟ ਦੇ ਵਿੱਚ ਡਿਵਾਈਡ ਹੋ ਗਿਆ ਸੀ। ਇੱਕ ਨੂੰ ਆਪਾਂ ਮਹਾਯਾਨ ਬੁੱਧਿਜ਼ਮ ਬੋਲਦੇ ਹਾਂ, ਇੱਕ ਨੂੰ ਆਪਾਂ ਹੀਨਯਾਨ ਬੁੱਧਿਜ਼ਮ ਬੋਲਦੇ ਹਾਂ। ਜਿਹੜਾ ਅਸ਼ੋਕਾ ਸੀਗਾ ਉਹ ਹੀਨਯਾਨ ਬੁੱਧਿਜ਼ਮ ਦਾ ਫੋਲੋਅਰ ਸੀਗਾ ਜੀ, ਠੀਕ ਹੈ, ਇਹ ਚੀਜ਼ ਧਿਆਨ ਰੱਖਣੀ ਹੈ। ਔਰ ਪ੍ਰੈਜੈਂਟ ਟਾਈਮ ਹੀਨਯਾਨ ਬੁੱਧਿਜ਼ਮ ਇੰਨਾ ਨਹੀਂ ਚੱਲਦਾ ਹੈਗਾ, ਮੈਜੋਰਿਟੀ ਆਫ ਪੀਪਲ ਮਹਾਯਾਨ ਬੁੱਧਿਜ਼ਮ ਨੂੰ ਹੀ ਕੀ ਕਰਦੇ ਨੇ, ਅਡੋਪਟ ਹੈ ਜਿਹੜਾ ਕੀਤਾ ਹੋਇਆ ਅੱਜ ਪ੍ਰੈਜੈਂਟ ਡੇ ਦੇ ਵਿੱਚ ਔਰ ਲੋਕਾਂ ਨੇ। ਕਲੀਅਰ? ਬਾਕੀ ਤ੍ਰਿਪਿਤਾਕਾ ਵੀ ਹੈਵ ਆਲਰੇਡੀ ਡਿਸਕਸਡ ਕਿ ਤਿੰਨ ਤ੍ਰਿਪਿਤਾਕਾ ਨੇ ਜਿਹੜੀਆਂ ਜਾਂ ਤਿੰਨ ਕੰਪੋਜੀਸ਼ਨਸ ਨੇ ਉਹਨਾਂ ਨੂੰ ਤ੍ਰਿਪਿਤਾਕਾ ਜਿਹੜਾ ਬੋਲਿਆ ਜਾਂਦਾ ਹੈਗਾ ਹੈ। ਹੁਣ ਦੇਖੋ ਜੀ, ਇਹ ਆਪਾਂ ਨੇ ਡਿਸਕਸ ਕਰ ਲਿਆ ਚਾਰ ਜਿਹੜੀਆਂ ਕਾਉਂਸਲਸ ਹੋਈਆਂ ਸੀਗੀਆਂ ਉਹਨਾਂ ਬਾਰੇ। ਹੁਣ ਆਪਾਂ ਡਿਸਕਸ ਕਰਦੇ ਹੈਗੇ ਹਾਂ ਜੀ ਆਪਣੇ ਪਾਸ ਬੁੱਧਿਜ਼ਮ ਦੇ ਜਿਹੜੇ ਸਕੂਲ ਹੈਗੇ ਨੇ, ਤਾਂ ਇੱਕ ਹੀਨਯਾਨ ਸੀਗਾ, ਇੱਕ ਆਪਣੇ ਪਾਸ ਮਹਾਯਾਨ ਸੀ। ਇਹਨੂੰ ਇਹ ਲੈਸਰ ਪਾਥ ਜਾਂ ਫਿਰ ਲੈਸਰ ਵਿਲ ਵੀ ਬੋਲਿਆ ਜਾਂਦਾ, ਇਹਨੂੰ ਗ੍ਰੇਟ ਪਾਥ ਜਾਂ ਗ੍ਰੇਟਰ ਵਿਲ ਵੀ ਹੈ ਜਿਹੜਾ ਬੋਲਿਆ ਜਾਂਦਾ ਹੈਗਾ। ਤਾਂ ਹੁਣ ਥੋੜ੍ਹਾ ਦੇਖ ਲੈਂਦੇ ਹਾਂ। ਤਾਂ ਦੇ ਆਰ ਟਰੂ ਦਾ ਟੀਚਿੰਗ ਆਫ ਬੁੱਧਾ, ਜਿੱਦਾਂ ਆਪਾਂ ਨੇ ਆਲਰੇਡੀ ਡਿਸਕਸ ਕੀਤਾ ਕਿ ਜੋ ਐਕਚੁਅਲ ਦੇ ਵਿੱਚ ਬੁੱਧਾ ਦੀਆਂ ਟੀਚਿੰਗ ਐਗਜਿਸਟ ਕਰਦੀਆਂ ਨੇ ਉਹਨੂੰ ਹੀ ਫੋਲੋਅਪ ਕਰਨ ਵਾਲੇ ਇਹ ਪਰਸਨ ਸੀਗੇ। ਇਟ ਇਹਨਾਂ ਨੇ ਜਿਹੜੀ ਲੈਂਗੁਏਜ ਸੀਗੀ ਉਹ ਕਿਹੜੀ ਸੀਗੀ? ਪਾਲੀ ਸੀਗੀ। ਔਰ ਇਹ ਆਈਡਲ ਵਰਸ਼ਿਪ ਦੇ ਵਿੱਚ ਬਿਲੀਵ ਹੈ ਜਿਹੜਾ ਨਹੀਂ ਕਰਦੇ ਸੀਗੇ। ਅੱਛਾ, ਸੈਲਵੇਸ਼ਨ ਥਰੂ ਦਾ ਸੈਲਫ ਡਿਸਿਪਲਾਈਨ ਡਿਸਿਪਲਿਨ ਐਂਡ ਮੈਡੀਟੇਸ਼ਨ। ਤਾਂ ਜਿਹੜੀ ਸੈਲਵੇਸ਼ਨ ਬੇਸਿਕਲੀ ਨਿਰਵਾਣ ਹੈ ਜਿਹੜਾ, ਉਹ ਕਿਵੇਂ ਮਿਲੇਗਾ? ਸੈਲਫ ਡਿਸਿਪਲਿਨ ਔਰ ਮੈਡੀਟੇਸ਼ਨ ਦੇ ਨਾਲ ਮਿਲੇਗਾ। ਔਰ ਇਹਨੂੰ ਪੈਟਰੋਨਾਈਜ਼ ਕਿਹਨੇ ਕੀਤਾ ਸੀਗਾ? ਕਿਹੜੇ ਕਿੰਗ ਨੇ? ਅਸ਼ੋਕਾ ਐਕਚੁਅਲ ਦੇ ਵਿੱਚ ਹੀਨਯਾਨਾ ਦਾ ਹੀ ਕੀ ਸੀਗਾ? ਪੈਟਰੋਨਾਈਜ਼ ਸੀਗਾ, ਪੈਟਰੋਨਾਈਜ਼ਰ ਸੀਗਾ। ਕਲੀਅਰ? ਤਾਂ ਇਹ ਚੀਜ਼ ਥੋੜ੍ਹਾ ਜਿਹਾ ਦੇਖਣਾ। ਹੁਣ ਇਹਦੇ ਵਿੱਚ ਇੱਕ ਚੀਜ਼ ਆਪਾਂ ਹੋਰ ਦੇਖ ਲੈਂਦੇ ਹਾਂ, ਜਿਹੜਾ ਹੀਨਯਾਨ ਬੁੱਧਿਜ਼ਮ ਸੀਗਾ ਜਾਂ ਫੋਲੋਅਰ ਸੀਗੇ ਹੀਨਯਾਨ ਦੇ, ਉਹ ਲੇਟਰ ਔਨ ਬਾਅਦ ਵਿੱਚ ਕੀ ਕਹਿਣ ਲੱਗੇ? ਉਹ ਇਹ ਚੀਜ਼ ਕਹਿਣ ਲੱਗੇ ਕਿ ਬੁੱਧਾ ਦੇਖੋ ਬੇਸਿਕਲੀ ਇੱਕ ਆਰਡਨਰੀ ਮੈਨ ਹੀ ਸੀ, ਕਿ ਬੁੱਧਾ ਕੋਈ ਗੋਡ ਨਹੀਂ ਸੀ। ਠੀਕ ਹੈ, ਆਪਣੇ ਉਹਨਾਂ ਦੇ ਖੁਦ ਦੇ ਰਿਲੀਜਨ ਦੇ ਲੋਕ ਹੀ ਕੀ ਕਹਿਣ ਲੱਗੇ ਕਿ ਬੁੱਧਾ ਇੱਕ ਆਰਡਨਰੀ ਪਰਸਨ ਸੀ। ਉਹਨਾਂ ਨੇ ਮੋਕਸ਼ ਅਟੇਨ ਕੀਤਾ ਔਰ ਉਹਨਾਂ ਨੂੰ ਨਿਰਵਾਣਾ ਮਿਲਿਆ ਹੈਗਾ ਹੈ। ਠੀਕ ਹੈ, ਮਤਲਬ ਨਿਰਵਾਣਾ ਹੈ ਜਿਹੜਾ ਉਹਨਾਂ ਨੂੰ ਮਿਲਿਆ ਹੈਗਾ ਹੈ, ਉਹ ਇੱਕ ਕੋਮਨ ਸੀਗੇ। ਔਰ ਉਹਨਾਂ ਨੇ ਬਹੁਤ ਸਾਰਾ ਐਥਿਕਸ ਆਪਣੇ ਲਈ ਕੀ ਹੈ ਕੰਪਾਈਲ ਹੈ ਜਿਹੜਾ ਕੀਤਾ ਹੈਗਾ ਹੈ, ਉਹ ਐਥਿਕਸ ਨੂੰ ਫੋਲੋ ਕਰਕੇ ਹੀ ਆਪਾਂ ਵੀ ਉਹਨਾਂ ਦੇ ਤਰੀਕੇ ਨਾਲ ਨਿਰਵਾਣਾ ਹੈ ਜਿਹੜਾ ਕੀ ਕਰ ਸਕਦੇ ਹਾਂ, ਅਟੇਨ ਹੈ ਜਿਹੜਾ ਕਰ ਸਕਦੇ ਹਾਂ। ਤਾਂ ਇਸ ਤਰੀਕੇ ਦੇ ਨਾਲ ਬੇਸਿਕਲੀ ਕੀ ਚੀਜ਼ ਹੋਣ ਲੱਗ ਗਈ ਸੀਗੀ, ਜਿਹੜੇ ਲੋਕ ਸੀਗੇ, ਜੇ ਹੁਣ ਕੋਈ ਆਪਣੇ ਹੀ ਧਰਮ ਗੁਰੂ ਨੂੰ ਇਹ ਚੀਜ਼ ਕਹੇਗਾ ਕਿ ਉਹ ਇੱਕ ਕੋਮਨ ਜਾਂ ਆਰਡਨਰੀ ਮੈਨ ਹੈ, ਤਾਂ ਓਬਵੀਅਸਲੀ ਬਹੁਤ ਸਾਰੇ ਲੋਕ ਹੈ ਜਿਹੜੇ ਇਸ ਚੀਜ਼ ਤੋਂ ਪਿੱਛੇ ਹੈ ਜਿਹੜਾ ਹਟ ਜਾਣਗੇ। ਔਰ ਇਹੀ ਇੱਕ ਮੇਜਰ ਕਾਰਨ ਬਣਿਆ ਸੀਗਾ ਕਿ ਜਿਹੜਾ ਹੀਨਯਾਨ ਬੁੱਧਿਜ਼ਮ ਸੀਗਾ ਉਹ ਕੀ ਹੋ ਗਿਆ ਸੀਗਾ, ਡਿਕਲਾਈਨ ਹੈ ਜਿਹੜਾ ਹੋ ਗਿਆ ਸੀ। ਇਹ ਸਕੂਲ ਕਹਿ ਲਓ ਜਾਂ ਇਹ ਸੈਕਟ ਕਹਿ ਲਓ, ਇਹ ਡਿਕਲਾਈਨ ਹੋ ਗਿਆ ਸੀਗਾ, ਜ਼ਿਆਦਾਤਰ ਲੋਕ ਇਹਨੂੰ ਫੋਲੋਅਪ ਨਹੀਂ ਕਰਦੇ ਸੀਗੇ। ਕਲੀਅਰ? ਔਨ ਦਾ ਅਦਰ ਸਾਈਡ ਅਗਰ ਮਹਾਯਾਨ ਬੁੱਧਿਜ਼ਮ ਦੀ ਗੱਲ ਕਰੀਏ, ਤਾਂ ਮਹਾਯਾਨ ਬੁੱਧਿਜ਼ਮ ਇੱਕ ਗ੍ਰੇਟਰ ਸੀਗਾ, ਗ੍ਰੇਟਰ ਪਾਥ, ਮਤਲਬ ਗ੍ਰੇਟਰ ਵਿਲ, ਜ਼ਿਆਦਾਤਰ ਲੋਕਾਂ ਨੇ ਇਸ ਨੂੰ ਫੋਲੋਅਪ ਕੀਤਾ ਹੋਇਆ ਸੀਗਾ। ਇਹਦੇ ਵਿੱਚ ਇਹਨਾਂ ਨੇ ਦੇਖੋ ਸੰਸਕ੍ਰਿਤ ਲੈਂਗੁਏਜ ਨੂੰ ਅਡੋਪਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਇਹ ਹਿੰਦੂਇਜ਼ਮ ਦੇ ਪਾਥ ਦੇ ਉੱਪਰ ਚੱਲਣਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਸੀ। ਹੁਣ ਦੇਖੋ, ਹਿੰਦੂਇਜ਼ਮ ਨੂੰ ਹੀ ਕਾਊਂਟਰ ਕਰਨ ਲਈ ਆਪਣੇ ਇਹ ਜਿਹੜੇ ਧਰਮ ਸੀਗੇ ਉਹ ਫਲਰਿਸ਼ ਹੋਏ ਸੀਗੇ, ਔਰ ਜਿਹੜੇ ਮਹਾਯਾਨਾ ਬੁੱਧਿਜ਼ਮ ਸੈਕਟ ਦੇ ਲੋਕ ਸੀਗੇ ਉਹਨਾਂ ਨੇ ਇੱਕ ਤਰੀਕੇ ਨਾਲ ਹਿੰਦੂਇਜ਼ਮ ਨੂੰ ਦੁਬਾਰਾ, ਇਹ ਕਹਿ ਲਓ ਕਿ ਹਿੰਦੂਇਜ਼ਮ ਨੂੰ ਰਿਵਾਈਵ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਇਹਨਾਂ ਨੇ ਆਈਡਲ ਵਰਸ਼ਿਪ ਕਰਨੀ ਸ਼ੁਰੂ ਕਰ ਦਿੱਤੀ। ਇੱਥੋਂ ਦੀਆਂ ਕੰਪੋਜੀਸ਼ਨ ਸੀਗੀਆਂ, ਬੁੱਧਾ ਚਰਿੱਤਰਾ ਇੱਕ ਬੁੱਕ ਲਿਖੀ ਗਈ ਸੀ, ਜਿਹੜੀ ਪਹਿਲੀ ਬੁੱਕ ਸੀਗੀ ਸੰਸਕ੍ਰਿਤ ਦੇ ਵਿੱਚ ਲਿਖੀ ਗਈ ਸੀਗੀ, ਜਿਹਦੇ ਵਿੱਚ ਬੁੱਧਾ ਦੇ ਕਰੈਕਟਰ ਬਾਰੇ ਐਕਸਪਲੇਨ ਕੀਤਾ ਹੋਇਆ ਸੀਗਾ। ਤਾਂ ਇੱਕ ਤਰੀਕੇ ਨਾਲ ਜਿਹੜਾ ਮਹਾਯਾਨ ਬੁੱਧਿਜ਼ਮ
ਸੀਗਾ ਉਹ ਆਈਡਲ ਵਰਸ਼ਿਪ ਆਫ ਗੋਡ ਦੇ ਵਿੱਚ ਬਿਲੀਵ ਕਰਦਾ ਸੀ। ਨੋ ਡਾਊਟ ਆਈਡਲ ਵਰਸ਼ਿਪ, ਆਈਡਲਸ ਕਿਹਦੀਆਂ ਬਣਾਈਆਂ ਸੀ ਇਹਨਾਂ ਨੇ? ਬੁੱਧਾ ਔਰ ਬੋਧੀ ਸੱਤਵਾ ਦੀਆਂ ਹੀ ਬਣਾਈਆਂ ਸੀਗੀਆਂ। ਔਰ ਇਹ ਸੰਸਕ੍ਰਿਤ ਦੇ ਵਿੱਚ ਕਿਤੇ ਨਾ ਕਿਤੇ ਮੂਵ ਹੋਣਾ ਸ਼ੁਰੂ ਹੋ ਗਏ ਸੀਗੇ। ਔਰ ਬਾਕੀ ਇਹ ਕੀ ਕਹਿੰਦੇ ਸੀਗੇ ਕਿ ਮਤਲਬ ਜੋ ਬੁੱਧਾ ਦੇ ਪ੍ਰਿੰਸੀਪਲਸ ਹੈਗੇ ਨੇ ਉਹਨਾਂ ਨੂੰ ਫੋਲੋ ਕਰਕੇ ਹੀ ਆਪਾਂ ਨੂੰ ਕੀ ਮਿਲੇਗੇ? ਨਿਰਵਾਣਾ ਜਿਹੜਾ ਮਿਲੇਗਾ। ਬਸ ਸੰਸਕ੍ਰਿਤ ਔਰ ਆਈਡਲ ਵਰਸ਼ਿਪ ਜਿਹੜੇ ਦੋ ਕਨਸੈਪਟ ਨੇ ਹਿੰਦੂਇਜ਼ਮ ਵਾਲੇ ਇਹਨਾਂ ਨੇ ਅਡੋਪਟ ਹੈ ਜਿਹੜੇ ਕਰਨੇ ਸ਼ੁਰੂ ਕਰ ਦਿੱਤੇ ਸੀਗੇ। ਕਲੀਅਰ? ਤਾਂ ਇਹ ਚੀਜ਼ ਥੋੜ੍ਹੀ ਜਿਹੀ ਧਿਆਨ ਦੇ ਵਿੱਚ ਤੁਸੀਂ ਰੱਖਣੀ ਹੈਗੀ ਹੈ। ਤਾਂ ਹੁਣ ਗੱਲ ਕੁਛ ਹੈਗੀ ਆ ਬੋਧੀ ਸੱਤਵਾ ਦੀ, ਇੱਕ ਹੋਰ ਵੀ ਹੈਗਾ ਵਜਰਯਾਨ। ਹਾਂ, ਵਜਰਯਾਨ ਬੇਸਿਕਲੀ ਕੀ ਹੈ? ਵਹੀਕਲ ਆਫ ਥੰਡਰ ਬੋਲਟ ਵੀ ਬੋਲਿਆ ਜਾਂਦਾ, ਵਿਲ ਆਫ ਥੰਡਰ ਬੋਲਟ ਵੀ ਇਸ ਨੂੰ ਬੋਲਿਆ ਜਾਂਦਾ ਹੈਗਾ। ਇਹਦੇ ਵਿੱਚ ਬੇਸਿਕਲੀ ਕੀ ਹੈ ਕਿ ਜਦੋਂ ਬੁੱਧੀਜ਼ਮ ਨੇ ਤੰਤਰ ਮੰਤਰ ਨੂੰ ਐਡੋਪਟ ਕਰਨਾ ਸ਼ੁਰੂ ਕਰ ਦਿੱਤਾ, ਠੀਕ ਹੈ, ਜਿਹੜੇ ਬੁੱਧੀਜ਼ਮ ਪੀਪਲ ਨੇ ਤੰਤਰ ਮੰਤਰ ਨੂੰ ਨਾਲ, ਉਸ ਟਾਈਮ ਦੇ ਵਿੱਚ ਤੰਤਰ ਮੰਤਰ ਵੀ ਐਗਜ਼ਿਸਟੈਂਸ ਦੇ ਵਿੱਚ ਸੀਗੇ, ਤਾਂ ਜਿਹੜੇ ਲੋਕਾਂ ਨੇ ਤੰਤਰ ਮੰਤਰਾਂ ਨੂੰ ਨਾਲ ਫੋਲੋ ਕਰਨਾ ਸ਼ੁਰੂ ਕਰ ਦਿੱਤਾ, ਉਹ ਇੱਕ ਅਲੱਗ ਸੈਕਟ ਬਣ ਗਿਆ, ਇੱਕ ਅਲੱਗ ਸਕੂਲ ਬਣ ਗਿਆ, ਜਿਸ ਨੂੰ ਕੀ ਬੋਲਿਆ ਜਾਣ ਲੱਗਿਆ? ਵਜਰਯਾਨ। ਤਾਂ ਇਹ ਕੀ ਕਹਿੰਦੇ ਨੇ ਕਿ ਜਿਹੜੀ ਸੈਲਵੇਸ਼ਨ ਹੈਗੀ ਹੈ, ਨਿਰਵਾਣਾ ਹੈ, ਕਿਵੇਂ ਐਕਵਾਇਰ ਕੀਤੀ ਜਾ ਸਕਦੀ ਆ? ਮੈਜੀਕਲ ਪਾਵਰਸ ਕਾਲਡ ਵਜਰਾ, ਵਜਰਾ ਮਤਲਬ ਮੈਜੀਕਲ ਜਿਹੜੀਆਂ ਪਾਵਰਸ ਨੇ ਉਹਨਾਂ ਨੂੰ ਕਹਿ ਰਹੇ ਨੇ। ਔਰ ਇਹਨਾਂ ਦੇ ਵਿੱਚ ਬੇਸਿਕਲੀ ਇੱਕ ਗੁਰੂ ਜਿਹਨੂੰ ਕਹਿੰਦੇ ਨੇ ਉਹ ਲਾਮਾ, ਲਾਮਾ ਬੇਸਿਕਲੀ ਇੱਕ ਗੁਰੂ ਨੂੰ ਇਹ ਕਹਿਣ ਲੱਗ ਗਏ ਸੀਗੇ, ਔਰ ਇਹੀ ਫਿਲੋਸਫੀਕਲ ਜਾਂ ਰਿਚੁਅਲ ਟ੍ਰੈਡੀਸ਼ਨ ਇਹ ਲਾਮਾ ਪਰਫੋਰਮ ਕਰੇਗਾ। ਔਰ ਜਿਹੜਾ ਦਲਾਈ ਲਾਮਾ ਦਾ ਕਨਸੈਪਟ ਹੈਗਾ ਹੈ ਉਹ ਇੱਥੋਂ ਹੀ ਜਿਹੜਾ ਨਿਕਲ ਕੇ ਆਇਆ ਹੈਗਾ ਕਿ ਮਤਲਬ ਜਿਹੜੇ ਦਲਾਈ ਲਾਮਾ ਹੈਗੇ ਨੇ ਉਹ ਵਜਰਯਾਨ ਸੈਕਟ ਨੂੰ ਬਿਲੋਂਗ ਕਰਨ ਵਾਲੇ ਪਰਸਨ ਹੈ ਜਿਹੜੇ ਹੈਗੇ ਨੇ ਬੁੱਧੀਜ਼ਮ ਨੂੰ। ਕਲੀਅਰ? ਤਾਂ ਇਹ ਚੀਜ਼ ਨੂੰ ਧਿਆਨ ਰੱਖਣਾ। ਅੱਛਾ, ਬੋਧੀ ਸੱਤਵਾਸ, ਬੋਧੀ ਸੱਤਵਾਸ ਦੀ ਵੀ ਇਹ ਗੱਲ ਹੈ ਜਿਹੜੇ ਕਰਦੇ ਹੈਗੇ ਨੇ। ਬੋਧੀ ਸੱਤਵਾ ਬੇਸਿਕਲੀ ਕੀ ਹੈਗੀਆਂ ਨੇ? ਬੋਧੀ ਸੱਤਵਾ ਮਤਲਬ ਬੁੱਧਾ ਦਾ ਰੀਬਰਥ ਹੋਇਆ ਹੈ, ਮਤਲਬ ਇਸ ਤੋਂ ਜਾਂ ਬੁੱਧਾ ਦੇ ਬਰਥ ਤੋਂ ਪਹਿਲਾਂ ਵੀ ਕੁਛ ਜਿਹੜੇ ਗੋਡ ਨੇ ਬੁੱਧਾ ਵਰਗੇ ਐਗਜ਼ਿਸਟ ਕਰਦੇ ਨੇ, ਮਤਲਬ ਉਹਨਾਂ ਨੂੰ ਬੋਧੀ ਸੱਤਵਾ ਜਿਹੜਾ ਕਿਹਾ ਗਿਆ ਹੈ। ਹੁਣ ਦੇਖੋ ਇਹ ਲਿਖਿਆ ਹੋਇਆ ਵਜਰਪਾਨਾ, ਠੀਕ ਹੈ, ਔਰ ਮੰਜੂਸ਼ਰੀ ਹੋ ਗਿਆ, ਉਸ ਤੋਂ ਬਾਅਦ ਪਦਮਾ ਪਨੀ ਹੋ ਗਿਆ, ਇਹ ਬੇਸਿਕਲੀ ਕਿਹਾ ਗਿਆ ਕਿ ਬੁੱਧਾ ਦੇ ਬਰਥ ਤੋਂ ਪਹਿਲਾਂ ਇਹ ਕੁਛ ਜਿਹੜੇ ਬੋਧੀ ਸੱਤਵਾ ਸੀਗੇ ਬੁੱਧਾਜ਼ ਨੂੰ ਫੋਲੋ ਕਰਨ ਵਾਲੇ, ਮਤਲਬ ਇੱਕ ਤਰੀਕੇ ਨਾਲ ਬੁੱਧਾ ਖੁਦ ਹੀ ਇਹ ਪਹਿਲਾਂ ਵੀ ਐਗਜ਼ਿਸਟ ਕਰਦੇ ਸੀਗੇ, ਔਰ ਉਸ ਤੋਂ ਬਾਅਦ ਬੁੱਧਾ ਹੈ, ਔਰ ਇਹਨੂੰ ਫਿਊਚਰ ਦੇ ਵਿੱਚ ਵੀ ਕੀ ਹੋਏਗਾ, ਬੁੱਧਾ ਦਾ ਜਿਹੜਾ ਰੀਬਰਥਾ ਹੋਏਗਾ ਉਹਨੂੰ ਨਾਮ ਕੀ ਦਿੱਤਾ ਇਹਨਾਂ ਨੇ? ਮੈਤ੍ਰੇਆ। ਤਾਂ ਮਤਲਬ ਬੋਧੀ ਸੱਤਵਾ ਬੇਸਿਕਲੀ ਬੁੱਧਾ ਦਾ ਰੀਬਰਥ ਕਹਿ ਲਓ ਕਿ ਅਲੱਗ ਅਲੱਗ ਟਾਈਮ ਦੇ ਵਿੱਚ ਉਹਨਾਂ ਦਾ ਬਰਥ ਹੋਇਆ ਹੈ, ਔਰ ਉਸ ਟਾਈਮ ਦੇ ਵਿੱਚ ਉਹਨਾਂ ਦੇ ਨਾਮ ਕੀ ਸੀਗੇ, ਅਲੱਗ ਅਲੱਗ ਸੀਗੇ, ਇਹ ਕਨਸੈਪਟ ਹੈਗਾ ਬੇਸਿਕਲੀ ਬੋਧੀ ਸੱਤਵਾ ਦਾ। ਤਾਂ ਇਹਨਾਂ ਦੇ ਨਾਮ ਥੋੜ੍ਹੇ ਜਿਹੇ ਤੁਸੀਂ ਯਾਦ ਰੱਖਣੇ ਹੋ, ਜਿਵੇਂ ਫਿਊਚਰ ਬੁੱਧਾ ਕਿਹਨਾਂ ਨੂੰ ਕਿਹਾ ਜਾਂਦਾ, ਇਹ ਚੀਜ਼ ਤੁਹਾਨੂੰ ਜਿਹੜੀ ਪਤਾ ਹੋਣੀ ਚਾਹੀਦੀ ਹੈਗੀ ਹੈ। ਕਲੀਅਰ? ਚਲੋ, ਹੁਣ ਉਸ ਤੋਂ ਬਾਅਦ ਆਪਾਂ ਥੋੜ੍ਹਾ ਜਿਹਾ ਬੁੱਧਿਸਟ ਆਰਕੀਟੈਕਚਰ ਬਾਰੇ ਵੀ ਗੱਲ ਕਰ ਲੈਂਦੇ ਹੈਗੇ ਹਾਂ। ਤਾਂ ਆਪਾਂ ਨੇ ਦੇਖਿਆ ਸੀਗਾ ਪਲੇਸਿਸ ਆਫ ਵਰਸ਼ਿਪ, ਠੀਕ ਹੈ, ਸਤੂਪਾਸ ਬਣਾਇਆ ਗਏ, ਵਹੀਰਾਜ ਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਜਿਹੜੇ ਮੌਂਕ ਸੀਗੇ ਉਹ ਰਹਿੰਦੇ ਸੀਗੇ, ਪ੍ਰੋਪਰ ਡਿਸਿਪਲਿਨ ਹੈ ਜਿਹੜਾ ਫੋਲੋ ਕਰਦੇ ਸੀਗੇ, ਔਰ ਸੁਸਾਇਟੀ ਤੋਂ ਅਲੱਗ ਹੈ ਜਿਹੜੇ ਉਹ ਹੁੰਦੇ ਸੀਗੇ। ਡਿਵਲਪਮੈਂਟ ਆਫ ਕੇਵ ਆਰਕੀਟੈਕਚਰ, ਜਿਵੇਂ ਬਾਰਾਬਰ ਕੇਵਸ ਹੈਗੀਆਂ ਨੇ ਬੋਧ ਗਿਆ ਬਿਹਾਰ ਦੇ ਵਿੱਚ, ਇਹ ਕਿਹਦੇ ਵਿੱਚ ਆਉਂਦੀਆਂ ਨੇ? ਆਪਣੇ ਬੁੱਧਿਸਟ ਆਰਕੀਟੈਕਚਰ ਦੇ ਵਿੱਚ ਆਉਂਦੀਆਂ ਨੇ। ਬਾਕੀ ਆਈਡਲ ਵਰਸ਼ਿਪ, ਬੁੱਧਾ ਦਾ ਜਿਹੜੇ ਸਟੈਚੂ ਆਪਾਂ ਨੇ ਦੇਖਿਆ ਸੀਗਾ ਮਹਾਯਾਨਾ ਦੇ ਵਿੱਚ ਬਣਾਉਣ ਲੱਗ ਗਏ ਸੀਗੇ, ਇਹ ਵੀ ਇਹਦੇ ਵਿੱਚ ਆਰਕੀਟੈਕਚਰ 'ਚ ਆਉਂਦੇ ਨੇ। ਬਾਕੀ ਜਦੋਂ ਆਪਾਂ ਆਰਟ ਐਂਡ ਆਰਕੀਟੈਕਚਰ ਨੂੰ ਡਿਸਕਸ ਕਰਾਂਗੇ ਅਲੱਗ ਤੋਂ, ਤਾਂ ਉਹਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਇਹਨਾਂ ਨੂੰ ਦੇਖ ਲੈਂਦੇ ਹਾਂ, ਇੱਥੇ ਆਪਾਂ ਥੋੜ੍ਹਾ ਦੇਖ ਲੈਂਦੇ ਹਾਂ। ਔਰ ਇਸ ਤੋਂ ਬਿਨਾਂ ਯੂਨੀਵਰਸਿਟੀ, ਜਿੱਦਾਂ ਆਪਾਂ ਨਲੰਦਾ ਯੂਨੀਵਰਸਿਟੀ ਦੀ ਗੱਲ ਕਰਦੇ ਹੈਗੇ ਹਾਂ, ਉਹ ਵੀ ਇੱਕ ਸੈਂਟਰਲ ਫਿਗਰ ਹੈਗੀ ਹੈ ਜਿਹੜੀ ਕਿ ਬੁੱਧਿਜ਼ਮ ਦੇ ਆਰਟ ਐਂਡ ਆਰਕੀਟੈਕਚਰ ਦਾ ਮੇਨ ਹੈਗਾ ਹੈ ਜੀ, ਪਾਰਟ ਹੈਗਾ ਹੈ। ਅੱਛਾ, ਉਸ ਤੋਂ ਬਾਅਦ ਗੱਲ ਹੈਗੀ ਹੈ ਕਿ ਬੁੱਧਿਜ਼ਮ ਇੰਨਾ ਵੱਡਾ ਧਰਮ ਹੈਗਾ ਹੈ, ਉਹਦਾ ਡਿਕਲਾਈਨ ਹੋਇਆ, ਤਾਂ ਮੇਜਰ ਉਹਦੇ ਵੀ ਕੁਛ ਕੀ ਸੀਗੇ ਕਾਰਨ ਸੀਗੇ, ਤਾਂ ਉਹ ਆਪਾਂ ਦੇਖਦੇ ਹੈਗੇ ਹਾਂ। ਤਾਂ ਪਹਿਲਾਂ ਓਬਵੀਅਸਲੀ ਮਹਾਯਾਨਾ ਬੁੱਧਿਜ਼ਮ,
ਰਿਚੁਅਲਸ ਕੀ ਹੋਣ ਲੱਗੇ ਸੀ, ਉੱਥੇ ਦੁਬਾਰਾ ਪਰਫੋਰਮ ਹੋਣ ਲੱਗੇ ਸੀ, ਆਈਡਲ ਵਰਸ਼ਿਪ ਹੋਣ ਲੱਗ ਗਈ ਸੀ, ਸੰਸਕ੍ਰਿਤ ਲੈਂਗੁਏਜ ਨੂੰ ਉਹ ਯੂਜ਼ ਕਰਨ ਲੱਗੇ ਸੀਗੇ, ਔਰ ਇਸ ਤੋਂ ਬਿਨਾਂ ਉਹ ਆਪਾਂ ਨੇ ਦੇਖਿਆ ਸੀਗਾ ਮੈਜੀਕਲਸ ਦੇ ਵਿੱਚ ਵੀ ਕੀ ਕਰਨ ਲੱਗੇ ਸੀਗੇ, ਮੰਤਰਸ ਦੇ ਵਿੱਚ ਬਿਲੀਵ ਕਰਨ ਲੱਗੇ ਸੀਗੇ, ਔਰ ਇਸ ਤੋਂ ਬਿਨਾਂ ਲੋਕ ਕੀ ਜਿਹੜੇ ਉਹਨਾਂ ਦੇ ਮੇਨ ਸੰਘਾ ਸੀਗੇ ਉਹ ਕਰਪਟ ਹੋਣ ਲੱਗੇ ਸੀ। ਜਿਹੜੇ ਸੰਘਾ ਸੀਗੇ ਹੁਣ ਜਿਹੜੇ ਵਿਹੀਰਾ ਦੇ ਵਿੱਚ ਰਹਿੰਦੇ ਸੀਗੇ ਤਾਂ ਉਹ ਇੱਕ ਤਰੀਕੇ ਨਾਲ ਕਿੱਥੇ ਰਹਿੰਦੇ ਸੀ, ਉਹ ਮੇਨ ਜਿਹੜੇ ਟ੍ਰੇਡਿੰਗ ਸਿਟੀਜ਼ ਸੀਗੀਆਂ ਉੱਥੇ ਐਗਜ਼ਿਸਟੈਂਸ ਸੀਗੀ ਉਹਨਾਂ ਦੀ। ਤਾਂ ਓਬਵੀਅਸਲੀ ਕਿਉਂਕਿ ਉੱਥੇ ਕਿਉਂ ਰਹਿਣਗੇ, ਹੁਣ ਇੱਕ ਅਗਰ ਵਿਲੇਜ ਦੇ ਵਿੱਚ ਰਹਿਣਗੇ ਤਾਂ ਉਹਨਾਂ ਨੂੰ ਪ੍ਰੋਪਰ ਖਾਣਾ ਵਗੈਰਾ ਤਾਂ ਉੱਥੋਂ ਨਹੀਂ ਮਿਲੇਗਾ, ਓਬਵੀਅਸਲੀ ਵਿਲੇਜ ਦੇ ਵਿੱਚ ਪੂਰ ਪੀਪਲ ਰਹਿੰਦੇ ਨੇ, ਤਾਂ ਆਪਣਾ ਸਰਵਾਈਵਲ ਬੈਟਰ ਕਰਨ ਦੇ ਲਈ ਉਹ ਇੱਕ ਟ੍ਰੇਡਿੰਗ ਸੈਂਟਰ ਦੇ ਵਿੱਚ ਕਹਿ ਲਓ ਜਾਂ ਸਿਟੀਜ਼ ਦੇ ਵਿੱਚ ਰਹਿੰਦੇ ਸੀਗੇ ਜਿੱਥੇ ਵੱਡੇ ਵੱਡੇ ਟ੍ਰੇਡਰ ਸੀਗੇ। ਹੁਣ ਓਬਵੀਅਸਲੀ ਉਹਨਾਂ ਨੂੰ ਦਾਨ ਦਕਸ਼ਣਾ ਮਿਲਦੀ ਸੀ ਤਾਂ ਉਹਨਾਂ ਨੇ ਇੱਕ ਤਰੀਕੇ ਨਾਲ ਕਰਪਸ਼ਨ ਕਰਨੀ ਹੈ ਜਿਹੜੀ ਸ਼ੁਰੂ ਕਰ ਦਿੱਤੀ, ਉਹਨਾਂ ਨੇ ਜ਼ਿਆਦਾ ਤੋਂ ਜ਼ਿਆਦਾ ਮਤਲਬ ਜਿਹੜੀ ਇਹ ਕਹਿ ਲਓ ਕਿ ਮਨੀ ਹੈ ਉਸਨੂੰ ਕਲੈਕਟ ਕਰਨਾ ਸ਼ੁਰੂ ਕਰ ਦਿੱਤਾ, ਉਸ ਤੋਂ ਬਾਅਦ ਉਹਨੂੰ ਟ੍ਰੇਡ ਦੇ ਵਿੱਚ ਲਗਾਉਣਾ ਸ਼ੁਰੂ ਕਰ ਦਿੱਤਾ, ਲੋਕਾਂ ਨੂੰ ਪੈਸੇ ਵਿਆਜ ਦੇ ਉੱਪਰ ਦੇਣੇ, ਉਧਾਰ ਬੋਰਿੰਗ ਕਰਨੀਆਂ ਸ਼ੁਰੂ ਕਰ ਦਿੱਤੀ, ਬਦਲੇ 'ਚ ਉਹਨਾਂ ਨੂੰ ਇੰਟਰਸਟ ਆਉਣ ਲੱਗਿਆ। ਵੀ ਬੇਸਿਕਲੀ ਜਿਹੜੇ ਵਹੀਰਾ ਸੀਗੇ ਉਹ ਕੀ ਬਣ ਗਏ, ਇੱਕ ਲਗਜ਼ਰੀ ਲਾਈਫ ਸਟਾਈਲ ਹੈ ਜਿਹੜਾ ਉਹਨਾਂ ਨੇ ਆਪਣਾ ਬਣਾ ਲਿਆ ਸੀਗਾ। ਤਾਂ ਇਸ ਤਰੀਕੇ ਨਾਲ ਜਿਹੜੇ ਸੰਘਾ ਸੀਗੇ ਜਾਂ ਜਿਹਨੂੰ ਆਪਾਂ ਭਿਕਸ਼ੂਸ ਬੋਲਦੇ ਹਾਂ, ਉਹ ਇੱਕ ਮੇਜਰ ਕਾਰਨ ਬਣ ਗਏ ਕਿਹੜਾ, ਬੁੱਧਿਜ਼ਮ ਨੂੰ ਡਿਕਲਾਈਨ ਕਰਨ ਦੇ, ਕਿਉਂਕਿ ਉਹਨਾਂ ਦਾ ਐਕਚੁਅਲ ਜੋ ਕੰਮ ਸੀਗਾ ਬੁੱਧਿਜ਼ਮ ਰਿਲੀਜਨ ਉਸਨੂੰ ਫੋਲੋ ਕਰਨਾ, ਉਸਨੂੰ ਸਪਰੈਡ ਕਰਨਾ, ਉਸ ਚੀਜ਼ ਤੋਂ ਹਟ ਕੇ ਉਹ ਕਿਹਦੇ ਵਿੱਚ ਪੈ ਗਏ ਸੀ, ਆਪਣੀ ਮਟੀਰੀਅਲਿਸਟਿਕ ਲਾਈਫ ਨੂੰ ਉਹਨਾਂ ਨੇ ਅਡੋਪਟ ਹੈ ਜਿਹੜਾ ਕਰ ਲਿਆ ਸੀਗਾ। ਠੀਕ ਹੈ ਜੀ, ਤਾਂ ਇਹ ਮੇਜਰ ਕਾਰਨ ਸੀਗਾ ਕੁਛ ਬੁੱਧਿਜ਼ਮ ਨੂੰ ਡਿਕਲਾਈਨ ਹੈ ਜਿਹੜਾ ਕਰਨ ਲਈ। ਕਲੀਅਰ? ਵਜਰਯਾਨਾ ਆਪਾਂ ਨੇ ਆਲਰੇਡੀ ਡਿਸਕਸ ਕਰ ਲਿਆ, ਔਰ ਉਸ ਤੋਂ ਬਿਨਾਂ ਵਿਮੈਨਸ ਨੂੰ ਵੀ ਉਹ ਐਜ਼ ਆ ਓਬਜੈਕਟ ਆਫ ਲਸਟ ਦੀ ਨਜ਼ਰ ਦੇ ਨਾਲ ਜਿਹੜਾ ਸੰਘਾਸ ਦੇਖਣ ਲੱਗੇ। ਆਪਾਂ ਨੇ ਦੇਖਿਆ ਹੈ ਕਿ ਉਹ ਇੱਕ ਲਗਜ਼ਰੀ ਲਾਈਫ ਜਾਂ ਮਟੀਰੀਅਲਿਸਟਿਕ ਲਾਈਫ ਵਾਲੀ ਸਾਈਡ ਮੂਵ ਹੋਣ ਲੱਗੇ, ਤਾਂ ਓਬਵੀਅਸਲੀ ਵਿਮੈਨ ਵੀ ਉਹਨਾਂ ਦੀ ਮਟੀਰੀਅਲਿਸਟਿਕ ਲਾਈਫ ਦਾ ਇੱਕ ਪਾਰਟ ਹੈ ਜਿਹੜੀਆਂ ਬਣ ਗਈਆਂ ਸੀ। ਤਾਂ ਇਹੀ ਕੀ ਸੀਗਾ ਇੱਕ ਮੇਜਰ, ਇਹ ਕਹਿ ਲਓ ਕਿ ਕਾਰਨ ਸੀਗਾ ਜਿਹਦੇ ਨਾਲ ਕੁਛ ਮੇਜਰ ਆਪਣੇ ਰੀਜ਼ਨਸ ਡਿਸਕਸ ਕੀਤੇ ਹੈਗੇ ਨੇ ਜਿਹਦੇ ਨਾਲ ਬੁੱਧਿਜ਼ਮ ਰਿਲੀਜਨ ਕੀ ਹੋਇਆ ਡਿਕਲਾਈਨ ਹੈ ਜਿਹੜਾ ਹੋਇਆ। ਕਲੀਅਰ? ਤਾਂ ਇੱਥੇ ਤੱਕ ਹੀ ਅੱਜ ਆਪਾਂ ਡਿਸਕਸ ਕਰਾਂਗੇ, ਜਿਹਦੇ ਵਿੱਚ ਆਪਾਂ ਬੁੱਧਿਜ਼ਮ ਦਾ ਜਿਹੜਾ ਫਿਲੋਸਫੀ ਨੂੰ ਡਿਸਕਸ ਕਰ ਲਿਆ ਹੈਗਾ, ਠੀਕ ਹੈ, ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਗੌਤਮ ਬੁੱਧਾ ਜੀ ਦੀ ਲਾਈਫ ਦੇ ਨਾਲ ਡਿਸਕਸ ਕਰ ਲਈਆਂ ਨੇ, ਔਰ ਇਸ ਤੋਂ ਬਿਨਾਂ ਡਿਕਲਾਈਨ ਦੇ ਕੁਛ ਮੇਜਰ ਕਾਰਨ ਕੀ ਨੇ ਉਹ ਵੀ ਆਪਾਂ ਡਿਸਕਸ ਹੈ ਜਿਹੜੇ ਕਰ ਲਏ ਹੈਗੇ ਨੇ। ਹੁਣ ਇਸ ਤੋਂ ਬਾਅਦ ਆਪਾਂ ਸਿਮਿਲੈਰਿਟੀਜ਼ ਵੈਸੇ ਤਾਂ ਆਪਾਂ ਡਿਸਕਸ ਕਰ ਹੀ ਲਈਆਂ ਨੇ ਨਾਲ ਨਾਲ, ਪਰ ਇੱਕ ਤਰੀਕੇ ਨਾਲ ਆਪਾਂ ਅੱਛੀ ਤਰੀਕੇ ਨਾਲ ਹੋਰ ਦੇਖ ਲਾਂਗੇ ਇਹਨਾਂ ਨੂੰ, ਔਰ ਇਸ ਤੋਂ ਜਿਹੜਾ ਨੈਕਸਟ ਲੈਕਚਰ ਹੋਏਗਾ ਉਹਦੇ ਵਿੱਚ ਆਪਣੇ ਜਿਹੜੇ ਕੁਝ ਹੋਰ ਰਿਲੀਜਨ ਉਸ ਟਾਈਮ ਦੇ ਵਿੱਚ ਐਗਜ਼ਿਸਟ ਕਰਦੇ ਸੀ ਉਹ, ਔਰ ਕੁਝ ਸਿਮਿਲੈਰਿਟੀਜ਼ ਔਰ ਡਿਫਰੈਂਸ ਜੋ ਵੀ ਚੀਜ਼ ਲੈਫਟ ਰਹਿ ਗਈ ਇਸ ਪੋਰਸ਼ਨ ਦੇ ਵਿੱਚੋਂ, ਉਹ ਸਾਰੀ ਚੀਜ਼ਾਂ ਦੇ ਨਾਲ ਆਪਾਂ ਜਿਹੜਾ ਇਹ ਰਿਲੀਜਨ ਹੈਗਾ ਉਸਨੂੰ ਕੀ ਕਰ ਦਾਂਗੇ, ਸਮ ਅਪ ਹੈ ਜਿਹੜਾ ਕਰ ਦਾਂਗੇ। ਕਲੀਅਰ? ਤਾਂ ਅੱਜ ਦੇ ਲਈ ਆਪਣੇ ਇਸ ਲੈਕਚਰ ਦੇ ਵਿੱਚ ਆਪਾਂ ਇੰਨਾ ਹੀ ਪੜ੍ਹਾਂਗੇ, ਤਾਂ ਇੱਕ ਲੈਕਚਰ ਆਪਾਂ ਹੋਰ ਰੱਖਾਂਗੇ ਬੁੱਧਿਜ਼ਮ ਦਾ, ਜਿਹਦੇ ਨਾਲ ਆਪਾਂ ਟੋਟਲੀ ਇਹ ਜਿਹੜਾ ਰਿਲੀਜਨ ਵਾਲਾ ਕਨਸੈਪਟ ਹੈਗਾ ਵੇਦਿਕ ਐਰਾ ਤੋਂ ਬਾਅਦ ਉਸਨੂੰ ਕੀ ਕਰ ਦਾਂਗੇ, ਵਾਈਂਡ ਅਪ ਬੈਕ ਕਰ ਦਾਂਗੇ। ਠੀਕ ਹੈ ਜੀ, ਹੋਪਫੁਲੀ ਤੁਹਾਨੂੰ ਇਹ ਲੈਕਚਰ ਹੈ ਜਿਹੜਾ ਸਮਝ ਆਇਆ ਹੋਏਗਾ। ਓਕੇ ਜੀ, ਥੈਂਕ ਯੂ।